सन्नी चिंत पई पयाम नूर कंचन फिर होवे जी गुर मिले तनेहा एक नाम अमृत ओह देवे तौ नानक त्रिष्टस देहा एक नाम अमृत ओह देवे तौ नानक त्रिष्टस देहा चबर शत्र तख्त दे मालक गरीब निवाज धन श्री गुरु ग्रंथ साहिब जी महाराज सच्चे पातशाह इन्हां दी पावन हजूरी अंदर जगत गुरु गुरु नानक पातशाह महाराज इन्हां दे पावन प्रकाश गुरपुरब नूं समर्पित हो रहे इस विशेष गुरमत समागम अंदर जुड़ बैठे सत्कारयोग सतसंगी जनो सारे भैन भरा गुरु बख्शी फतेह नाल आपस विच सांझ पाओ जी। वाहिगुरु जी का खालसा वाहिगुरु जी की फतेह। सतगुरु पातशाह ने बख्शिश कीती है इस संगत सानू सारिआं नूं बख्शी है। गुरु नानक पातशाह महाराज उन्हां दे बख्शे पावन बचना विच्चों राग मारू विच्चों एक बचन हुणे आपां पढ़िया है। इस पावन बचन दी विचार आपां समझण दी कोशिश करांगे तां जो गुरु नानक पातशाह महाराज वल्लों कीते हुए परोपकार असीं चेते कर सकीए ਤੇ ਉਹਨਾਂ ਵੱਲੋਂ ਦਰਸਾਏ ਹੋਏ ਰਸਤੇ ਤੇ ਤੁਰ ਕੇ ਸਤਿਗੁਰੂ ਦੀਆਂ ਖੁਸ਼ੀਆਂ ਲੈਣ ਦੀ ਕੋਸ਼ਿਸ਼ ਕਰ ਸਕੇ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਇਹ ਮਨੁੱਖ ਤੂੰ ਜਿਵੇਂ ਦਾ ਸੁਭਾਅ ਬਣਾ ਕੇ ਸੰਸਾਰ ਵਿੱਚ ਜੋਏਗਾ ਜਿਵੇਂ ਦੇ ਕੰਮ ਕਰੇਗਾ ਉਵੇਂ ਦਾ ਨਤੀਜਾ ਭੁਗਤਣ ਦੇ ਲਈ ਤੈਨੂੰ ਤਿਆਰ ਰਹਿਣਾ ਪਏਗਾ। ਜੇ ਤੂੰ ਚਾਹੁੰਦਾ ਹੈ ਕਿ ਤੇਰਾ ਭਵਿੱਖ ਵਧੀਆ ਹੋਵੇ ਰੌਸ਼ਨ ਹੋਵੇ ਤੇ ਚੰਗੇ ਕੰਮ ਕਰ, ਪਰ ਜੇ ਤੂੰ ਇਹ ਸੋਚਦਾ ਹੈ ਕਿ ਮੈਂ ਬੁਰਾਈ ਕਰਾਂ ਮਨਾਈਆਂ ਕਰਾਂ ਮਾੜੇ ਕੰਮ ਕਰਾਂ ਇਹਦੇ ਬਦਲੇ ਮੈਂ ਸੁੱਖ ਮਾਣਾਂਗਾ, ਸਤਿਗੁਰੂ ਕਹਿੰਦੇ ਇਹ ਮੇਰੀ ਹੋ। ਗੁਰੂ ਤੋਂ ਬਖਸ਼ਿਸ਼ ਲੈਣੀ ਹੈ, ਗੁਰੂ ਤੋਂ ਮਤ ਲੈ, ਗੁਰੂ ਦੀ ਮਤ ਆਪਣੀ ਜ਼ਿੰਦਗੀ ਵਿੱਚ ਕਮਾ, ਚੰਗਾ ਵਧੀਆ ਇਨਸਾਨ ਬਣ ਕੇ ਸਮਾਜ ਸੰਸਾਰ ਅੰਦਰ ਪਰਿਵਾਰ ਅੰਦਰ ਵਿੱਚ। ਤੇ ਜੇ ਗੁਰੂ ਦੀ ਮਤ ਤੋਂ ਗੁਰੂ ਦੇ ਗਿਆਨ ਤੋਂ ਦੂਰ ਹੋਏਗਾ ਟੁੱਟੇਗਾ, ਪਾਤਸ਼ਾਹ ਕਹਿੰਦੇ ਖੁਆਰੀ ਤੇਰੇ ਪੱਲੇ ਚ ਪਏ। ਰਹਾਓ ਵਾਲਾ ਬੰਦ ਹੈ ਇਸ ਪਾਵਨ ਸ਼ਬਦ ਦਾ, ਚਿੱਤ ਚੇਤਸ ਕੀ ਨਹੀਂ ਬਾਬਰਿਆ। ਬਾਬਰਾ ਕਹਿੰਦੇ ਨੇ ਅਗਿਆਨੀ ਮਨੁੱਖ। ਸਤਿਗੁਰੂ ਕਹਿੰਦੇ ਹੇ ਚੱਲਿਆ ਬਾਬਰਿਆ, ਤੈਨੂੰ ਚੇਤਾ ਨਹੀਂ ਹੈ।
ਚਿੱਤ ਚੇਤਸ ਕੀ ਨਹੀਂ ਬਾਵਰਿਆ। ਹੇ ਮੂਰਖਾ, ਤੂੰ ਅਕਾਲ ਪੁਰਖ ਜੀ ਨੂੰ, ਵਾਹਿਗੁਰੂ ਜੀ ਨੂੰ, ਪਰਮਾਤਮਾ ਜੀ ਨੂੰ ਚੇਤੇ ਕਿਉਂ ਨਹੀਂ ਕਰਦਾ? ਤੂੰ ਗੁਰੂ ਦੇ ਗਿਆਨ ਨਾਲ ਜੁੜਦਾ ਕਿਉਂ ਨਹੀਂ? ਚਿੱਤ ਚੇਤਸ ਕੀ ਨਹੀਂ ਬਾਵਰਿਆ। ਹਰ ਵਿਸਰਤ ਤੇਰੇ ਗੁਣ ਗਲਿਆ ਰਹਾ। ਸਤਿਗੁਰੂ ਕਹਿੰਦੇ ਬੰਦੇ ਰੱਬ ਨੂੰ ਯਾਦ, ਪਰਮਾਤਮਾ ਨਾਲ ਜੁੜ, ਗੁਰੂ ਦੀ ਵਿਚਾਰ ਨਾਲ। ਬੰਦਾ ਕਹਿੰਦਾ ਗੁਰੂ ਨਾਲ ਜੁੜੂੰਗਾ ਕੀ ਮਿਲੇਗਾ ਮੈਨੂੰ? ਗੁਰੂ ਤੋਂ ਦੂਰ ਹੋਵਾਂਗਾ ਨੁਕਸਾਨ ਕੀ ਹੋਏਗਾ? ਦੋਹੇ ਸਵਾਲ ਨੇ ਨਾ ਬੰਦੇ। ਹੁਣ ਆਪਣੇ ਘਰਾਂ 'ਚ ਬੱਚੇ ਆ ਨਾ, ਬੱਚੇ ਜਦੋਂ ਸਕੂਲ ਜਾਂਦੇ ਆ, ਕਈ ਵਾਰੀ ਬੱਚਾ ਜਿੱਦ ਕਰਦਾ ਕਿ ਬੱਚੇ ਨੂੰ ਆਦਤ ਹੁੰਦੀ, ਰੋਜ਼ਾਨਾ ਜਦੋਂ ਸਕੂਲ ਟਾਈਮ ਤਿਆਰ ਹੋਣਾ ਨਾ, ਬੱਚੇ ਰਿਹਾੜ ਕਰਨ ਲੱਗ ਜਾਂਦੇ ਨੇ, ਜਿੱਦ ਕਰਨ ਲੱਗ ਜਾਂਦੇ ਨੇ, ਰੋਣ ਲੱਗ ਜਾਂਦੇ, ਮੈਂ ਨਹੀਂ ਸਕੂਲੇ ਜਾਣਾ, ਇੱਦਾਂ ਕਰਦੇ ਨੇ ਬਹੁਤ। ਤੇ ਬੱਚਾ ਮਾਪਿਆਂ ਨੂੰ ਸਵਾਲ ਕਰਦਾ ਕਿ ਤੁਸੀਂ ਰੋਜ਼ਾਨਾ ਮੈਨੂੰ ਧੱਕੇ ਨਾਲ ਤਿਆਰ ਕਰਕੇ ਸਕੂਲੇ ਬੈਂਡ 'ਚ ਚੜ੍ਹਾ ਦਿੰਦੇ ਹੋ, ਮੈਂ ਨਹੀਂ ਪੜ੍ਹਨਾ, ਮੈਨੂੰ ਨਹੀਂ ਲੋੜ ਪੈ। ਬੱਚੇ ਦੇ ਨਾ ਕਰਨ ਦੇ ਬਾਵਜੂਦ ਮਾਪੇ ਫਿਰ ਦੁਬਾਰੇ ਦੂਸਰੇ ਦਿਨ ਤਿਆਰ ਕਰ ਦਿੰਦੇ ਨੇ, ਮਾਂ ਵਰਦੀ ਪ੍ਰੈਸ ਕਰ ਦਿੰਦੀ, ਪਰੌਂਠੇ ਪਕਾ ਕੇ ਦੇ ਦਿੰਦੀ, ਬੈਗ ਤਿਆਰ ਕਰਨ ਵੀ ਜਾਣਾ ਹੀ ਪੈਣਾ। ਬੱਚਾ ਨਾ ਕਰਦਾ, ਮਾਂ ਫਿਰ ਬਾਪ ਫਿਰ ਸਕੂਲੇ ਤੋਰ ਦਿੰਦਾ। ਬੱਚਾ ਉਦੋਂ ਵੀ ਤਾਂ ਸਵਾਲ ਕਰਦਾ ਨਾ ਕਿ ਤੁਸੀਂ, ਮੈਂ ਕਹਿਣਾ ਪੜ੍ਹਨਾ ਨਹੀਂ, ਤੁਸੀਂ ਮੈਨੂੰ ਧੱਕੇ ਨਾਲ ਤਿਆਰ ਕਰਕੇ ਸਕੂਲ ਭੇਜ ਦਿੰਦੇ, ਨਾਲੇ ਖਰਚਾ ਕਰਦੇ ਹੋ, ਬਸ ਤੁਹਾਡੇ ਪੈਸੇ ਵੱਜ ਜਾਣਗੇ, ਮੈਂ ਨਹੀਂ ਪੜ੍ਹਦਾ। ਕਿਉਂ ਪੈਸੇ ਲਾਉਣ ਲੱਗੇ? ਤੇ ਮਾਪੇ ਕਹਿੰਦੇ ਪੁੱਤ ਤੂੰ ਹਲੇ ਛੋਟਾ। ਮਾਂ ਕਹਿੰਦੀ, ਬਾਪ ਕਹਿੰਦਾ ਪੁੱਤ ਤੂੰ ਹਲੇ ਛੋਟਾ, ਤੈਨੂੰ ਨਹੀਂ ਪਤਾ ਇਸ ਚੀਜ਼ ਦਾ ਫਾਇਦਾ ਕਿੰਨਾ। ਅਸੀਂ ਤੈਨੂੰ ਸਕੂਲ ਭੇਜ ਰਹੇ ਹਾਂ, ਪੜ੍ਹਨ ਲਈ ਕਹਿ ਰਹੇ ਹਾਂ, ਸਾਡੀ ਗੱਲ ਮੰਨ, ਇਹ 'ਚ ਤੇਰਾ ਫਾਇਦਾ ਹੋਣਾ। ਬੱਚਾ ਕਹਿੰਦਾ ਜੇ ਮੈਂ ਪੜ੍ਹਾਂਗਾ ਤੇ ਫਾਇਦਾ ਕੀ ਹੋਏਗਾ? ਮਾਪੇ ਕਹਿੰਦੇ ਤੈਨੂੰ ਨਹੀਂ ਪਤਾ। ਫਿਰ ਮਾਪੇ ਉਦਾਹਰਣਾਂ ਦੇ ਕੇ ਦੱਸਦੇ, ਕਹਿੰਦੇ ਉਹ ਦੇਖ ਆਪਣਾ ਫਲਾਣਾ ਰਿਸ਼ਤੇਦਾਰ ਕਿੰਨੀ ਵਧੀਆ ਨੌਕਰੀ 'ਤੇ ਲੱਗਾ। ਬੱਚਾ ਕਹਿੰਦਾ ਹਾਂ ਨੌਕਰੀ 'ਤੇ ਲੱਗਾ ਹੋਇਆ, ਉਹ ਪੜ੍ਹ ਕੇ ਲੱਗੇ, ਪੜ੍ਹਾਈ ਕਰੀ ਉਹਨੇ, ਜੇ ਤੂੰ ਵੀ ਪੜ੍ਹਾਈ ਕਰ ਜਾਏਗਾ ਤੂੰ ਵੀ ਨੌਕਰੀ 'ਤੇ ਲੱਗ ਲਏ। ਬੱਚਾ ਕਹਿੰਦਾ ਹਾਂ। ਉਹ ਫਿਰ ਆਪਣੇ ਪਿੰਡ ਦਾ ਫਲਾਣਾ ਬੰਦਾ, ਉਹ ਕੀ ਆ? ਬੱਚਾ ਕਹਿੰਦਾ ਡਾਕਟਰ ਹੈ। ਕਿੰਨੀ ਰਿਸਪੈਕਟ ਉਹਦੀ ਵੇਖ ਲੈ, ਕਿੰਨਾ ਵਧੀਆ ਜੀਵਨ ਉਹ। ਹਾਂ, ਤੇ ਉਹ ਡਾਕਟਰ ਪੜ੍ਹ ਕੇ ਲੱਗਿਆ, ਉਹ ਫਲਾਣਾ ਟੀਚਰ ਹੈ, ਫਲਾਣਾ ਵਕੀਲ ਹੈ, ਉਹ ਪੜ੍ਹ ਕੇ ਪੜ੍ਹਿਆ ਹੋਇਆ। ਜੇ ਤੂੰ ਪੜ੍ਹਾਈ ਕਰ ਲਏਗਾ, ਸਾਡੀ ਗੱਲ ਮੰਨ ਲਏਗਾ, ਟਾਈਮ ਸਿਰ ਸਕੂਲ ਜਾਏਗਾ, ਪੜ੍ਹੇਗਾ, ਤੇ ਆਉਣ ਵਾਲਾ ਭਵਿੱਖ ਤੇਰਾ ਰੌਸ਼ਨ ਹੋਏਗਾ। ਅੱਜ ਨਹੀਂ ਤੈਨੂੰ ਇਹ ਗੱਲਾਂ ਵਧੀਆ ਲੱਗਦੀਆਂ, ਪਰ ਅਸੀਂ ਤੈਨੂੰ ਤਜਰਬੇ 'ਚੋਂ ਦੱਸ ਰਹੇ ਹਾਂ। ਉਦਾਹਰਣਾਂ ਦੇਖਦੀਆਂ, ਹੁਣ ਫਲਾਣੇ ਰਿਸ਼ਤੇਦਾਰ ਵੇਖ ਲਾ, ਉਹ ਵੇਖ ਲਾ, ਉਦਾਹਰਣਾਂ ਦਿੱਤੀਆਂ। ਬੱਚੇ ਦਾ ਮਨ ਕਹਿੰਦਾ ਠੀਕ, ਇਹ ਪੜ੍ਹਾਂਗਾ ਤੇ ਕੱਲ੍ਹ ਨੂੰ ਮੈਂ ਕੁਛ। ਬੱਚਾ ਦੂਜਾ ਸਵਾਲ ਕਰਦਾ, ਕਹਿੰਦਾ ਚਲੋ ਇਹ ਤਾਂ ਫਾਇਦੇ ਨੇ, ਮੇਰੇ ਫਾਇਦੇ ਦੀਆਂ ਗੱਲਾਂ ਨੇ, ਜੇ ਮੈਂ ਪੜ੍ਹਾਂਗਾ ਤੇ ਇੱਥੋਂ ਤੱਕ ਪਹੁੰਚ ਜਾਵਾਂਗਾ। ਬੱਚਾ ਦੂਜਾ ਸਵਾਲ ਕਰਦਾ ਵੀ ਚਲੋ ਜੇ ਮੈਂ ਨਾ ਪੜ੍ਹਾਂਗਾ ਫਿਰ ਕੀ ਹੋਜੂ ਮੇਰਾ, ਮੈਂ ਨਹੀਂ ਪੜ੍ਹਦਾ। ਫਿਰ ਮਾਪੇ ਉਦਾਂ ਦੀ ਉਦਾਹਰਨ ਦਿੰਦੇ, ਉਹ ਫਲਾਣਿਆਂ ਦਾ ਬੱਚਾ, ਹਾਂ ਉਹ ਦੇਖ ਲਾ ਬੇਚਾਰਾ ਐਂ ਫਿਰਦਾ, ਕਾਸੇ ਜੋਗਾ ਨਹੀਂ, ਨਾ ਘਰ ਦਾ ਨਾ ਘਰ ਦਾ, ਉਹ ਪੜ੍ਹਿਆ ਨਹੀਂ। ਉਹ ਫਲਾਣਿਆਂ ਦੇ ਪਰਿਵਾਰ, ਉਹ ਦੋ ਬੱਚੇ ਨੇ, ਇੱਕ ਕਿੰਨੀ ਵਧੀਆ ਜ਼ਿੰਦਗੀ ਜਿਉ ਰਿਹਾ, ਦੂਜਾ ਬੇਚਾਰਾ ਇੱਥੇ ਧੱਕੇ ਖਾਂਦਾ ਫਿਰਦਾ। ਇੱਕ ਪੜ੍ਹ ਗਿਆ ਉਹ ਅਫਸਰ ਬਣ ਗਿਆ, ਦੂਜਾ ਇੱਥੇ ਫਿਰਦਾ। ਉਹ ਦੇਖ ਲਓ ਕਿਵੇਂ ਦੀ ਜ਼ਿੰਦਗੀ ਉਹਨਾਂ ਦੀ, ਇਹ ਚਾਰ ਅੱਖਰ ਪੜ੍ਹੇ ਹੁੰਦੇ ਭਲੇ ਵੇਲਿਆਂ 'ਚ, ਕਿਤੇ ਸੈੱਟ ਹੋਏ, ਏਦਾਂ ਦੇ ਉਦਾਹਰਨ। ਦੋਵੇਂ ਪੱਖ ਮਾਪੇ ਬੱਚੇ ਦੇ ਸਾਹਮਣੇ ਰੱਖ ਦਿੰਦੇ ਨੇ, ਜੇ ਤਾਂ ਪੜ੍ਹ ਲਏਗਾ, ਗੱਲ ਮੰਨ ਲਏਗਾ, ਇਵੇਂ ਦੀ ਜ਼ਿੰਦਗੀ ਹੋਏਗੀ, ਅਨਪੜ੍ਹ ਰਹਿ ਜਾਏਗਾ, ਨਹੀਂ ਪੜ੍ਹੇਗਾ ਤੇ ਇਵੇਂ ਦੇ ਨੇ ਲੋਕ ਸੰਸਾਰ, ਤੂੰ ਦੇਖ ਲੈ ਦੋਵਾਂ 'ਚ ਕਿਹੜਾ ਪੱਖ ਹੋਣਾ। ਅਸੀਂ ਤੇਰੇ ਮਾਪੇ ਹਾਂ, ਅਸੀਂ ਤੇਰਾ ਭਲਾ ਚਾਹੁੰਦੇ, ਇਸ ਲਈ ਤੈਨੂੰ ਕਹਿ ਰਹੇ ਹਾਂ। ਪਰ ਜਦੋਂ ਗੁਰਬਾਣੀ ਕਹਿ ਰਹੀ ਹੈ ਕਿ ਰੱਬ ਨੂੰ ਯਾਦ, ਅਕਾਲ ਪੁਰਖ ਨਾਲ ਜੁੜ, ਤੇ ਸਾਡਾ ਮਨ ਸਵਾਲ ਕਰ ਕਿ ਸਤਿਗੁਰੂ
ਰੱਬ ਨਾਲ ਜੁੜਿਆ ਕੀ ਮਿਲੇਗਾ? ਸਤਿਗੁਰੂ ਕੀ ਬਖਸ਼ਿਸ਼ ਮਿਲੇਗੀ ਸਾਨੂੰ? ਤੇ ਪਾਤਸ਼ਾਹ ਕਹਿੰਦੇ ਤੂੰ ਕੀ ਚਾਹੁੰਦਾ, ਤੇਰੀ ਮੰਗ ਕੀ ਹੈ? ਬੰਦਾ ਕਹਿੰਦਾ ਮੈਂ ਖੇੜਾ ਚਾਹੁੰਦਾ, ਆਨੰਦਮਈ ਜੀਵਨ ਚਾਹੁੰਦਾ। ਤੇ ਪਾਤਸ਼ਾਹ ਕਹਿੰਦੇ ਗੁਰੂ ਦੀ ਗੋਦ ਵਿੱਚ ਆਏਗਾ, ਇਹ ਗਰੰਟੀ ਹੈ। ਪਾਤਸ਼ਾਹ ਕਹਿੰਦੇ ਚੇਤ ਗੋਬਿੰਦ ਅਰਾਧੀ ਹੈ, ਉਹਦੀ ਅਰਾਧਨਾ ਵਿੱਚੋਂ ਜਿਹੜਾ ਬ੍ਰਹਿਮੰਡਾਂ ਦਾ ਖੰਡਾਂ ਦਾ ਮਾਲਕ ਹੈ, ਹੋਵੇ ਆਨੰਦ ਘਣਾ ਆਪਾ ਹੈ, ਤੇਰੀ ਝੋਲੀ ਚ ਪੈ ਜਾਏਗਾ ਆਨੰਦ ਖੇੜਾ ਵਿਗਾਸ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾ। ਤਾਂ ਪਾਤਸ਼ਾਹ ਕਹਿੰਦੇ ਨੇ ਚੇਤਾਈ ਤੇ ਚੇਤ ਸਾਹਿਬ ਸੱਚਾ ਸੋ ਧਨ। ਉਹਨੂੰ ਯਾਦ ਕਰ ਜਿਹੜਾ ਸੁੱਖਾਂ ਦਾ ਮੂਲ ਹੈ, ਉਹਦੀ ਯਾਦ ਵਿੱਚ ਸੁੱਖ ਹੈ, ਆਨੰਦ ਹੈ। ਬੰਦਾ ਕਹਿੰਦਾ ਛੱਡ ਕੇ ਪਰਾਂ ਹੋ ਜਾ ਤੈਨੂੰ, ਮੈਂ ਕੀ ਲੈਣਾ ਮੈਂ ਤੈਨੂੰ? ਪਾਤਸ਼ਾਹ ਕਹਿੰਦੇ ਫਿਰ ਦੂਜਾ ਪਰ ਸਤਿਗੁਰੂ ਕੀ ਹੈ? ਹਰ ਵਿਸਰਤ ਸਦਾ ਕੁਆਰੇ ਆਪ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੈ ਰੋ। ਆਪ ਹੀ ਹੈ, ਉਹਦੀ ਯਾਦ ਵਿੱਚ ਜਿਉਂ ਰਿਹਾ ਤਾਂ ਆਨੰਦ ਦੀ ਬੁੱਕਲ ਚ ਰਹੇਗਾ। ਕਿਹਾ ਨਾ ਬਾਣੀ ਹੋਵੇ ਆਨੰਦ ਖੜਾ। ਗੁਰੂ ਪਰਮਾਤਮਾ ਨਾਲ ਜੁੜ ਕੇ ਜਿਉਂ ਰਿਹਾ ਆਨੰਦ ਦੀ ਬੁੱਕਲ ਵਿੱਚ ਰਹੇਗਾ, ਗੁਰੂ ਪਰਮਾਤਮਾ ਤੋਂ ਟੁੱਟ ਕੇ ਜਾਵੇਗਾ ਗੰਦ ਦੀ ਬੁੱਕਲ ਚ ਰਹੇਗਾ। ਦੋ ਬੁੱਕਲਾਂ ਨੇ, ਇੱਕ ਆਨੰਦ ਵਾਲੀ ਹੈ ਤੇ ਦੂਸਰੀ ਗੰਦ ਵਾਲੀ। ਮਰਜ਼ੀ ਦੇ ਕਿੱਧਰ ਜਾਣਾ ਤੇਰੀ ਇੱਛਾ, ਰਸਤੇ ਦੋ ਨੇ। ਪਰਮੇਸ਼ਰ ਦੇ ਭੁੱਲਿਆਂ ਵਿਆਪਣ ਸਭੇ ਤੇ ਆ ਵੀ ਹਰ ਵਿਸਰਤ ਸਦਾ ਉਹਦੇ ਨਾਲ ਜੁੜ ਕੇ ਜਾਵੇਗਾ ਆਨੰਦ। ਹੁਣ ਪਾਤਸ਼ਾਹ ਕਹਿੰਦੇ ਚੇਤ ਗੋਬਿੰਦ ਅਰਾਧੀ ਹੈ, ਹੋਵੇ ਆਨੰਦ। ਚੇਤ ਚੇਤ ਕੀ ਨਹੀਂ ਵਾਪਰਿਆ, ਹਰ ਵਿਸਰਤ ਤੇਰੇ ਗੁਣ ਗੜਿਆ। ਗੁਰੂ ਨਾਲੋਂ, ਗੁਰੂ ਦੀ ਵਿਚਾਰ ਨਾਲੋਂ, ਗੁਰੂ ਦੀ ਸਿੱਖਿਆ ਨਾਲੋਂ ਟੁੱਟ ਕੇ ਪਾਤਸ਼ਾਹ ਕਹਿੰਦੇ ਗੱਲ ਤੇ ਗਲੀ ਹੋਈ ਚੀਜ਼ ਹੈ ਨਾ ਜਿਹੜੀ, ਉਹ ਕਿਸੇ ਕੰਮ ਦੀ ਨਹੀਂ ਰਹਿੰਦੀ। ਆਪਾਂ ਜਾਣਦੇ ਹਾਂ, ਸਮਝਦੇ ਹਾਂ। ਪਾਤਸ਼ਾਹ ਕਹਿੰਦੇ ਤੂੰ ਟੁੱਟ ਨਾ ਜਾਏਂ, ਗਲ ਜਾਏ, ਕਿਉਂਕਿ ਗੁਣਾ ਕਰਕੇ ਕਿਸੇ ਵੀ ਚੀਜ਼ ਦੀ ਜਿਹੜੀ ਕੀਮਤ ਆ ਨਾ, ਵੈਲਿਊ ਹੈ, ਉਹ ਗੁਣਾ ਕਰਕੇ ਹੈ। ਜੇ ਆਪਣੇ ਗੁਣਾਂ ਨੂੰ ਗਵਾ ਦੇਵੇ, ਖਤਮ ਕਰ ਦੇਵੇ, ਗਾਲ ਲਵੇ, ਉਹਦੀ ਵੈਲਿਊ ਨਹੀਂ ਰਹਿੰਦੀ। ਮਾਈਕ ਆ ਨਾ ਇਹ 'ਚ ਮੈਂ ਬੋਲ ਰਿਹਾ, ਇਹਦਾ ਗੁਣ ਹੈ ਕਿ ਮੇਰੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾ ਰਿਹਾ, ਇਹ ਤਾਂ ਹੀ ਅੱਗੇ ਪਿਆ। ਇਹਦੇ ਵਿੱਚ ਗੁਣ ਗਲ ਜਾਵੇ, ਇਹ ਮਾਈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣੋਂ ਹਟ ਜਾਵੇ, ਇਹਨੂੰ ਆਪਾਂ ਸਾਈਡ ਤੇ ਕਰ ਦਾਂਗੇ, ਪਾਸੇ ਕਰ ਦਾਂਗੇ। ਟਾਈਮ ਕੀ ਹੈ ਇਹਦਾ ਗੁਣ ਆ ਨਾ, ਸਮਾਂ ਦੱਸ ਰਿਹਾ। ਇਹਦਾ ਗੁਣ ਗਲ ਜਾਵੇ, ਸਮਾਂ ਦੱਸਣੋਂ ਹਟ ਜਾਵੇ, ਇਹਦੀ ਕੋਈ ਵੈਲਿਊ ਨਹੀਂ। ਇੱਕ ਵਾਰ ਜਾਏਗਾ, ਜਿੰਨਾ ਚਿਰ ਗੁਣ ਸੰਭਾਲਿਆ ਹੋਇਆ ਇਹਦੀ ਸੰਭਾਲ ਹੋ ਰਹੀ। ਮਾਈਕ ਨੇ ਆਪਣੇ ਅੰਦਰ ਆਪਣਾ ਗੁਣ ਸੰਭਾਲਿਆ ਹੋਇਆ, ਇਹਦਾ ਮਾਲਕ ਆ ਜਿਹੜਾ ਸਾਊਂਡ ਵਾਲਾ, ਇਹਨੂੰ ਸੰਭਾਲੇਗਾ ਮਾਈਕ ਨੂੰ, ਕਿਉਂਕਿ ਗੁਣ ਹੈ। ਇਹ 'ਚ ਗੁਣ ਨਾ ਹੋਇਆ ਸੁੱਟ ਦੇਣਾ ਇਹਨਾਂ ਨੇ ਕਬਾੜ 'ਚ। 10 ਰੁਪਈਆਂ ਦਾ ਪੈਨ ਵੀ ਬੰਦਾ ਜੇਬ 'ਚ ਉਨਾ ਚਿਰ ਹੀ ਲਾਉਂਦਾ ਨਾ, ਜਿੰਨਾ ਚਿਰ ਉਹ 'ਚ ਗੁਣ ਹੁੰਦਾ ਵੀ ਲਿਖਦਾ ਇਹ, ਕੁਝ ਸ਼ਾਹੀ ਖਤਮ ਹੋ ਜੇ, ਉਹ ਲਿਖਣਾ ਬੰਦ ਕਰ ਦੇਵੇ, ਫਿਰ ਫੋਕਾ ਪੈਨ ਥੋੜ੍ਹੀ ਟੰਗੀ ਫਿਰ। ਤੇ ਜੇ ਫੋਕਾ ਪੈਨ ਟੰਗੀ ਫਿਰ ਜੇਬ 'ਤੇ, ਜੇ ਅਗਲੇ ਪੈਨ ਟੰਗਿਆ ਦੇਖ ਕੇ ਅਗਲੇ ਕਿਹਾ ਵੀ ਯਾਰ ਸਿਗਨੇਚਰ ਕਰਨ ਨੂੰ, ਦਸਤਖਤ ਕਰਨ ਨੂੰ ਪੈਨ ਦੇ, ਬੰਦਾ ਕੋ ਹੱਸ ਕੇ ਕਹਿੰਦੇ ਇਹ ਚੱਲਦਾ ਨਹੀਂ, ਤਾਂ ਉਹਦੇ ਟੌਰ ਬਣਾਉਣੇ ਟੰਗਿਆ ਹੋਇਆ।
लेकिन भी जेडे आपदे च कोई गुण ने तेरी टोर की बनाऊगा। गुण है अकीमत है, गुण नहीं अकीमत नहीं। पाशा कहते अपने गुणा की संभाल कर, गुणा के दाते नाल जुड़ सब कुछ कर। फ्रूट खरीदता ना बंदा, बाजार गया नाल दे साथी नूं कहिंदा यार दो मिनट रुक मैं सेब ले, वो कहिंदा रुक जा। सेब खरीदन लग्या रेहड़ी, चुन चुन के पाउंदा है किलो दो किलो ले। नाल दा बंदा बहुत है, सेब की करने, कहिंदा घरे खावांगे कच्चे खाणगे परिवार है साडा खावांगे। कहिंदा सेब खा के की करेगा, कहिंदा इतना ताकत मिलती है, पौष्टिक तत्व मिलते हैं, फ्रूट है फल है चंगा है सेहत लई। वह कहना अच्छा ठीक है, आम खरीद लिया। कहना हाँ उन्हें सेब खरीद लिए, घरे ले आया, चुन चुन के पाए ने दुकान रेहड़ी। नाल दे साथी नूं कहिंदा बड़े जरूरी ने, बड़े चंगे ने शरीर की, तां खरीद लिया। उही बंदा दो चार दिन बाद उन्हां ही हत्थां नाल, जिहड़े हत्थां नाल सेब खरीद के लै गया ना, उन्हां ही हत्थां नाल सेब चुक के बाहर सुट्टण चलिया। नाल दा साथी फिर मिल गया, कहिंदा की करन चलिया? कहिंदा सेब सुट्टण चलिया रूड़ी ते। वो बंदा हैरान हो गया, यार मैनूं तेरी समझ नहीं आउंदी, चार दिन पहला मैं तेरे नाल सी, तू सेब खरीद के लेके आया घर खाता, चार दिन बाद उसे हाथ जो ही लिफाफा ते कहन चले मैं सेब सुट्टण चलिया रूड़ी ते, ये सेब खाने ने तू, तेरे बच्चों ने तेरे परिवार ने खाने नहीं सेब सुट्टण तो चलिया। कहिंदा भरावा ये सेब खवा के न्याणे बीमार करने, घर दे बीमार करने। वो बंदा फिर दुखी हो गया, कहिंदा यार मैंने तेरी गल नहीं समझ आ रही, उदे तू कह रहा सी सेब खा के तंदुरुस्ती मिलती है, मैं तां लेके चलिया बच्चों को परिवार, अज सेब मैं कह रहा कि तू बच्चों को खवा दे न्याणे को खवा दे, अज तू कहना सेब खवा के बच्चे बीमार करने है, मैं तेरी गल ही नहीं समझ। वो कहिंदा मैं उस दिन भी ठीक सी ते अज भी ठीक है जिहड़ी गल कह रहा। वो कहिंदा किवें ठीक, अज सेब सुट्टण चले उहदे खरीदण चले। वो कहिंदा जिद्दे खरीदे सी उहदे साफ सी, जिद्दे खरीदे सी उहदे ठीक सी, उहदे इहनां विच गुण मौजूद सी, रस मौजूद सी, तत् मौजूद सी, हुणे पै पै गल गए। इहनां गलियां होयां नूं जे मैं घरे टकाई रख्या ना, इहनां गलियां होयां नूं मैं ढिड्ड च पा लिया, तंदुरुस्ती देण दी थां बीमारी देण दी, तां नहीं मैं घरे रख रहा गल गए। ये गलियां चीजें भी घर च रखता, जिनी मर्जी कीमती हो, सौ रुपये किलो लिया होना, पर जे गल के बंदा चक के रूड़ी सुट दिंदा। जिन्हें अपना गुण गवा लिया, पाशा कहिंदे चेते रखी गुरु की विचार नालों गुरु की सिक्ख्या नालों टुट के तू गलता जा रहा। समाज साडा वेखण वाले दुआ जिहड़ा ढांचा बिगड़िया, एक गले लोगों करके बिगड़िया। पुत अंदरों गुण गल गए, मापिआं नालों मूंह मोड़ के बैठ गए। मापिआं अंदरों बहुते मापिआं अंदरों मापिआं वाले गुण गल गए, वह बच्चे वाले पासों मूंह मोड़ के बैठ गए। पति पिछों पति वाले गुण गल गए, वह पत्नी तो मूंह दूजे पासे करी बैठा है। बहुतियां पत्नियां अंदरों पत्नियां वाले गुण गल गए, वह पति नालों मूंह दूजे पासे करी बैठा। ससा अंदरों ससा वाले गुण गल गए, वह नूहां तो मूंह दूजे पासे करी बैठा। बहुतियां नूहां अंदरों नूहां वाले गुण खत्म हो गए, वह ससा तो मूंह दूजे पासे करी बैठा। ये समाज गलता जा रहा, बिगड़ता जा रहा। तो पाशा कहिंदे तू चेते नहीं कर रहा कि तू अपने तेरे गुण ना जिहड़े ये खत्म होंदे जा रहे। इस देही अंदर पंच चोर वस है, तेन लुटिया जा रहा ना, तेन खत्म किया जा रहा। जिम्मे बाहरी तौर पर चोर आ जाए, घर का मालिक आ जोड़ा घर के बछिंदे ने जेडे सौ जान सुते रहन आराम के ना, सन लग जाए उन्होंने घरे चोरी होने लग जाए, ये किसी गुआढ़ी खड़ाक सुने तो वो अख खुले तो फोन करे भी उठो भाई चोर आ गए थोड़े घरे। तो बंदा को फोन अटेंड करे भी यार अद्धी रात में सिर खाई जाता फोन कि दरवाजा खड़काई जाता ना आप सौंदा ना सानू फोन दे। बंदा उठाने आया भी थोड़े चोर लगे हुए लुट के लेने इन्होंने,
ਕਿ ਬੰਦਾ ਅੱਗੋਂ ਰਜਾਈ ਤੱਕ ਕਿਸ ਪਹੁੰਚੇ ਵੀ ਸਵੇਰੇ ਦੇਖਾਂਗੇ ਵੀ ਕੱਚੀ ਨੀਂਦ ਉਠਾਈ ਜਾ ਜਾਗਦਾ ਨਹੀਂ ਆਲਸ ਜੇ ਸਵੇਰੇ ਜਦੋਂ ਉੱਠਦਾ ਹੈ ਉਦੋਂ ਸਾਰਾ ਕੁਝ ਲੁੱਟਿਆ ਜਾ ਜਾਂਦਾ ਤੇ ਪਾਤਸ਼ਾਹ ਕਹਿੰਦੇ ਬਿਲਕੁਲ ਇਸ ਸਰੀਰ ਅੰਦਰ ਵੀ ਵਿਕਾਰ ਦਿਨ ਰਾਤ ਲੁੱਟ ਰਹੇ ਨੇ ਗੁਰੂ ਆਵਾਜ਼ ਦੇ ਰਿਹਾ ਜਾਗ ਬੰਦਾ ਸੁੱਤਾ ਹੋਇਆ ਇਸ ਦੇਹੀ ਅੰਦਰ ਪੰਜ ਚੋਰ ਵਸੇ ਇੱਕ ਨਹੀਂ ਦੋ ਨਹੀਂ ਪਾਤਸ਼ਾਹ ਕਹਿੰਦੇ ਪੰਜ ਨੇ ਪੂਰਾ ਗੈਂਗ ਹੈ ਇਸ ਦੇਹੀ ਅੰਦਰ ਅੰਦਰ ਅਧਰੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੁੱਟੇ ਚੱਲਦਾ ਜਾ ਰਿਹਾ ਨਾ ਵਪਾਰੀ ਅੰਮ੍ਰਿਤ ਹੈ ਪਰਮਾਤਮਾ ਅਕਾਲ ਪੁਰਖ ਦੀ ਅੰਸ਼ ਹੈ ਤੂੰ ਕਹੋ ਕਬੀਰ ਇਹ ਰਾਮ ਦੀ ਅੰਸ਼ ਤੇਰੇ ਅੰਦਰ ਵਿਆਪਕ ਹੈ ਰਾਮ ਆ ਜਿਹੜਾ ਸਭੈ ਘੱਟ ਰਾਮ ਪਰ ਵਿਕਾਰ ਖਾ ਰਹੇ ਨੇ ਤੇਰੇ ਘੁਣ ਲੱਗ ਜਾਂਦਾ ਨਾ ਜਿਵੇਂ ਜਿੱਡੀ ਮਰਜ਼ੀ ਮਜ਼ਬੂਤ ਲੱਕੜ ਹੋਵੇ ਘੁਣ ਲੱਗ ਜਾਂਦਾ ਖਤਮ ਹੋ ਜਾਂਦਾ ਪਰੋਂ ਬੜੀ ਮਜ਼ਬੂਤ ਇਸ ਦੀ ਅੰਦਰ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁਝੈ ਕੋਈ ਨਾ ਸੁਣੇ ਪੁਕਾਰਾ ਸਮਝ ਨਹੀਂ ਆ ਰਹੀ ਤੇ ਪਾਤਸ਼ਾਹ ਕਹਿੰਦੇ ਗੁਣ ਤੇਰੇ ਗਲਦੇ ਜਾ ਰਹੇ ਤੇ ਪਾਤਸ਼ਾਹ ਕਹਿੰਦੇ ਜਿਹਦੇ ਅੰਦਰ ਗੁਣ ਨਹੀਂ ਨਾ ਹੈਗੇ ਗੁਰੂ ਦੀ ਵਿਚਾਰ ਵਾਲੇ ਉਹ ਭਗਤੀ ਵੀ ਨਹੀਂ ਕਰ ਸਕਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਪਜੀ ਸਾਹਿਬ ਦੇ ਵਿੱਚ ਬਖਸ਼ਿਸ਼ ਕੀਤਾ ਸਤਿਗੁਰੂ ਕਹਿੰਦੇ ਚੇਤੇ ਰੱਖੀ ਜੇ ਗੁਣ ਨਹੀਂ ਨਾ ਹੈਗੇ ਤੂੰ ਭਗਤ ਨਹੀਂ ਕਹਾ ਸਕਦਾ ਹੁਣ ਡਾਕਟਰ ਜਣਾ ਖਣਾ ਥੋੜੀ ਕਹਾ ਲਓ ਹੁਣ ਬੰਦੇ ਨੇ ਨਾ ਆ ਕੇ ਲਾਇਆ ਹੋਵੇ ਡਾਕਟਰ ਇੰਜੈਕਸ਼ਨ ਲਾਉਣਾ ਨਾ ਆਉਂਦਾ ਹੋਵੇ ਨਾ ਆ ਕੇ ਲਿਖਾਇਆ ਹੋਵੇ ਡਾਕਟਰ ਤੇ ਉਹਨੂੰ ਪਤਾ ਇਹ ਨਾ ਹੋਵੇ ਵੀ ਬੁਖਾਰ ਵੇਲੇ ਗੋਲੀ ਕਿਹੜੀ ਦੇਣੀ ਹੈ ਜੁਕਾਮ ਵੇਲੇ ਕਿਹੜੀ ਦੇਣੀ ਹੈ ਬਲੱਡ ਵੱਧ ਤੋਂ ਕਿਹੜੀ ਦੇਣੀ ਹੈ ਬਲੱਡ ਘੱਟ ਕੇ ਕਿਹੜੀ ਦੇਣੀ ਹੈ ਨਾ ਅੱਗੇ ਉਹਨੇ ਲਿਖ ਕੇ ਰੱਖ ਲਿਆ ਹੋਵੇ ਵੀ ਮੈਂ ਹਲਵਾਈ ਹਾਂ ਵਿਆਹ ਸ਼ਾਦੀਆਂ ਵੇਲੇ ਭਾਈ ਮਠਿਆਈ ਮੇਰੇ ਤੋਂ ਬਣਾਇਓ ਹੁਣ ਇੱਕ ਤੇ ਉਹ ਬੰਦਾ ਜਿਹਨੇ ਪਹਿਲਾਂ ਗੁਣ ਹਾਸਲ ਕੀਤੇ ਫਿਰ ਉਹਨੇ ਮਠਿਆਈ ਦੀ ਦੁਕਾਨ ਖੋਲ੍ਹੀ ਇੱਕ ਬੰਦਾ ਉਹ ਉਹਨੇ ਉਦਾਂ ਹੀ ਲਿਖਤਾ ਦੁਕਾਨ ਤੇ ਟ੍ਰੇਨਿੰਗ ਲਈ ਨਹੀਂ ਮਠਿਆਈ ਬਣਾਉਣੀ ਬਾਹਰ ਬੋਰਡ ਲਾਇਆ ਉਹਨੇ ਹਲਵਾਈ ਦਾ ਤੇ ਅੰਦਰ ਗੁਣ ਨਹੀਂ ਹੈ ਹਲਵਾਈ ਤੇ ਜਿਹੜਾ ਉਹਦੇ ਕੋਲ ਆਏਗਾ ਨਿਰਾਸ਼ ਹੋ ਕੇ ਮੁੜੇਗਾ ਦੁਖੀ ਹੋ ਕੇ ਮੁੜੇਗਾ ਯਾਰ ਬਾਹਰ ਤੋਂ ਬੋਰਡ ਕਿੱਦਾਂ ਦਾ ਲਾਈ ਬੈਠਾ ਫਰਜ ਕਰੋ ਬਾਹਰ ਤਾਂ ਬੰਦੇ ਨੇ ਬੋਰਡ ਲਾਇਆ ਹੋਇਆ ਵੀ ਇੱਥੇ ਹਰ ਤਰ੍ਹਾਂ ਦੀ ਮਠਿਆਈ ਮਿਲਦੀ ਹੈ ਤੇ ਬੰਦਾ ਬਾਹਰ ਲੱਗਿਆ ਹੋਇਆ ਬੋਰਡ ਦੇਖ ਕੇ ਉੱਤਰ ਕੇ ਜਾਵੇ ਜਾਂ ਰਿਸ਼ਤੇਦਾਰੀ ਜਾਣਾ ਚਲੋ ਮਠਿਆਈ ਦਾ ਡੱਬਾ ਇੱਥੋਂ ਲੈ ਜਾਈਏ ਬਾਹਰ ਬੋਰਡ ਲੈ ਕੇ ਲਾਇਆ ਮਠਿਆਈ ਮਿਲਦੀ ਬੰਦਾ ਗੱਡੀ 'ਚ ਉੱਤਰ ਕੇ ਮਠਿਆਈ ਲੈਣ ਜਾਵੇ ਤੇ ਅੱਗੇ ਸਾਹਮਣੋਂ ਬੰਦਾ ਕਹੇ ਵੀ ਮੇਰੇ ਕੋਲ ਤਾਂ ਭਾਈ ਜੋੜੀਆਂ ਦਾ ਸਮਾਨ ਮਿਲਦਾ ਪਲਾਈ ਲੈ ਜਾ ਬੋਰਡ ਲੈ ਜਾ ਸਨਮੇਕਾ ਲੈ ਜਾ ਫੈਵੀਕੋਲ ਲੈ ਜਾ ਅਗਲਾ ਫਿਰ ਦੁਖੀ ਹੋਊਗਾ ਵੀ ਇਹ ਕੀ ਗੱਲ ਅੰਦਰ ਸਮਾਨ ਹੋਰ ਰੱਖਿਆ ਬਾਹਰ ਬੋਰਡ ਹੋਰ ਲਾਇਆ ਜੇ ਜਿਹੜਾ ਬਾਹਰ ਬੋਰਡ ਲਾਇਆ ਉਹਦਾ ਨਾਮ ਵੀ ਬਦਲ ਦੇ ਤੇ ਚਾਹੇ ਅੰਦਰ ਸਮਾਨ ਜਿਹੜਾ ਬੋਰਡ ਲੱਗਿਆ ਹੋਇਆ ਉਹਦੇ ਮੁਤਾਬਕ ਰੱਖ ਤੇ ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਜੇ ਭਗਤ ਬਣਾਉਣਾ ਤੇ ਗੁਰੂ ਦੀ ਵਿਚਾਰ ਵਾਲੇ ਗੁਣ ਜ਼ਿੰਦਗੀ 'ਚ ਲੈ ਕੇ ਆ ਕੱਲਾ ਬਾਹਰ ਬੋਰਡ ਲਾਏ ਤੋਂ ਲੋਕਾਂ ਨੇ ਭੁਲੇਖਾ ਖਾ ਜਾਣਾ ਪਰ ਜਦੋਂ ਤੇਰੇ ਨਾਲ ਵਾਹ ਪਏਗਾ ਨਾ ਜਦੋਂ ਤੇਰੇ ਕੋਈ ਅੰਦਰ ਆਏਗਾ ਨੇੜੇ ਹੋ ਕੇ ਵੇਖੇਗਾ ਤੈਨੂੰ ਬਚੇਗਾ ਫਿਰ ਤੈਨੂੰ ਅਗਲਾ ਕਹੇਗਾ ਵੀ ਭਾਈ ਚਾਹੇ ਤਾਂ ਬੋਰਡ ਤਬਦੀਲ ਕਰ ਲਾ ਤੇ ਚਾਹੇ ਅੰਦਰ ਸਮਾਨ ਉਹ ਰੱਖ ਲਾ ਜਿਵੇਂ ਦਾ ਬੋਰਡ ਲਾਇਆ ਹੁਣ ਪਾਤਸ਼ਾਹ ਕਹਿੰਦੇ ਰੱਬ ਨਾਲੋਂ ਟੁੱਟ ਗਿਆ ਗੁਣ ਗਲ ਜਾਣੇ ਨੇ ਤੇ ਪਾਤਸ਼ਾਹ ਕਹਿੰਦੇ ਜਿਹਦੇ ਕੋਲੇ ਗੁਣ ਨਹੀਂ ਹੈ ਉਹ ਧਰਮ ਦੀ ਦੁਨੀਆਂ 'ਚ ਪ੍ਰਵਾਨ ਨਹੀਂ ਬਿਨ ਗੁਣ ਕੀਤੇ ਭਗਤ ਨਾ ਹੋ ਸਤਿਗੁਰੂ ਤੁਹਾਡੀ ਤੇ ਸ਼ਰਤ ਹੀ ਇਹ ਹੈ ਪਹਿਲੀ ਕਿ ਭਗਤੀ ਪ੍ਰਵਾਨ ਹੀ ਨਹੀਂ ਹੈ ਤੇ ਪਾਤਸ਼ਾਹ ਇਹ ਗੁਣ ਜਿਹੜੀ ਸ਼ਰਤ ਲਾਈ ਹੈ ਤੁਸੀਂ ਕੰਡੀਸ਼ਨ ਹੈ ਇਹ ਗੁਣ ਸਾਨੂੰ ਕਿੱਥੋਂ ਮਿਲਣਾ ਕਿਉਂਕਿ ਤੁਹਾਡੀ ਬਾਣੀ ਕਹਿੰਦੀ ਹੈ ਨਾ ਹਰ ਕੇ ਗੁਣ
हर भाव रब नूं गुण ही चंगे लगते पाशाह मिलण कितों ये भी तो पता हो गया ना पाशाह कहिंदे भुलेखा ना तैनूं दस्सिआ हर के गुण हर भाव दे से गुरु ते पाए गुरु कोल आई बाणी नूं पढ़ेगा ना तैनूं रब्बी गुणा दी गुरु दे गुणा दी सांझ तेरी झोली च पए हर के गुण हर भाव से गुरु ते पाए ये गुरु कोलों मिल लिया और किन्ने क भैण भरा ने जिहड़े गुरु कोलों रब दे गुण सिखना चाहुंदे आ किन्ने क परिवार ने जिहड़े गुरु कोलों ओह गुण सिखना चाहुंदे ने जिहड़े गुणा करके परमात्मा अकाल पुरख दीआं बख्शां साडी झोली च पै जाण किन्ने के जिहड़े गुरु की मत लेके जाना चाहते गुरु की खुशी लेके जाना चाहते विरले ने थोड़े ने घट ने पाशाह कहिंदे गल चेते रखी बिन सतगुर गुण ना जपनी गुण प्राप्त किवें होने ने गुरु तो बिना तेनू गुणा की सांझ नहीं पैनी नहीं समझ आनी बिन सतगुर गुण ना जपनी ते गुरु दे गुण भी तेरी सुरत दे विच उद्दे पैणगे जदों गुरु दे शब्द नू विचारना शुरू करदा शब्द नू विचारेगा शब्द नू खोलेगा समझेगा पढ़ेगा मनेगा कमाएगा ते पाशाह कहिंदे झोली च पै जाणे जिचर शब्द ना करे विचार ये मनुख जदों तक कोई शब्द की विचार नहीं ना करता गुरु दे गुण समझ विच नहीं पाठ बहुत किया जा रहा है पाठ करने की गल पर पाशाह कहते कला पाठ से खड़ ना जाए बच्चा हम स्कूले जाता पहले साल पहली क्लास है रिश्तेदार दूजी दूजे साल आके पूछे भी न्याणे कि क्लास चाहिए कहना पहली ची हाँ चलो दूजी बार तो रिश्तेदार कहूगा चलो कोई नहीं फेल फूल हो गया हमारा तीजे चौथे साल आके पूछे भी न्याणा तुहाडा कि क्लास च हो गया मां फिर हस के कहे खुश होके कहे लै साडा न्याणा तो सुखना पंजवें साल भी पहली च दस साल बाद फिर आवे रिश्तेदार पंद्रह साल बाद फिर आवे मुंडे तुहाडे दाढ़ी आ गई ब्याहुण वाला हो गया किन्नियां क्लासां पढ़ गया बापू पूरा खुश होके छाती ते हाथ मार के कहिंदा सुख नाल पहली च वो कहना यार चाहे दिमाग मेरा हिलिया चाहे तुहाडा हिलिया चाहे बिजलियां तुहाडे टप्पर दे लगण वालियां चाहे मेरे लगण वालियां पंद्रह साल पहला आया सी जदों ये साढ़े तीन साल का हुंदा सी उदों भी पहली क्लास च हुंदा सी अजे भी बाई साल का होया पिया अज भी पहली क्लास अगे नहीं क्लासां च वधिया है दूजी तीजी पंजवीं दसवीं प्लस टू बी ए करिया नहीं कुछ कहिंदे ना स्कूल लगातार जांदा पर हैगा पहली जी अच्छा जिहड़ा कोई एम ए करे बच्चा भी साल पहली क्लास चलावे भी साल पहली क्लास चलावे अगली क्लास तो तुहाडा सिखे ही ना ओ विद्यार्थी भैणों दसो होशियार कि नलायक दसो भैणों एक बच्चा इको क्लास में दस साल लावे तो अगली क्लास का उड़ा उड़े उन्हें सीखे अगले क्लास का ज्ञान लवी ना वो अंदाजा ला लेंगे होशियार आ बच्चा को नलायक नलायक ओके इदा ही है ना वीरो नलायक आ होशियार हो नलायक क्योंकि अगे बदे ही नूठी खड़ गया पहली जून कहा पहली क्लास एडमिशन जरूरी है पर अगे बदी जाई पढ़ी जाई ਤੇ ਹੁਣ ਸਤਿਗੁਰੂ ਪਾਤਸ਼ਾਹ ਨੇ ਕਿਹਾ ਗੁਰੂ ਦੀ ਵਿਚਾਰ ਨੂੰ ਬੁੱਝਣਾ ਹੈ ਦਸ ਸਾਲ ਪਹਿਲਾਂ ਪੁੱਛਿਆ ਸੀ ਕੀ ਕਰਦਾ ਕਹਿੰਦਾ ਜਪਜੀ ਸਾਹਿਬ ਦਾ ਪਾਠ ਕਰਦਾ ਹੁਣ ਤੇ ਦਸ ਸਾਲਾਂ ਬਾਅਦ ਪੁੱਛਿਆ ਲੈ ਨਾਗੇ ਨਹੀਂ ਪੈਣ ਦਿੱਤਾ ਜਪਜੀ ਸਾਹਿਬ ਦਾ ਪਾਠ ਕਰਦਾ ਹੁਣ ਤੇ ਬਾਕੀ 1430 ਅੰਗ ਭਾਈ ਪਹਿਲੀ ਤੇ ਖੜ ਗਿਆ ਤੂੰ ਇਹਨੂੰ ਵੀ ਜਿਹਨੂੰ ਪੜ੍ਹ ਰਿਹਾ ਕਿੰਨੇ ਵਾਰੀ ਵਿਚਾਰਿਆ ਉਹ ਕਹਿੰਦਾ ਇੰਨਾ ਟਾਈਮ ਕਿੱਥੋਂ ਤੜਕੇ ਉੱਠਣ ਸਾਰ ਦਸ ਮਿੰਟ ਹੁੰਦੇ ਬੁਰਸ਼ ਕਰਦਿਆਂ ਕਰਦਿਆਂ ਕੰਮ ਨਿਬੇੜਨਾ ਹੁੰਦਾ ਕੰਮ ਹੋਰ ਵੀ ਬਹੁਤ ਹੁੰਦੇ ਯਾਦ ਕਰ ਲਈ ਸੀ ਨਾ ਜਪਜੀ ਸਾਹਿਬ ਨਾਲੇ ਬੁਰਸ਼ ਕਰੀ ਜਾਈਦਾ ਤੇ ਨਾਲੇ ਮੰਨੇ ਕਿ ਕਦੇ ਕਹੀ ਨਾ ਜਾਏ ਦੋਵੇਂ ਕੋਈ ਇਕੱਠੀ ਕਰ ਲਿਆ ਤੇ ਵਧਿਆ ਕਿੱਥੇ ਭਾਈ ਅੱਗੇ ਤਾਂ ਵਧਿਆ ਹੀ ਨਹੀਂ
पढ़ रहे हैं तरक्की पाशल कहीं पढ़े ना ही भेद बुझे बिन सतगुर गुण ना जापनी जिचर शब्द ना करे विचार। तेनू गुरु की गल समझ ही नहीं आनी, गुरु की कला वरतनी नहीं, गुरु की बख्श झोली में पैनी नहीं जदों तक गुरु दे शब्द की विचार नहीं करता, गुरु की सिक्ख्या नहीं समझता। समझ तो आएगा शब्द को जे विचारेगा, अर्थां समेत पढ़ेगा, पढ़ी हुई गल नू समझ के जिंदगी मनेगा, कमाएगा, रिजल्ट मिलेगा, यही गल बनेगी। हुण एक किसान का पुत उहने नवी खेती कर लगी, बापू घरे बैठा कहिंदा मैं तैनू दसदा मैं बजुर्ग हो गया मैथों नहीं खेत जाया जाणा, तैनू मैं दस देना जे कोई भुलेखा पिया तो मैथों पुछ ली, मैं तैनू लिख के दे देना भी असीं ऐ कण पहला बाहन बाह दी दो तीन बारी फिर सुहागा ला दी फिर इन्ना डी ए पी पा ली इन्ना बीज पा ली तो फिर कणक वाली मशीन राही बीज दी तो दो तीन दिन बाद बटना पा दी। बापू इन्नी गल समझा के बेफिक्र हो गए भी मुंडा मेरा सियाणा, मैं सारा मैथड उन्हूं दसता ढंग सारा दसता ही पुत कणक ऐ बीजी जाती। बापू बेफिक्र हो गया भी चल पुत गभरू है बीज ही आऊ, लोगों की कणक हरी होगी, लोगों के खेत च हरे वाई, बापू आपके खेत गेड़ा मारन गया बाहन उमें जिकरी करचे भी उमें खड़े है, पराली भी उमें पई है। बापू भरिया के पुछदा भी कमलिया कणक नहीं बीजी, कणक तो वाधू हो जानी, कहना बीजी तो है नहीं वाधू किवें हो जानी, कहना देख जिवें तू तो मैनू दस्सिया सी मैं तड़के उठ के नहाउण सार आही कम करदा, पहलां पहला करजे बचाने फिर बाण बहुना दो तीन बारी फलां भी बाह देना तबियां भी बाह देना सुहागा मार देना फिर इन्ना डी ए पी इन्नी कणक बिजाई वाली मशीन च पा के फिर तीजे दिन चौथे दिन बटा पा देनी। वो कहिंदे तैनू इत्थे बह के पढ़न नहीं सी दित्ता, जिहड़ा जिहड़े लिखिया इहदे मुताबक खेत जाके काम करना सी, फिर चार मन दाने घरे आउणे सी, तेरा भी ढिड भरना सी ते मेरा भी ढिड भरना सी। पाशाह ने जिहड़ी विचार दित्ती सी ना, पाशाह ने जिहड़ा ज्ञान दित्ता सी, पाशाह कहिंदे शब्द की विचार करनी सी, इह विचार विच्चों जिहड़ा ज्ञान मिलना इहदे मुताबक समाज अंदर संसार अंदर विचरना सी। सतगुरु पातशाह कहिंदे उन्ना चिर तेरी जिंदगी विच उन्ना चिर तेरे किरदार विच तब्दीली नहीं आउणी जिन्ना चिर शब्द की विचार नूं जिंदगी दा आधार नहीं, जिन्ना चिर बाणी विचार विरले टावे ने। जे विचार वाले पासे तुरांगे तो सानू गुरु की बख्शिश आएगी, अकल आएगी, बाणी की विचार आपां खुद नूं करनी पैणी। भुख लगी है ना ते रोटी आप ते गुरु की बख्शिश लेनी आप सानू हर किसे परिवार के चार मैंबर ने, नहीं भी एक बाणी पढ़ता हर एक अपने लिए बाणी पढ़े, हर कोई सोचे गुरु की खुशी लेनी, पर यह विरले टावे कर आशक ने चेते रखी गुरु की विचार नाल टुट के तेरे गुण बन जाएंगे। चित चेतस की नहीं बाबा हर विसरत तेरे गुण गल, तेरे गुण गल ते गुण गुरु तो मिलते गुरबाणी चो मिलते। दर से आ गया ना सौदा एक तो हट है, भाई गुरदास जी कहते ज्ञान का सौदा तेरे गुरु को, सौदा एक तो हट है सा सतगुर पूरा, औगुण लै औगुण लै रख लैंदा गुरु, तेरिया बुराइयां ने ना जिहड़ियां ये गुरु दे अगे ढेरी कर मत्था टेक दे ना महाराज, इस मत विच जिहड़ी बुराई है ना ये तू रख, खोटी मत दाता तू रख लै, सानू चंगी मत दे। साडी मत ते दाता यह है भी असीं लोगों के मूँह चो कट के खाण तक जांदे ते तेरे दर ते वह मत मिलती है जिहड़ी दुश्मन नू भी जो जख्मी है ना आपका ओक बना के हाए भी बिलक दे मूँह च पाणी पाउ, वह तेरे दर ते मत। साडी मत है लोगों के हक खाण वाली, दाता तेरे दर की मत है वंड के छक, औगुण लै इस दर से औगुण छड जा तू गुण बिक। भाई गुरदास जी कहते सिखा तेरा गुरु तो एडा महान है कि औगुण रख लेगा गुण दे,
ਘੁੰਮਦੇ ਚੋਰ ਕੋਲੇ ਕੀ ਸੀ? ਔਗਣ ਸੀ। ਉਹਦੇ ਔਗਣਾਂ ਦੇ ਬਦਲੇ ਗੁਰੂ ਨੇ ਗੁਣ ਦਿੱਤੇ। ਸੱਜਣ ਕੋਲੇ ਕੀ ਸੀ? ਔਗਣ ਸੀ। ਪਰ ਸੱਚੇ ਮਨੋਂ ਢੇਰੀ ਕਰਕੇ ਉਹਨੇ ਆ ਕੇ ਵੈਸੇ ਹੈ ਤਾਂ ਕਮਾਲ ਦੀਆਂ ਗੱਲਾਂ ਨਾ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਨੂੰ ਪੜ੍ਹ ਕੇ। ਜੇ ਘੁੰਮਣਾ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਾ, ਗੁਰੂ ਨਾਨਕ ਪਾਤਸ਼ਾਹ ਪੁੱਛਦੇ ਘੁੰਮਦੇ ਕੌਣ ਹੈ ਤੂੰ? ਕਹਿੰਦਾ ਜੀ ਮੈਂ ਤਾਂ ਚੋਰ ਹਾਂ। ਜੇ ਮੇਰੇ ਵਰਗਾ ਹੁੰਦਾ ਉਹਨੇ ਕਹਿੰਦਾ ਜੀ ਮੈਂ ਪ੍ਰਚਾਰਕ ਹਾਂ ਜੀ। ਕੋਈ ਹੋਰ ਥੋੜੇ ਜਿਹੇ ਵੱਡੇ ਢਿੱਡ ਵਾਲਾ ਬਾਬਾ ਹੁੰਦਾ, ਪੰਜ ਸੱਤ ਜਣੇ ਨਾਲ ਹੁੰਦੇ, ਉਹਨੇ ਕਹਿੰਦੇ ਸੀ ਮੈਂ ਸੰਤ ਬਾਬਾ ਫਲਾਣਾ ਸਿੰਘ ਬ੍ਰਹਮ ਗਿਆਨ ਉਹਨੇ ਏਦਾਂ ਕਹਿੰਦਾ। ਤੇ ਭੂਮੀਆਂ ਤਾਂ ਚੰਗਾ ਸੀ ਨਾ, ਸਿੱਧਾ ਦੱਸਤਾ ਵੀ ਮਹਾਰਾਜ ਮੈਂ ਤੇ ਚੋਰ ਹਾਂ। ਅਗਲੀ ਗੱਲ ਤਾਂ ਫਿਰ ਬਾਬੇ ਨਾਨਕ ਨੇ ਬਖਸ਼ਿਸ਼ ਦੇ ਰੂਪ ਚ ਕੀਤੀ ਹੈ ਨਾ। ਪਰ ਕਿੱਡਾ ਦਲੇਰ ਸੀ ਗੁਰੂ ਸਾਹਮਣੇ ਆ ਕੇ ਸੱਚ ਬੋਲਤਾ ਵੀ ਦਾਦਾ ਮੈਂ ਚੋਰ ਹਾਂ, ਚੋਰੀ ਕਰਦਾ। ਇੱਥੇ ਬੰਦਾ ਸਿਰੇ ਦਾ ਬੇਈਮਾਨ ਹੁੰਦਾ। ਗੁਰਦੁਆਰੇ ਦੇ ਪ੍ਰਬੰਧਕ ਨੂੰ 500 ਰੁਪਏ ਦੇ ਕੇ ਕਹਿੰਦਾ ਸਮਾਰ ਕੇ ਬੋਲੀ ਫਲਾਨਾ ਸੋ ਬੜਾ ਗੁਰਮੁਖ ਪਰਿਵਾਰ ਉਹਦੇ ਵੱਲੋਂ 500 ਦਿੱਤਾ। ਸਿਰੇ ਦਾ ਚੋਰ ਬੰਦਾ ਗੁਰੂ ਕੋਲੇ ਆ ਕੇ ਗੁਰਮੁਖ ਬਣਦਾ। ਤੇ ਜਿਹੜਾ ਚੋਰ ਸੀ ਨੇ ਦੱਸਦਾ ਦਾਤਾ ਮੈਂ ਚੋਰ ਹੈ, ਗੁਰੂ ਨੇ ਗੁਰਮੁਖ ਬਣਾਤਾ। ਇਸੇ ਨੂੰ ਕਹਿੰਦਾ ਪਾਤਸ਼ਾਹ ਨੇ ਗੁੱਝੀ ਗੱਲ ਜੀ ਤੀਜੇ ਸਤਿਗੁਰ ਪਾਤਸ਼ਾਹ। ਪਾਤਸ਼ਾਹ ਭਾਈ ਗੁਰਦਾਸ ਜੀ ਕਹਿੰਦੇ ਔਗਣ ਲੈ ਗੁਣ ਵਿਕਣਾ ਬਚਨੇ ਦਾ ਸੂਰਾ। ਤੇਰੇ ਔਗਣਾਂ ਨੂੰ ਗੁਰੂ ਰੱਖ ਲਏਗਾ, ਤੈਨੂੰ ਗੁਣ ਦੇ ਦੇ, ਉਹਨਾਂ ਗੁਣਾਂ ਕਰਕੇ ਤੇਰੀ ਜ਼ਿੰਦਗੀ ਪਾਰ ਹੋ ਜਾਏ। ਗੁਰੂ ਦੀ ਵਿਚਾਰ ਰਹਾਓ ਵਾਲਾ। ਪਹਿਲੀ ਪੰਕਤੀ ਹੈ ਕਰਨੀ ਕਾਕਦ ਮਨ ਮਸਵਾਣੀ ਬੁਰਾ ਭਲਾ ਦੁਲੇਖ। ਪਾਤਸ਼ਾਹ ਕਹਿੰਦੇ ਕਰਨੀ ਹੈ ਨਾ ਜਿਹੜੇ ਤੂੰ ਕੰਮ ਕਰਦਾ, ਇਹ ਤੇਰੇ ਲਿਖੇ ਜਾ ਰਹੇ ਆ। ਜੇ ਆਪਾਂ ਕਹਿੰਦੇ ਵੀ ਮੱਥੇ ਦਾ ਲਿਖਿਆ ਭਾਈ, ਜਿਹੜੇ ਤੇਰੇ ਮਨ ਦੇ ਵਿਚਾਰ ਹੈ ਇਹਨਾਂ ਦੇ ਮੁਤਾਬਕ ਤੇਰਾ ਸਰੀਰ ਆ ਜਿਹੜਾ ਉਹ ਐਕਸ਼ਨ ਕਰਦਾ, ਹਰਕਤ ਕਰਦਾ, ਕੰਮ ਕਰਦਾ। ਹੁਣ ਜਿਵੇਂ ਦੀ ਸ਼ਾਹੀ ਹੁੰਦੀ ਪੈਨ ਦੇ ਵਿੱਚ, ਤੇ ਜਦੋਂ ਪੈਨ ਚੱਲਦਾ ਉਹ ਰੰਗ ਵਿਖਰਦਾ ਜਾਂਦਾ। ਸਿੱਕੇ ਵਿੱਚ ਨੀਲਾ ਰੰਗ ਹੋਵੇ, ਸਿੱਕਾ ਚੱਲੇਗਾ ਤੇ ਨੀਲਾ ਰੰਗ ਉਗੜੇ ਆਉਣਾ। ਸਿੱਕੇ ਵਿੱਚ ਲਾਲ ਰੰਗ ਹੋਏਗਾ, ਜਦੋਂ ਸਿੱਕਾ ਚੱਲੇਗਾ ਪੈਨ ਚੱਲੇਗਾ ਲਾਲ ਰੰਗ ਉਗੜੇ ਆਉਣਾ। ਉਹ ਉਗੜੇ ਹੋਏ ਰੰਗ ਨੇ ਦੱਸ ਦੇਣਾ ਵੀ ਇਹਦੇ ਅੰਦਰ ਕੀ ਸੀ। ਤੁਰੂ ਦੇਖਣਾ ਉਗੜੇ ਹੋਏ ਰੰਗ ਨੇ ਦੱਸ ਦੇਣਾ ਵੀ ਇਹ ਨੀਲੀ ਸ਼ਾਹੀ ਹੈ, ਲਾਲ ਹੈ, ਕਾਲੀ ਹੈ, ਹਰੀ ਹੈ, ਪੀਲੀ ਹੈ, ਜੋ ਵਿੱਚ ਹੈ ਉਹ ਜਦੋਂ ਲਿਖੇਗਾ ਨਾ ਉਹ ਪ੍ਰਗਟ ਹੋ ਜਾਏਗਾ। ਤੇ ਪਾਤਸ਼ਾਹ ਕਹਿੰਦੇ ਬੰਦੇ ਦੀਆਂ ਹਰਕਤਾਂ ਤੋਂ ਪਤਾ ਲੱਗ ਜਾਂਦਾ ਵੀ ਉਹਦੇ ਅੰਦਰ ਕੀ, ਅੰਦਰ ਕੀ ਹੈ, ਉਹਦੇ ਹਰਕਤਾਂ ਤੋਂ ਤੇ ਕੰਮਾਂ ਤੋਂ ਪਤਾ ਲੱਗ ਜਾਂਦਾ। ਪਾਤਸ਼ਾਹ ਕਹਿੰਦੇ ਕਰਨੀ ਕਾਕਦ, ਤੇ ਗੁਰੂ ਦੇ ਦਰ ਤੇ ਨਾ ਜਿਹੜੀ ਇੱਕੋ ਇੱਕ ਚੀਜ਼ ਹੈ ਜਿਹੜੀ ਬਚੀ ਜਾਂਦੀ, ਇੱਕੋ ਚੀਜ਼ ਗੁਰੂ ਦਾ ਦਰ ਦੇ, ਹੋਰ ਨਹੀਂ ਗੁਰੂ ਪਾਤਸ਼ਾਹ ਵੇਖਦੇ ਬਈ ਗੁਰੂ ਨਾਨਕ ਦੇ ਦਰ ਤੇ ਬੰਦਾ ਆ ਰਿਹਾ ਤੇ ਹੱਥ ਵੇਖਦੇ ਨੇ ਗੁਰੂ ਨਾਨਕ ਪਾਤਸ਼ਾਹ ਚੈੱਕ ਕਰਦੇ ਆ, ਲਿਆ ਵੀ ਪਹਿਲਾਂ ਚੈੱਕ ਕਰਾਓ ਕਿੰਨੇ ਪੈਸੇ ਲੈ ਕੇ ਆਏ। ਇਹ ਤਾਂ ਵੱਡਾ ਨੋਟ ਲੈ ਕੇ ਆਇਆ, ਤੈਨੂੰ ਖੁੱਲਾ ਕੱਪਾ ਮਿਲੂਗਾ, ਜੇ ਮੈਂ ਟੁੱਟਿਆ ਭੱਜਿਆ ਲੀ ਕਰਦਾ ਤੇ ਫਿਰ ਨਹੀਂ ਕੋਈ ਮਿਲਣਾ। ਹੱਥ ਨਹੀਂ ਵੇਖ, ਕੱਪੜੇ ਨਹੀਂ ਵੇਖਣੇ ਪਾਤਸ਼ਾਹ ਨੇ ਵੀ ਕਿੰਨੇ ਰੁਪਏ ਮੀਟਰ ਵਾਲਾ ਪਾ ਕੇ ਆਇਆ, ਕਿੰਨਾ ਮਹਿੰਗਾ ਪਾਇਆ। ਨਹੀਂ, ਇਹ ਲੋਕ ਵੇਖਦੇ, ਜਾਤ ਨਹੀਂ ਵੇਖਣੀ ਗੁਰੂ ਨੇ ਕਿਹੜੀ ਜਾਤ ਹੈ, ਤੇਰੇ ਬਾਪ ਦਾ ਨਾਂ ਕੀ ਹੈ, ਤੇਰੇ ਦਾਦੇ ਦਾ ਨਾਂ ਕੀ ਹੈ, ਤੇਰੇ ਫਿੰਗਰ ਪ੍ਰਿੰਟ ਨਹੀਂ ਲੈਣੇ, ਆਧਾਰ ਕਾਰਡ ਨਹੀਂ ਵੇਖਣਾ ਗੁਰੂ ਨੇ ਤੇਰਾ, ਨਾ ਕੋਈ ਚੀਜ਼ ਨਹੀਂ ਪਰਖੀ ਜਾਣੀ ਹੈ। ਗੁਰੂ ਦੀ ਸੰਗਤ ਵਿੱਚ ਆਇਆ ਤੇਰਾ ਕੁੱਝ ਨਹੀਂ ਪਰਖਿਆ ਜਾਣਾ, ਇੱਕੋ ਚੀਜ਼ ਪਰਖੀ ਜਾਣੀ। ਗੁਰੂ ਨੇ ਬਖਸ਼ਿਸ਼ ਝੋਲੀ ਚ ਪਾਉਣ ਲੱਗਿਆ, ਤੇਰੀ ਕਰਨੀ ਕੀ ਹੈ, ਤੇਰਾ ਕਿਰਦਾਰ ਕੀ ਹੈ, ਆਚਾਰ ਕੀ ਹੈ। ਗੁਰੂ ਦੇ ਦਰ ਤੇ ਕਰਨੀ ਪਰਖੀ ਜਾਂਦੀ, ਜੇ ਕਰਨੀ ਵਧੀਆ ਨਹੀਂ ਨਾ, ਇਹ ਪਾਤਸ਼ਾਹ ਕਹਿੰਦੇ ਕਥਨੀ ਦੀ ਕੋਈ ਵੈਲਿਊ ਨਹੀਂ ਹੈ। ਇੱਕ ਫਿਰੇ ਹਨੇਰੇ ਕਰੇ ਗੱਲਾਂ, ਗੱਲੀ ਕਹਿੰਦੇ ਨਾ ਪਾਇਆ। ਇੱਕ ਬੰਦਾ ਸਵੇਰੇ ਉੱਠ ਕੇ ਉਹ ਕਹਿੰਦਾ ਸ਼ਰਾਬ ਕਹਿੰਦਾ ਬੋਲੀ ਮਾੜੀ ਹੈ, ਨਹੀਂ ਪੀਣੀ ਚਾਹੀਦੀ। ਕੋਲੇ ਬੈਠੇ ਬੰਦੇ ਪ੍ਰਭਾਵ ਪਾਉਂਦੇ, ਕਹਿੰਦੇ ਦੇਖ ਸ਼ਰਾਬ ਤੇ ਕਿੰਨਾ ਸੋਹਣਾ ਲੈਕਚਰ ਦਿੰਦਾ। ਉਹ ਕਹਿੰਦਾ ਲੈਕਚਰ ਇਹ ਸ਼ਾਮ ਦੇ 4:30 ਤੱਕ ਹੀ ਹੈ, ਕਹਿੰਦਾ ਉਹ ਤੋਂ ਬਾਅਦ, ਕਹਿੰਦਾ ਉਹ ਤੋਂ ਬਾਅਦ ਇਹਨੂੰ ਚੱਕ ਕੇ ਲਿਆਉਣਾ ਪੈਂਦਾ ਫਿਰ ਪੀ ਲੈਂਦਾ। ਪਾਤਸ਼ਾਹ ਕਹਿੰਦੇ ਕਰਨੀ, ਇਹ ਤੇਰਾ ਜੀਵਨ ਆ ਜਿਹੜਾ ਇਹ ਵਧੀਆ ਹੋਣਾ ਚਾਹੀਦਾ। ਅੱਗੇ ਕਰਨੀ ਕੀਰਤ ਬੱਚੀ ਹੈ, ਜੈ ਕਰਨੀ
ते पूरी मत करनी बाजो कटे कर जे किरदार नहीं तेरी करनी नहीं बदी ते फिर गुरु परमात्मा दे दर्शन करवाने नहीं है। करनी कागद मन मस्तवाणी तेरे मन दे विचार तेरी करनी नु प्रभावित करते हैं तेरे कम्मां नु प्रभावित करते हैं जिवें दे ख्याल ने उवें दे बंदा एक्शन करता है उवें दे कम्म करता है। ख्याल वधिया ने विचार वधिया सोच वधिया ते कम्म भी वधिया जे माड़े काम कर रहे हैं तो मतलब तेरी सोच माड़ी है। पाशा कहते जो जी होए सो उगवे जेड़ा अंदर बीज पिया ना परत अंदर उगे होना हरा हो जाना है। हुण कणक दा बीज बीजता उगे होना ने ते जो उगे होगा देख भी लेना लोगों ने खेतों में अड्डो अड्ड बीज बीजन किसी ने जमी बीजी किसी ने कणक बीजी किसी ने कुछ बीजिया किसी ने कुछ बीजिया पता किवें लगेगा ज्यों ज्यों बीज बाहर निकली जाएंगे हरी हुई जाएंगे टंगूर मारी जाएंगे फुटी जाएंगे पता लगी जाएगा। हुण सतगुरु कहते हे मनुख तेरे मन के विचार तेनू चंगा जां माड़ा बनाउंदे ने करनी कागद मन मसन बुरा भला कोई लेख पाए इहदे नाल ही बुरे जां चंगे लेख बनदे माड़ा काम करेगा लेख माड़े बन जाने चंगा काम करेगा लेख चंगे बन जाएंगे। सतगुरु की बाणी आप पढ़ते माड़े लेख बंदा लिखता है लिखे ना बाणी में शेख फरीद साहब का वचन आप पढ़ते हैं फरीदा जे तू अकल लतीफ अगे की लिखे काले लिखना बंदे नूं कहा ना ये बंदे जे तू सियाणी मत वाला है ते अपने लेख काले ना लिख ऐ तां नहीं कहा भी रब्बा जे तू अकल लतीफ काले लिख ना लेख भी रब्बा तू ना लोगों के काले लेख लिख तो वधिया लिख रब तो सारे दी वधिया लिखदा बाणी कहिंदी फरीदा जे तू अकल लतीफ काले लिख ना लेख आपदे लेख काले लिख लैंदा माड़े लिख लेना फिर तेरे नाल होर भी प्रभावित होंदे ने ते जे तू सियाणा काले लेख लै नशे की दुनिया वल पहला कदम पट रहा ना शेख फरीद साहब कहते आप नड़ै गरीबान मैं काले लेख लिखण तो पहला अंदर झाती मार लैना नतीजा खतरनाक होना तू लिख रहे काले लेख बाणी ना डंके की चोट पर कहती है निर्मल रसना अमृत पियो तू गुरु दे लिखे हुए लेखों तो मूंह मोड़ के अपने लेख आप लिख रहे ना अपने माड़े लेख नशे वाले पासे जा रहे गुरु कदों कह रहा नशे वाले पासे जा रहा वो तो मोड़ रहे थे आवाजा दे के वापस आ जाए अमृत का व्यापारी होवे क्या मद शुष है भाव तर है गुरु का आवाज देके कहते हैं गुरु घर चे आवाजा आदियां ने पीवो पहोल खंडे धार कोई जन्म सुहेला पर गुरु की मत तो टुट के बंदा अपने लेख माड़े आप लिखते जो तो नशे च पैंदा है बर्बादी आउंदी है कलेश आउंदा है घरे लड़ाई आउंदी है बच्चों का भविष्य खराब होंदा ते ए लिखे हुए लेखों का जिम्मेवार कौन है बंदा खुद है ये मनन नूं तैयार नहीं कबूल नहीं करता फिर उलांभा रब नूं दिंदा इवें करदा ना बंदा सारी जिंदगी नशा करता है घर वाली समझाउंदी भी नशा ना कर बच्चे रुली जाणगे अपने चुप करके बैठ तैनूं ते पता बाली सैणी मां समझाउंदी कि ना पुत नशा ना कर बहुत माड़ा देख लै घरां दे घर बर्बाद हो गए मसां पालिया तैनूं नशा ना करिया मनदा ही नहीं मां दी प्यो की नहीं मनता रिश्तेदार की नहीं मनता सारी जिंदगी रज के पीता बंदा नशा करता जमा जब शरीर खत्म हो जाता चलो घर के चाके हस्पताल ले जाते जो हस्पताल ले जाते हस्पताल चैक चुक करके जवाब दे भाई ये खत्म होया पे अंदरों ही नशा करके एदा नहीं हल होना ठीक नहीं होना थोड़ा टाइम ही कटू घरे लै जाओ तुम इदा के होंगे ना कि सीरियस केस घरे लै जाओ इन इन सुधरन वाला इन बचन वाला इन ठीक
ਤੇ ਘਰ ਦੇ ਲਿਆ ਕੇ ਬੰਦੇ ਨੂੰ ਘਰੇ ਬਾਂਹ ਦੇ ਵੀ ਚੱਲ ਜਿੰਨੇ ਦਿਨ ਹੈਗਾ। ਆਂਢੀਆਂ ਗੁਆਂਢੀਆਂ ਨੂੰ ਪਤਾ ਲੱਗਦਾ, ਰਿਸ਼ਤੇਦਾਰਾਂ ਨੂੰ ਪਤਾ ਲੱਗਦਾ ਵੀ ਫਲਾਣੇ ਉਹਦਾ ਜਵਾਬ ਦੇਤਾ, ਓਏ ਚਲੋ ਜਾਂਦੀ ਵਾਰ ਪਤਾ ਹੀ ਲਿਆ ਜੀ ਉਹਦਾ। ਰਿਸ਼ਤੇਦਾਰ ਪਤਾ ਲੈਣ ਆਉਂਦੇ, ਆਂਢੀ ਗੁਆਂਢੀ ਪਤਾ ਲੈਣ ਆਉਂਦੇ, ਜਾਣ ਪਹਿਚਾਣ ਵਾਲੇ ਉਹ ਨਸ਼ਈ ਬੰਦੇ ਦਾ ਪਤਾ ਲੈਣ ਆਉਂਦੇ ਵੀ ਚਲੋ ਹੁਣ ਤਾਂ ਕੰਮ ਨਿਬੜ ਚੱਲੇ, ਪਤਾ ਲਿਆ ਹੀ ਹੈ। ਤੇ ਬੰਦਾ ਬਿਸਤਰੇ 'ਚ ਪਿਆ ਹੁੰਦਾ ਕਮਰੇ 'ਚ, ਰਿਸ਼ਤੇਦਾਰ ਪੁੱਛਦੇ, ਦੋਸਤ ਮਿੱਤਰ ਪੁੱਛਦੇ, ਜਿਹੜੇ ਪਤਾ ਲੈਣ ਆਉਂਦੇ ਆਂਢੀ ਗੁਆਂਢੀ ਪੁੱਛਦੇ, ਕਿਉਂ ਫਲਾਣਾ ਸਿਆਂ ਕੀ ਹੋ ਗਿਆ। ਜਿਹੜੇ ਸਾਰੀ ਜ਼ਿੰਦਗੀ ਰੱਜ ਕੇ ਦਾਰੂ ਪੀਤੀ ਹੁੰਦੀ ਨਾ, ਨਾ ਗੁਰੂ ਦੀ ਸੁਣੀ, ਨਾ ਪਰਿਵਾਰ ਦੀ ਸੁਣੀ, ਨਾ ਰਿਸ਼ਤੇਦਾਰਾਂ ਦੀ ਸੁਣੀ, ਜਿਹੜਾ ਸਾਰੀ ਜ਼ਿੰਦਗੀ ਰੱਜ ਰੱਜ ਬੱਕਰੇ ਬੁਲਾਉਂਦਾ ਰਿਹਾ, ਉਹਨੂੰ ਜਦੋਂ ਐਨ ਮਰਨ ਕਿਨਾਰੇ ਪਿਆ ਹੁੰਦਾ, ਲੋਕ ਪੁੱਛਣ ਜਾਂਦੇ ਵੀ ਕੀ ਹੋ ਗਿਆ, ਆਹ ਬਿਮਾਰ ਹੋ ਗਿਆ, ਕਹਿੰਦਾ ਹੋਰ ਭਰਾਵਾ ਕੀ ਕਰ ਗਏ, ਸਾਡਾ ਤਾਂ ਰੱਬ ਹੀ ਬੈਰੀ ਬਣ ਗਿਆ। ਅਸੀਂ ਜਵਾਬ ਦਿੰਦਾ ਨਾ ਬੰਦਾ, ਅੱਛਾ ਰੱਬ ਰੱਬ ਤੈਨੂੰ ਬਾਂਹ ਫੜ ਕੇ ਠੇਕੇ ਤੇ ਲੈ ਕੇ ਜਾਂਦਾ ਹੁੰਦਾ ਸੀ, ਰੱਬ ਨਹੀਂ ਬੈਰੀ ਬਣਿਆ, ਤੂੰ ਆਪਣੇ ਪਰਿਵਾਰ ਦਾ, ਤੂੰ ਆਪਣੇ ਜੀਵਨ ਦਾ ਖੁਦ ਬੈਰੀ ਬਣਿਆ, ਆਪਣੇ ਘਰ ਦਾ ਬੈਰੀ। ਬੰਦਾ ਕਹਿੰਦਾ ਫਲਾਣੇ ਦਾ ਸ਼ਰਾਪ ਲਾ ਗਿਆ, ਸ਼ਰਾਪ ਤੈਨੂੰ ਤੇਰਾ ਆਪ ਦਾ ਲੱਗਿਆ, ਜਿਹੜਾ ਤੂੰ ਲੱਖਾਂ ਮਨ ਗੁੜ ਜਿਹੜਾ ਤੂੰ ਢਿੱਡ ਸੁੱਟ ਲਿਆ, ਇਹ ਸ਼ਰਾਪ ਤੂੰ ਆਪ ਦਾ ਲੱਗਿਆ। ਫਲਾਣੇ ਨੂੰ ਫਲਾਣੇ ਦਾ ਸ਼ਰਾਪ ਲੱਗ ਗਿਆ ਭਾਜੀ, ਤਾਂ ਵੀ ਸਿੱਧਾ ਕਿ ਠੇਕੇ ਵਾਲਾ ਸ਼ਰਾਬ ਲਾ ਕੇ ਮੈਂ 50-60 ਡੱਬੇ ਪੀ ਗਏ ਉਹਨਾਂ। ਹੁਣ ਇਹ ਕੀ ਹੈ, ਬੰਦੇ ਨੇ ਆਪਣੇ ਕਾਲੇ ਲੇਖ ਆਪ ਲਿਖ ਲਏ। ਕਿਸੇ ਨੂੰ ਕਹਿੰਦਾ ਸੇਖਰੀ ਸਾਹਿਬ ਨੇ, ਬੰਦਾ ਸਾਰੀ ਜ਼ਿੰਦਗੀ ਕਿੱਕਰ ਬੀਜ ਕੇ ਦਾਤਾਂ ਦੀ ਉਮੀਦ, ਜਿੱਦਾਂ ਲੋੜਾਂ ਦਾਤ ਪੈ ਜਾਂਦੀਆਂ, ਕਿੱਕਰ ਬੀਜਿਆ ਜੱਟ ਮਾੜੇ ਕੰਮ, ਕੰਡੇ ਬੀਜ ਕੇ ਦਾਤਾਂ ਦੀ ਉਮੀਦ, ਇਹ ਨਹੀਂ। ਜੇ ਚਾਹੁੰਦੇ ਕਿ ਸਾਡੇ ਲੇਖ ਮਾੜੇ ਨਾ ਲਿਖੇ ਜਾਣ, ਜੇ ਸਾਡੇ ਭਾਗ ਮਾੜੇ ਨਾ ਬਣਨ, ਤੇ ਜਾ ਕੇ ਜਾਈਏ ਗੁਰੂ ਦੀ ਮੱਤ ਮੁਤਾਬਕ ਜਾ ਕੇ। ਫਿਰ ਕਈਆਂ ਪਰਿਵਾਰਾਂ 'ਚ ਕਲੇਸ਼ ਹੁੰਦਾ ਨਾ, ਨੂੰਹ ਬਹੁਤ ਲੜਦੀ ਹੈ, ਕੰਡੇ ਬੀਜੇ ਤਾਂ ਲੜਾਈ ਹੋਈ, ਕਈ ਪਰਿਵਾਰ ਵਾਲੇ ਮੁੱਕਰ ਜਾਂਦੇ, ਨਾ ਅਸੀਂ ਕਦੋਂ ਕਿੱਕਰ ਬੀਜੀ ਆ। ਨਹੀਂ ਭਾਈ, ਬਾਣੀ ਕਹਿੰਦੀ ਹੈ ਕਿੱਕਰਾਂ ਨੂੰ ਕੰਡੇ ਹੀ ਲੱਗਦੇ ਨੇ, ਬੀਜੀ ਹੈ। ਜਿਹਦੇ ਬੱਚੇ ਦਾ ਰਿਸ਼ਤਾ ਕੀਤਾ, ਉਹਦੇ ਗੁਰੂ ਤੋਂ ਮੱਤ ਲੈ ਕੇ ਰਿਸ਼ਤਾ ਕੀਤਾ ਸੀ ਜਾਂ ਸੌਦਾ ਕੀਤਾ ਸੀ? ਜੇ ਤਾਂ ਸੌਦਾ ਕੀਤਾ ਸੀ ਤੇ ਕਿੱਕਰ ਬੀਜੀ ਸੀ, ਫਿਰ ਤਾਂ ਮਾੜੇ ਲੇਖ ਲਿਖ ਲਏ ਸੀ ਉਸੇ ਦਿਨ। ਇਹਦਾ ਨਤੀਜਾ ਕਿਸੇ ਦੀ ਕਿੱਕਰ ਨੂੰ 3 ਮਹੀਨਿਆਂ ਬਾਅਦ ਲੱਗ ਜਾਂਦੇ ਕੰਡੇ, ਕਿਸੇ ਦੀ 1-1.5 ਸਾਲ ਕੱਢ ਜਾਂਦੀ ਭਾਈ। ਤੇ ਹੁਣ ਬੀਜ ਬੀਜੇ ਤੇ ਡਿਪੈਂਡ ਆ ਨਾ ਵੀ ਕਿੱਕਰ ਹਰੀ ਕਿੰਨੇ ਚਿਰ ਬਾਅਦ ਹੁੰਦੀ। ਜਿੱਦੇ ਬੱਚੇ ਦੀ ਅੰਗੇਜਮੈਂਟ ਕੀਤੀ, ਜਿਹਦੇ ਰਿਸ਼ਤਾ ਕੀਤਾ, ਬਹੁਤੇ ਤੌਹਦੇ ਕਿੱਕਰ ਬੀਜ ਲੈਂਦੇ, ਬੀਜਦੇ ਨਾ ਕਿੱਕਰ। ਉਹ ਤਾਂ ਕੋਈ ਵਿਰਲੀ ਮਾਂ ਵਿਰਲਾ ਬਾਪ ਆਉਂਦਾ ਹੋਏਗਾ ਗੁਰੂ ਕੋਲੇ, ਬਾਦਸ਼ਾਹ ਤੁਹਾਡੇ ਗਿਆਨ ਮੁਤਾਬਕ, ਤੁਹਾਡੀ ਸਿੱਖਿਆ ਮੁਤਾਬਕ ਬੱਚੇ ਬੱਚੀ ਦਾ ਅਸੀਂ ਆਨੰਦ ਕਾਰਜ ਕਰਨਾ, ਕਿਤੇ ਸਭ ਤੋਂ ਕਿੱਕਰ ਨਾ ਬੀਜੀ ਜਾਣ, ਅਸੀਂ ਕਿਤੇ ਮੱਥੇ ਦੇ ਲੇਖ ਮਾੜੇ ਨਾ ਲਿਖ ਲਈਏ। ਮਹਾਰਾਜ ਲੇਖ ਸਾਡੇ ਮੱਥੇ ਦੇ ਮਾੜੇ ਨੇ, ਸਾਡੇ ਘਰ ਦੇ ਭਾਗ ਤੇ ਮਾੜੇ ਨਾ ਲਿਖ ਜਾਣ, ਤੁਸੀਂ ਦੱਸੋ ਪਾਤਸ਼ਾਹ। ਪਾਤਸ਼ਾਹ ਕਹਿੰਦੇ ਇੱਕ ਗੱਲ ਕਰਿਓ, ਬੱਚਾ ਬੱਚੀ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਨਾ ਪਾਤਸ਼ਾਹ ਕਹਿੰਦੇ ਲਾਲਚ ਮਨ ਚੋਂ ਕੱਢਿਓ, ਗੁਣਾਂ ਦੀ ਸਾਂਝ ਦੇ ਆਧਾਰ ਤੇ ਦਾਜ ਦੇ ਲੋਭੀ ਬਣ ਕੇ ਨਾ ਰਿਸ਼ਤਾ ਜੋੜੇ, ਨਾ ਧੀ ਵਾਲੇ ਤੇ ਨਾ ਪੁੱਤ, ਗੁਣ ਵੀ ਔਰ ਮਨਮੁਖ ਦਾਜ ਰੱਖ ਕੂੜ ਅਹੰਕਾਰ ਕੱਚ ਪਾਜੋ। ਇਹ ਵਿਚਾਰਾਂ ਕਦੇ ਗੁਰੂ ਪਾਤਸ਼ਾਹ ਦੀਆਂ ਸੁਣ ਕੇ ਸਮਝ ਕੇ ਵਿਚਾਰ ਕੇ ਅਸੀਂ ਫੈਸਲੇ ਲਈਏ ਤੇ ਕਿਉਂ ਮਾੜੇ ਲੇਖ ਲਿਖੇ ਜਾਣਗੇ? ਪਰ ਨਾ, ਅਸੀਂ ਆਪਣੀ ਮੱਤ ਮੁਤਾਬਕ ਆਪ ਲੇਖ ਲਿਖੇ, ਜਦੋਂ ਕਿ ਆਖੇ ਚਾਹ ਵੀ ਉਦਾਂ ਭਾਈ ਫਲਾਣੇ ਥਾਂ ਤੋਂ ਰਿਸ਼ਤਾ ਕਰਾਂ, 20 ਲੱਖ ਨਗਦ ਲਾ ਦੇਣਾ ਉਹਨਾਂ ਨੇ, ਬਾਕੀ ਸਾਰਾ ਖਰਚਾ ਉਹਨਾਂ ਦਾ, ਲਾਲਾਂ ਡਿੱਗ ਪੈਂਦੀਆਂ ਲੋਕਾਂ ਦੀਆਂ। ਫਿਰ ਨੀ ਗੁਣਾਂ ਦੇ ਆਧਾਰ ਤਾਂ ਨੀ ਰਿਸ਼ਤਾ, ਕੋਈ ਵਿਰਲਾ ਟਾਵਾਂ ਜਿਹੜਾ ਕਰਦਾ ਹੋਏਗਾ, ਉਹਦੇ ਕੰਡੇ ਬੀਜੇ ਜਾਂਦੇ ਨੇ, ਉਹਦੇ ਕਿਤੇ ਪਰਿਵਾਰ ਵਾਲੇ ਜਾਣ, ਪੁੱਤ ਵਾਲੇ ਜਾਣ, ਧੀ ਵਾਲਿਆਂ ਦੇ ਘਰੇ ਵਿਹੜੇ 'ਚ ਬਹਿ ਕੇ ਬੱਚੀ ਵਾਲਿਆਂ ਦਾ ਪਰਿਵਾਰ ਬੈਠਾ ਹੋਵੇ, ਬੱਚੇ ਵਾਲਿਆਂ ਦਾ ਪਰਿਵਾਰ ਬੈਠਾ ਹੋਵੇ, ਭਰੇ ਪਰਿਵਾਰ ਦੇ ਵਿੱਚ ਬੱਚੇ ਦੀ ਮਾਂ ਕਵੇ, ਬੱਚੇ ਦਾ ਬਾਪ ਕਵੇ, ਵੀ ਸਾਨੂੰ ਨੀ ਕੱਖ ਚਾਹੀਦਾ। ਅੱਜ ਸਾਡੇ ਘਰੇ ਇੱਕ ਚੁੱਲ੍ਹੇ ਤੇ ਇੱਕ ਦਾਲ ਬਣਦੀ ਹੈ ਤੇ ਉਸੇ ਦਾਲ ਨੂੰ ਤੁਹਾਡੀ ਧੀ ਪ੍ਰਸ਼ਾਦਾ ਛਕੇ। ਜੇ ਸਾਡੇ ਚੁੱਲ੍ਹੇ ਤੇ 2 ਸਬਜ਼ੀਆਂ ਬਣ ਲੱਗ ਗਈਆਂ, ਤੁਹਾਡੀ ਬੱਚੀ ਨੂੰ ਵੀ 2 ਸਬਜ਼ੀਆਂ ਦਾ ਪ੍ਰਸ਼ਾਦਾ ਮਿਲੇ। ਮਾਂ ਕਵੇ ਜੇ ਅੱਜ ਮੇਰੇ 50 ਰੁਪਏ ਮੀਟਰ ਵਾਲਾ ਸੂਟ ਪਾਇਆ ਵਾ, ਤੁਹਾਡੀ ਧੀ ਨੂੰ ਵੀ 50 ਰੁਪਏ ਮੀਟਰ ਵਾਲਾ ਮਿਲੇਗਾ। ਕੱਲ ਨੂੰ ਮੈਂ 5000 ਵਾਲਾ ਸੂਟ ਪਾਉਣ ਜੋਗੀ ਹੋਊਗੀ, ਤੁਹਾਡੀ ਧੀ ਨੂੰ ਵੀ 5000 ਵਾਲਾ ਮਿਲ ਜਾਏਗਾ। ਅੱਜ ਸਾਡੇ ਕੋਲ ਆਉਣ ਜਾਣ ਲਈ ਮੋਟਰਸਾਈਕਲ ਆ, ਤੁਹਾਡੀ ਬੱਚੀ ਵੀ ਮੋਟਰਸਾਈਕਲ ਤੇ ਆਈ ਜਾਏਗੀ। ਕੱਲ ਨੂੰ ਅਸੀਂ ਗੱਡੀ ਲੈਣ ਜੋਗੇ ਹੋ ਗਏ ਤੇ ਗੱਡੀ ਤੇ ਆ ਜਾਏਗਾ।
बस सानू कख नहीं चाहिदा, सानू तुहाडी धी चाहीदी है। इक्को शर्त है, ये मेरी धी बन के रवे ते मैं इहदी मां बन के रवां, होर नहीं कुछ चाहिदा। फिर माड़े भाग नहीं बनणगे, फिर मत्थे ते हथ नहीं मारना पैंदा। ਇਹ ਵਿਚਾਰਾ ਕਿੰਨੇ ਪਰਿਵਾਰ ਕਰਦੇ ਆ ਜੀ, ਇਹ ਤਾਂ ਮੌਕੇ ਨਹੀਂ ਕਰਦੇ। ਜਦੋਂ ਵਿਚੋਲਾ ਦੱਸ ਜਾਂਦਾ ਵੀ ਇੰਨਾ ਕੁ ਦੇਣਗੇ, ਫਿਰ ਤਾਂ ਨਹੀਂ ਕਿ ਬੱਚੀ ਨੇ ਕਿੰਨੀ ਪੜ੍ਹਾਈ ਕੀਤੀ ਹੈ, ਉਹਦੀ ਕੁਆਲੀਫਿਕੇਸ਼ਨ ਕੀ ਹੈ, ਕਿਹੜੀ ਡਿਵੀਜ਼ਨ ਲੈ ਕੇ ਪਾਸ ਹੁੰਦੀ ਰਹੀ ਹੈ, ਕਿੰਨੀ ਪੜ੍ਹੀ ਹੈ ਉਹ, ਨਾ ਇਹਦੇ ਬਾਰੇ ਕੁਝ ਪੁੱਛਣ ਦੀ ਲੋੜ। ਕੈਸ਼ ਦੇ ਰਹੇ, ਗੱਡੀ ਦੇ ਰਹੇ, ਇੰਨਾ ਸੋਨਾ ਦੇ ਰਹੇ, ਸਾਰਾ ਕੁਝ ਮਨਜ਼ੂਰ ਹੈ। ਫਿਰ ਉਹ ਬੱਚੇ ਆ ਕੇ ਗਿਣ ਗਿਣ ਬਦਲੇ ਲੈਂਦੇ, ਫਿਰ ਹੀ ਬਾਅਦ ਚ ਆਉਂਦੀਆਂ ਸਮੱਸਿਆਵਾਂ, ਮੁਸ਼ਕਲਾਂ ਫਿਰ ਆਉਂਦੀਆਂ, ਲੜਾਈਆਂ ਪੈਂਦੀਆਂ ਨੇ ਘਰਾਂ ਚ, ਕਾਲੇ ਲੇ ਖਾਪ ਲੇ। ਸਾਡੀ ਅੰਦਰ ਦੇ ਖਿਆਲ ਨੇ ਸਾਡੀ ਕਰਨੀ ਬਣਾ ਦਿੱਤੀ, ਅਸੀਂ ਲੋਭੀ ਬਣ ਗਏ। ਬਾਣੀ ਕਹਿੰਦੀ ਹੈ ਲਾਲਚ ਛੋਡੋ, ਅੰਧੇ ਹੋ ਲਾਲਚ ਦੁੱਖ ਆਏ। ਉਹਨੇ ਸਮੱਸਿਆਵਾਂ ਪੈਦਾ ਕੀਤੀਆਂ ਸਾਡੇ ਘਰਾਂ ਚ, ਉਹ ਫਿਰ ਬੱਚੇ ਨਹੀਂ ਰਿਸਪੈਕਟ ਕਰਦਾ ਨਾ। ਜਿਹੜੀ ਧੀ ਨੇ ਆਪਦਾ ਬਾਪ 18-20 ਲੱਖ ਇਕੱਠਾ ਕਰਨ ਦੇ ਲਈ ਲੋਕਾਂ ਦੀਆਂ ਮਿੰਨਤਾਂ ਕਰਦਾ ਸੁਣਿਆ ਹੋਵੇ, ਕਦੇ ਫੋਨ ਤੇ ਕਿਸੇ ਨੂੰ ਫੋਨ ਕਰਦਾ ਯਾਰ ਮੈਨੂੰ ਕੁੜੀ ਦਾ ਵਿਆਹ ਨੇੜੇ ਆ ਗਿਆ, 5-7 ਲੱਖ ਦਾ ਹੱਲ ਕਰੋ, ਘਟਦਾ ਮੇਰੇ ਕੋਲੇ। ਜਦੋਂ ਕਿਸੇ ਨੂੰ ਫੋਨ ਕਰਦਾ ਨਹੀਂ ਹੱਲ ਬਣਦਾ, ਪਿਓ ਨੂੰ ਟੈਨਸ਼ਨ ਹੁੰਦੀ, ਮਾਂ ਬੱਚੀ ਵੇਖਦੀ ਆ ਜਿਉਂ ਜਿਉਂ ਮੇਰਾ ਵਿਆਹ ਨੇੜੇ ਆਇਆ ਪਿਓ ਦੀ ਅੱਖਾਂ ਦੀ ਨੀਂਦ ਉੱਡ ਗਈ ਸੀ, ਜਿਉਂ ਜਿਉਂ ਮੇਰਾ ਵਿਆਹ ਨੇੜੇ ਆਇਆ ਮਾਂ ਸੌਣੋਂ ਹਟ ਗਈ ਸੀ ਚੱਜ ਨਾਲ। ਤੇ ਵਿਆਹ ਤੋਂ ਬਾਅਦ ਜਦੋਂ ਬਾਪੂ ਨੇ ਹਿਸਾਬ ਕਰਿਆ ਵੀ ਘੱਟੋ ਘੱਟ 20-22 ਲੱਖ ਕਰਜ਼ਾ ਚੜ ਗਿਆ, ਭਰਾ ਮੇਰਾ ਹਾਲੇ ਕੁਆਰਾ, ਵੀ ਹਾਲੇ ਕੀ ਬਣੇਗਾ, ਭਰਾ ਦੇ ਮੇਰੇ ਸਿਰ ਤੇ ਕਬੀਲਦਾਰੀ ਆ ਗਈ, 20-22 ਲੱਖ ਦਾ ਮੇਰੇ ਵਿਆਹ ਦਾ ਕਰਜ਼ਾ। ਉਹ ਬੱਚੀ ਦਾ ਦਿਲ ਕਿਵੇਂ ਰਿਸਪੈਕਟ, ਉਹਦੇ ਮਨ ਚ ਕਿਵੇਂ ਪਿਆਰ ਪੈਦਾ ਹੋਏਗਾ ਸੱਸ ਦੇ ਸਹੁਰੇ ਦੇ। ਉਹ ਜੇ ਪਿਆਰ ਚਾਹੁੰਦੇ ਅਸੀਂ, ਇਹ ਫਿਰ ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਵਪਾਰ ਕਰਨਾ ਛੱਡ ਦਈਏ, ਫਿਰ ਨਹੀਂ ਮਾੜੇ ਲੇਖ ਲਿਖੇ ਜਾਣ। ਨੂਹਾਂ ਵੀ ਧੀਆਂ ਬਣ ਕੇ ਰਹਿਣਗੀਆਂ ਤੇ ਫਿਰ ਸੋਹਣਾ ਮਾਹੌਲ ਬਣ ਜਾਏਗਾ। ਉਹ ਆਪਾਂ ਨੂੰ ਹਿੰਮਤ ਕਰਨੀ ਪਵੇਗੀ, ਉਹ ਲੇਖ ਅਸੀਂ ਮਾੜੇ ਲਿਖੇ ਆਪ ਖੁਦ। ਜੇ ਗੁਰੂ ਦੀ ਮੱਤ, ਗੁਰੂ ਦਾ ਗਿਆਨ ਲੈ ਕੇ ਸਿਆਣੇ ਬਣ ਜਾਂਗੇ ਤੇ ਨਤੀਜਾ ਵਧੀਆ ਮਿਲੇਗਾ। ਹੁਣ ਪਾਤਸ਼ਾਹ ਕਹਿੰਦੇ ਕਰਨੀ ਕਾਕਤ ਮਨ ਵਸਵਾਣੀ ਬੁਰਾ ਭਲਾ ਦੋ ਲੇਖ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ। ਤੇ ਜਿਵੇਂ ਸੁਭਾਅ ਬਣ ਜਾਂਦਾ ਪਾਤਸ਼ਾਹ ਕਹਿੰਦੇ ਉਵੇਂ ਬੰਦਾ ਤੁਰਦਾ। ਕਿਰਤਾ ਤਾਂ ਸੁਭਾਅ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇੱਥੇ ਵੀ ਕਿਰਤ ਅਰਥ ਸੁਭਾਅ, ਨੱਕ ਨੱਥ ਅਸਮ ਹੱਥ ਕਿਰਤ ਧੱਕੇ ਦੀ ਪਾਤਸ਼ਾਹ ਕਹਿੰਦੇ ਬੰਦੇ ਨੂੰ ਸੁਭਾਅ ਧੱਕ ਧੱਕ ਕੇ ਲੈ ਜਾਂਦਾ, ਨਹੀਂ ਬਦਲਦਾ ਸੁਭਾਅ ਬਹੁਤ ਆਉਂਦਾ। ਗੁਰੂ ਦੀ ਵਿਚਾਰ ਅੰਦਰ ਅਸਰ ਕਰੇ ਤੇ ਸੁਭਾਅ ਬਦਲਦਾ, ਤੇ ਨਹੀਂ ਬੰਦੇ ਦਾ ਸੁਭਾਅ ਧੱਕ ਕੇ ਲੈ ਜਾਂਦਾ। ਅੰਦਰ ਵਿਚਾਰ ਬਣਦੀ, ਹੁਣ ਆਪਾਂ ਗੁਰੂ ਘਰ ਆਏ ਹਾਂ, ਆਪਣੇ ਮਨ ਚ ਖਿਆਲ ਆਇਆ, ਤਾਂਹੀਓ ਆਪਣਾ ਤਨ ਇੱਥੇ ਆ ਗਿਆ ਨਾ ਗੁਰੂ ਕੋਲੇ, ਸਾਡੇ ਮਨ ਨੇ ਹਾਮੀ ਭਰੀ 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 ਭਰੀ, ਉਵੇਂ ਜੇਕਰ ਸਾਡੇ ਸਰੀਰ ਨੇ ਐਕਸ਼ਨ ਕੀਤਾ ਭਾਵ ਸਰੀਰ ਸਾਡਾ ਚੱਲ ਕੇ ਗੁਰੂ ਕੋਲੇ ਆ ਗਿਆ। ਮਨ ਨਾ ਹਾਮੀ ਭਰਦਾ, ਸਾਡੇ ਤਨ ਨੇ ਨਹੀਂ ਸੀ, ਹੁਣ ਵੀ ਸਾਡਾ ਵਿੱਚੋਂ ਇੱਥੇ ਬੈਠਣ ਦਾ ਮਨ ਕਹਿੰਦੇ ਵੀ ਚੱਲ ਘਰੇ ਚੱਲ ਗਏ, ਸਾਡੇ ਤਨ ਦੀ ਕੋਈ ਔਕਾਤ ਨਹੀਂ ਇੱਥੇ ਬੈਠਣ ਦਾ। ਮਨ ਨੇ ਹਾਮੀ ਭਰਤੀ, ਤਨ ਉੱਠ ਕੇ ਚਲੇ ਜਾਂਦਾ। ਹੁਣ ਪਾਤਸ਼ਾਹ ਕਹਿੰਦੇ ਸੁਭਾਅ ਜਿਹੜਾ ਉਹ ਧੱਕੇ ਦਿੰਦਾ ਬੰਦਾ। ਕਰਨੀ ਕਾਕਤ ਮਨ ਮਸਬਾਣੀ ਬੁਰਾ ਭਲਾ ਦੋ ਲੇਖ ਪੈ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੇ। ਜਿਵੇਂ ਸੁਭਾਅ ਬਣ ਗਿਆ ਉਵੇਂ ਚੱਲਦਾ, ਹੁਣ ਸੁਭਾਅ ਬਣ ਗਿਆ ਨਾ। ਕਹਿੰਦਾ 20 ਸਾਲਾਂ ਤੋਂ ਜਾਣਾ ਮਿੱਟੀ ਵਾਲੇ ਬਾਬੇ ਨੂੰ ਮੱਥਾ ਟੇਕਣ, ਬਾਣੀ ਕਹਿੰਦੀ ਨਾ ਜਾਇਆ ਕਰ, ਗੁਰੂ ਦੀ ਮੰਨ ਲੈ, ਗੁਰੂ ਦੀ ਸੁਣ ਲੈ। ਕਹਿੰਦਾ ਨਹੀਂ ਜਾਣਾ ਮੈਂ, ਸੁਭਾਅ ਲੈ ਜਾ। ਪਹਿਲਾਂ ਗੁਰਦੁਆਰੇ ਵੀ ਮੱਥਾ ਟੇਕ ਜਾਂਦਾ, ਕਹਿੰਦੇ ਹੱਥ 'ਚ 2 ਡੋਲੂ ਫੜੇ ਹੁੰਦੇ, ਇੱਕ ਦਾ ਦੁੱਧ, 1 ਡੋਲੂ ਵਾਲਾ ਦੁੱਧ ਗੁਰਦੁਆਰੇ ਲੰਗਰ 'ਚ ਪਾ ਜਾਂਦੇ, ਦੂਜੇ 'ਚ ਕੱਚੀ ਲੱਸੀ ਕਰੀ ਹੁੰਦੀ ਮੱਟੀ 'ਤੇ ਪਾ ਕੇ ਆਉਂਦੇ। ਇੱਕੋ ਸਾਈਕਲ 'ਤੇ ਬਾਪੂ 2 ਕੰਮ ਨਿਬੇੜ ਜਾਂਦਾ, ਨਾਲੇ ਗੁਰੂ ਨੂੰ ਖੁਸ਼ ਕਰ ਜਾਂਦਾ, ਨਾਲੇ ਮੱਟੀ ਵਾਲੇ ਬਾਬੇ ਨੂੰ ਖੁਸ਼ ਕਰਾਉਂਦਾ। ਕਿਵੇਂ ਬਣ ਗਿਆ ਨਾ ਸੁਭਾਅ, ਉਹ ਸੁਭਾਅ ਧੱਕੀ ਫਿਰਦਾ ਕਿ ਗੁਰੂ ਦੀ ਵਿਚਾਰ ਆ ਜਾਵੇ ਜ਼ਿੰਦਗੀ 'ਚ, ਸੁਭਾਅ ਬਦਲ ਜਾਂਦਾ, ਸੋਹਣਾ ਜੀਵਨ ਹੋ ਜਾਏ, ਗੁਰੂ ਤੇ ਭਰੋਸਾ ਬਣ ਜਾਏਗਾ, ਗੁਰੂ ਤੇ ਯਕੀਨ ਬਣ ਜਾਏਗਾ। ਗੁਰੂ ਨਾਨਕ ਪਾਤਸ਼ਾਹ ਤਾਂ ਇੱਡੀ ਸੋਹਣੀ ਮੱਤ ਦੇ ਕੇ ਗਏ ਆ, ਦੁਬਦਾ ਨਾ ਪੜੋ ਹਰ ਬਿਣ ਮੜੈ ਵਸਾਣ, ਨਹੀਂ ਚੱਲ ਰਹੀ। ਗੁਰੂ ਅਰਜਨ ਪਾਤਸ਼ਾਹ ਡਾਂਕੇ ਦੀ ਚੋਟ ਤੇ ਕਹਿ ਕੇ ਗਏ, ਅੱਜ ਬੰਦੇ ਦੇ ਮਨ 'ਚ ਕਿੱਡਾ ਭੁਲੇਖ, ਫਲਾਣੇ ਬਾਬਾ ਜੀ ਬਹੁਤ ਵੱਡੇ ਸਿੱਖ, ਤੂੰ ਇਹ ਗੱਲ ਕਹਿੰਦਾ ਨਹੀਂ ਜੱਚਦਾ, ਸਿੱਖ ਇਹ ਗੱਲ ਕਹਿੰਦਾ ਜੱਚਦਾ ਕਿ ਫਲਾਣੇ ਬਾਬਾ ਜੀ ਬਹੁਤ ਪੂਰਨ ਆ ਜੀ, ਨਾ ਸਿੱਖ ਤੂੰ ਨਹੀਂ ਕਹਿੰਦਾ ਜੱਚਦਾ, ਤੇਰੇ ਕੋਲ ਤਾਂ ਹੈ ਹੀ ਇੰਨਾ। ਹੁਣ ਸੌਖੀ ਜੀ ਗੱਲ ਕਹਾਂ,
ਕਿ ਕਿਸੇ ਦਾ ਬਾਪ ਇੰਨਾ ਅਮੀਰ ਹੋਵੇ ਕਿ ਪਿੰਡ ਦੇ ਲੋਕ ਨਾ ਉਹਨਾਂ ਦੇ ਘਰੋਂ ਆਟਾ ਲੈ ਕੇ ਜਾਂਦੇ ਹੋਣ, ਕਦੇ ਕਣਕ ਥੋੜ੍ਹੇ ਜਿਹੇ ਯਾਰ ਫਲਾਣੇ ਦੇ ਚੱਕ ਲਿਆ ਹੋਵੇ, ਦੋ ਗੱਟੇ ਕਣਕ ਦੇ ਵਾਧੂ ਢੇਰ ਲੱਗਿਆ ਪਿਆ, ਲੋਕ ਉਹਨਾਂ ਦੇ ਘਰੋਂ ਮੰਗ ਕੇ ਲੈ ਕੇ ਜਾਂਦੇ ਹਨ। ਤੇ ਜਿਹਦੇ ਕਿਸੇ ਆਟਾ ਮੁੱਕ ਜੇ, ਕਿਸੇ ਕਣਕ ਮੁੱਕ ਜੇ, ਕਿਸੇ ਦੇ ਮੱਝਾਂ ਲਈ ਦਾਣਾ ਮੁੱਕ ਜੇ, ਉਹ ਕਣਕ ਦਾ ਕੱਟਾ ਕਣਕ ਦੀ ਬੋਰੀ ਉਸ ਬੰਦੇ ਦੇ ਘਰੋਂ ਚੱਕ ਕੇ ਲਿਆਉਂਦੇ, ਤੇ ਉਸ ਬੰਦੇ ਦਾ ਪੁੱਤ ਉਸ ਅਮੀਰ ਵਿਅਕਤੀ ਦਾ ਬੱਚਾ ਹੱਥ 'ਚ ਕੌਲੀ ਫੜ ਕੇ ਲੋਕਾਂ ਦੇ ਆਟਾ ਮੰਗਦਾ ਫਿਰਦਾ ਹੋਵੇ, ਤੇ ਜਿਹਨਾਂ ਦੇ ਘਰੇ ਆਟਾ ਮੰਗਣ ਜਾਊਗਾ ਉਹ ਕੀ ਕਰਨਗੇ, ਹੱਸਣਗੇ, ਪਾ ਤਾਂ ਦਿੰਦੇ ਆਟਾ ਤੈਨੂੰ, ਪਰ ਜਿਹੜਾ ਤੈਨੂੰ ਕੌਲੀ ਆਟਾ ਦੇਣਾ ਲਿਆਂਦਾ ਤੁਹਾਡੇ ਘਰੋਂ, ਤੈਨੂੰ ਤਾਂ ਅਕਲ ਨਹੀਂ ਹੈ, ਤਾਂ ਬੇਅਕਲਾ ਮੰਗਦਾ ਫਿਰਦਾ, ਪਰ ਸਾਡੇ ਘਰੋਂ ਆਟਾ ਮੰਗਣਾ ਹੈ, ਆਟਾ ਤੈਨੂੰ ਪਾ ਦਿੰਦੇ ਹਾਂ, ਆਟਾ ਤੈਨੂੰ ਪਾ ਦੇਣਾ, ਪਰ ਆਟਾ ਆਇਆ ਤੁਹਾਡੇ ਘਰੋਂ ਹੀ ਆਇਆ, ਸਾਡੇ ਆਪਦੇ ਕੱਖ ਨਹੀਂ ਹੈ, ਸਾਡੇ ਕੋਲੇ ਕੀ ਹੈ, ਆਟਾ ਤੁਹਾਡੇ ਘਰੋਂ ਆਇਆ, ਤੇ ਲੋਕ ਹੱਸਦੇ ਵੀ ਨੇ ਕਿ ਆਟਾ ਹੀ ਪਾਉਣ ਦੇ, ਚੱਲ ਕੋਈ ਨੀ ਵੀ ਦਿਮਾਗ ਹਿੱਲਿਆ ਫਿਰਦਾ ਹੈ। ਤੇ ਬਹੁਤੇ ਸਿੱਖਾਂ ਦੀ ਅੱਜ ਇਹੋ ਗੱਲ ਹੋ ਗਈ, ਤੇਰੇ ਕੋਲੇ ਏਡਾ ਗੁਰੂ ਦੀ ਬਾਣੀ ਦੇ ਗਿਆਨ ਦਾ ਖਜ਼ਾਨਾ, ਤੇ ਸਿੱਖਾਂ ਤੂੰ ਦਰ ਦਰ ਤੇ ਮੰਗਦਾ ਫਿਰਦਾ, ਮੈਂ ਫਲਾਣੇ ਥਾਂ ਤੋਂ ਨਾਮ ਲੈਣ ਜਾਣਾ, ਫਲਾਣੇ ਦੀ ਸੰਗਤ ਕਰਨ ਜਾਂਦਾ, ਤੇ ਜਦੋਂ ਉਹਨਾਂ ਕੋਲੇ ਜਾ ਕੇ ਕਹਿੰਦਾ ਨਾ ਬਾਬਾ ਜੀ ਮੈਨੂੰ ਨਾਮ ਦਿਓ, ਤੇ ਤੇਰੇ ਨਾਮ ਮਗਰ ਭੈਣ ਮੇਰੀ ਲੱਗਿਆ ਹੋਇਆ ਕੌਰ ਦੇਖ ਕੇ ਹੱਸਦਾ ਹੋਏਗਾ, ਤੇਰੇ ਨਾਮ ਮਗਰ ਲੱਗਿਆ ਸਿੰਘ ਦੇਖ ਕੇ ਹੱਸਦਾ, ਕਮਲੇ ਸਾਡੇ ਕੋਲੇ ਨਾਮ ਕਿੱਥੋਂ, ਏਦਾਂ ਤੁਹਾਡੇ ਗੁਰੂ ਦੀ ਇੱਕ ਬਾਣੀ ਦੀ ਇੱਕ ਪੰਗਤੀ ਚੋਰੀ ਕਰਕੇ ਡੇਰਾ ਬਣਾਇਆ, ਲੈਣ ਨੂੰ ਸਾਡੇ ਕੋਲੇ ਆ ਗਏ, ਤਾਂ ਉਹ ਲੋਕ ਆ ਜਿਹੜੇ ਤੁਹਾਡੇ ਦਰ ਤੋਂ ਕੌਲੀ ਆਟੇ ਦੀ ਲੈ ਕੇ ਆਏ, ਉਹ ਤਾਂ ਹੱਸਦੇ ਹੋਣੇ ਨਾ। ਭਗਤ ਕਬੀਰ ਸਾਹਿਬ ਕਹਿੰਦੇ ਨਾ ਜਿਹਦਾ ਮਾਲਕ ਬਹੁਤ ਉੱਚਾ ਹੋਵੇ ਉਹ ਦੂਜੇ ਦੇ ਦਰ ਤੇ ਜਾ ਕੇ ਸਿਰ ਝੁਕਾਉਂਦਾ ਸੋਹਣਾ ਨਹੀਂ ਲੱਗਦਾ। ਤੇਰੇ ਆਪਦੇ ਕੋਲੇ ਏਡਾ ਵੱਡਾ ਬਾਬਾ ਪੁੱਛ ਕੇ ਵੇਖ ਭਾਈ ਗੁਰਦਾਸ ਸਾਹਿਬ ਨਾਲ, ਤੂੰ ਕਿਸੇ ਦੂਜੇ ਨੂੰ ਤੀਜੇ ਨੂੰ ਪਤਾ ਨੀ ਕੌਣ ਕਿੱਥੋਂ ਕੱਢਿਆ ਵੱਡਿਆ ਉਹਨੂੰ ਜਾ ਕੇ ਕਹਿਣਾ ਬਾਬਾ ਬਹੁਤ ਮਹਾਨ ਸੀ, ਤੇ ਭਾਈ ਗੁਰਦਾਸ ਨੂੰ ਪੁੱਛ ਕੇ ਵੇਖਣਾ ਕੌਣ, ਉਹ ਕਹਿੰਦੇ ਇੱਕ ਬਾਬਾ ਅਕਾਲ, ਉਹ ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ, ਐਡਾ ਵੱਡਾ ਗਿਆਨ ਦਾ ਸੂਰਜ ਗੁਰੂ ਤੇਰੇ ਕੋਲੇ, ਤੂੰ ਦੂਜੇ ਦੇ ਦਰ ਤੇ ਜਾਂਦਾ, ਤੇਰੀ ਜ਼ੁਬਾਨ ਕਹਿ ਕੇ ਮੈਂ ਦਿੰਦੀ ਫਲਾਣੇ ਬਾਬਾ ਜੀ ਤਾਂ ਬੜੇ ਮਹਾਨ ਹੈ, ਤੇਰੇ ਤਾਂ ਗੁਰੂ ਕਹਿ ਕੇ ਗਿਆ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਭੈਣੋ ਸਭ ਤੇ ਵੱਡਾ, ਬੋਲੋ ਸਾਰੀਆਂ ਭੈਣਾਂ ਜਿਹਦੀ ਜੀਭ ਕੰਮ ਕਰਦੀ ਹੈ, ਸਭ ਤੇ ਵੱਡਾ ਵੀਰੋ ਸਭ ਤੇ ਵੱਡਾ। ਅੱਛਾ ਹੁਣ ਵੱਡੇ ਵਡੇਰੇ ਤਾਂ ਮੰਨਣੇ ਹੀ ਚਾਹੀਦੇ ਆ, ਵੱਡੇ ਵਡੇਰੇ ਬਿਨਾਂ ਕਿੱਥੋਂ ਜੀ ਸਾਡੀ ਜ਼ਿੰਦਗੀ ਦਾ ਬੇੜਾ ਪਾਰ ਉਤਾਰਾ ਹੋਏਗਾ, ਮੰਨਦੇ ਹਾਂ ਅਸੀਂ ਵੱਡੇ ਵਡੇਰੇ, ਪਰ ਸਾਡਾ ਵੱਡਾ ਵਡੇਰਾ ਗੁਰੂ ਨਾਨਕ ਹੈ, ਇਹ ਤੋਂ ਬਿਨਾਂ ਨਹੀਂ। ਸਿੱਖਾਂ ਤੇਰੀ ਜ਼ੁਬਾਨ ਕਿਵੇਂ ਕਹਿ ਦਿੰਦੀ ਹੈ ਵੀ ਉਹ ਤਾਂ ਵੱਡੇ ਵਡੇਰੇ ਹੋਏ, ਤੈਨੂੰ ਲੱਗਦਾ ਕਿ ਗੁਰੂ ਨਾਨਕ ਤੋਂ ਵੱਡਾ ਹੈਗਾ, ਜਿਹਨੂੰ ਭਾਈ ਇਹ ਲੱਗਦਾ ਵੀ ਗੁਰੂ ਨਾਨਕ ਤੋਂ ਵੀ ਕੋਈ ਵੱਡਾ ਹੈਗਾ, ਮੈਨੂੰ ਤਾਂ ਨਹੀਂ ਲੱਗਦਾ ਉਹਨੂੰ ਕੋਈ ਗੁਰੂ ਦੇ ਦਰ ਤੋਂ ਬਖਸ਼ਿਸ਼ ਮਿਲ ਜਾਏਗਾ, ਕਿਵੇਂ ਕਹਿ ਦਿੰਦੀ ਤੇਰੀ ਜ਼ੁਬਾਨ, ਕਿਵੇਂ ਕਹਿ ਤੇਰੇ ਤੇ ਗੁਰਬਾਣੀ ਕਹਿ ਰਹੀ ਹੈ ਸਭ ਤੇ ਵੱਡਾ ਸਤਿਗੁਰ ਇਹ ਬਖਸ਼ਿਸ਼ ਇਹ ਮਤ ਦੇ ਰਹੀ, ਪਰ ਤੈਨੂੰ ਤੋੜਨ ਦੇ ਲਈ ਇਸ ਮਤ ਨਾਲੋਂ ਇਸ ਵਿਚਾਰ ਨਾਲੋਂ ਤੋੜਨ ਦੇ ਲਈ ਜਾਲ ਬਣੇ ਜਾ ਰਹੇ, ਉਹਦੇ ਵਿੱਚ ਫਸਦਾ ਜਾ ਰਿਹਾ ਘਿਰਦਾ ਜਾ ਰਿਹਾ। ਸਤਿਗੁਰੂ ਮਹਾਰਾਜ ਮਤ ਕਰਨੀ ਤਾਕਤ ਮਨ ਵਸ ਬਾਣੀ ਬੁਰਾ ਭਲਾ ਦੋਏ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ, ਜਿਵੇਂ ਸੁਭਾਅ ਬਣ ਜਾਂਦਾ ਤਾਓ ਗੁਣ ਨਾਹੀ, ਵਾਹਿਗੁਰੂ ਇਹ ਗੁਰੂ ਜੀ ਤੁਹਾਡੇ ਵਾਲੇ ਗੁਣ ਜ਼ਿੰਦਗੀ ਚ ਨਾਹੀਂ, ਅੰਤ ਹਰੇ ਭੁਅੰਤ ਨੂੰ ਜ਼ਿੰਦਗੀ ਦੀ ਬਾਜੀ ਹਾਰ ਜਾਂਦਾ, ਰੱਬ ਵਾਲੇ ਗੁਣ ਲੈ ਆਉਂਦੇ ਜ਼ਿੰਦਗੀ ਚ ਇਹ ਬੰਦਾ ਸੰਭਲ ਜਾਂਦਾ, ਨਹੀਂ ਤੇ ਹਾਰ ਜਾਂਦੇ ਨੇ। ਤਿੱਤ ਸਰਵਰ ਡੈ ਭਈ ਲੈਂਦੇ ਵਾਸਾ ਪਾਣੀ ਪਵਕ ਇਹਨੇ ਕੀ ਆ, ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾ ਤੈ ਦੂਜੇ ਨੇ, ਬਾਸ਼ਾ ਕਦੇ ਡੁੱਬ ਗਏ ਨੇ ਬੜੇ ਨਸ਼ਿਆਂ ਦੀਆਂ ਲਹਿਰਾਂ ਚ, ਵਕਾਰਾਂ ਦੀਆਂ ਲਹਿਰਾਂ, ਲੋਭ ਲਹਿਰ ਨਿਤ ਨੀਜਰ ਵਾਜੈ ਕਾਇਆ ਡੁੱਬੈ ਇਸ ਵਾਰ, ਜਿਉਂ ਜਿਉਂ ਕਿਰਤ ਚਲਾਏ ਤੇ ਚੱਲੀਏ ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤ ਕੀ ਨਹੀਂ ਬਾਬਰਿਆ ਹਰ ਵਿਸਰਤ ਤੇਰੇ ਗੁਣ ਗਲਿਆ, ਜਾਲੀ ਰੈਣ ਜਾਲ ਦਿਨ ਹੂਆ ਚੇਤੀ ਘੜੀ ਆਹੀ ਖੇਤੀ, ਰਸ ਰਸ ਚੋਬ ਚੁਗੈ ਨਿਤ ਫਾਸੈ ਛੂਟ ਸਮੂੜੇ। ਆਸ਼ਾ ਕਹਿੰਦੇ ਗੁਰੂ ਦੀ ਵਿਚਾਰ ਤੋਂ ਦਿਨ ਰਾਤ ਜਾਲ ਬੁਣਿਆ ਜਾ ਰਿਹਾ, ਜਾਲੀ ਰਹਿਣ ਜਾਲ ਦੇਣ, ਜੇਤੀ ਘੜੀ ਫਾਹੀ ਤੇਤੀ ਫਾਹੀਆਂ ਪੈਂਦੀਆਂ ਜਾ ਰਹੀਆਂ, ਅੱਜ ਸਾਡੀ ਕੌਮ ਦੇ ਹਾਲਾਤ ਵੀ ਇਹੀ, ਗੁਰੂ ਦੀ ਵਿਚਾਰ ਤੋਂ ਟੁੱਟ ਕੇ ਜਾਲ ਬੁਣੇ ਜਾ ਰਹੇ ਨੇ, ਡੇਰਾ ਮਾਰਦੇ ਜਾਲ,
ਵਿਗੜੇ ਰਾਜਨੀਤਿਕ ਲੋਕਾਂ ਦਾ ਇਸ ਰੰਗਲੇ ਪੰਜਾਬ ਤੇ ਪਿਆ ਹੋਇਆ ਜਾਲ, ਨਸ਼ਿਆਂ ਦਾ ਜਾਲ ਜਿਹੜਾ ਗਰਸਦਾ ਜਾ ਰਿਹਾ। ਕੋਈ ਮੌਕਾ ਖੁੰਝਣ ਦਿੰਦੇ ਲੋਕ ਜਿਹੜੇ ਪੰਥ ਦੇ ਵਿਰੋਧੀ ਨੇ, ਜਿਹੜੇ ਸਿੱਖੀ ਸੋਚ ਦੇ ਵਿਰੋਧੀ ਨੇ? ਇੱਕ ਤੇ ਉਹ ਨੇ ਜਿਹਨਾਂ ਦਾ ਲਿਬਾਸ ਵੀ ਸਿੱਖੀ ਤੋਂ ਦੂਸਰਾ ਹੈ, ਉਹ ਵੀ ਵਿਰੋਧ ਚ ਖੜੇ ਨੇ। ਇੱਕ ਉਹਨਾਂ ਨੇ ਆਪਣੇ ਸਾਥੀ ਸਿੱਖੀ ਲਿਬਾਸ ਵਿੱਚ ਤਿਆਰ ਕੀਤੇ ਹੋਏ, ਪਹਿਰਾਵਾ ਉਹਨਾਂ ਦਾ ਸਿੱਖਾਂ ਵਾਲਾ, ਅਕਲ ਸੋਚ ਵਿਚਾਰ ਫੈਸਲੇ ਉਹਨਾਂ ਦੇ ਨਾਗਪੁਰੀਆਂ ਨਾਲ। ਇੱਕ ਤਾਂ ਉਹ ਲੋਕ ਨੇ ਜਿਹਨਾਂ ਦੀਆਂ ਅੱਖਾਂ ਚ ਝੂਲ ਦੇ ਨਿਸ਼ਾਨ ਸਿਰ ਰੜਕਦੇ ਨੇ, ਗਾਹੇ ਵਗਾਹੇ ਉਹ ਸਿੱਖਾਂ ਨੂੰ ਟਾਰਗੇਟ ਕਰਦੇ ਨੇ। ਤੁਸੀਂ ਵੇਖੋ ਹੁਣ ਜਿਹੜਾ ਨਿਰੰਕਾਰੀਆਂ ਦੇ ਡੇਰੇ ਵਿੱਚ ਉਹ ਕਾਂਡ ਹੋਇਆ, ਵਿਰਲੇ ਟਾਵੇਂ ਮੀਡੀਆ ਨੂੰ ਛੱਡ ਕੇ ਕੁਝ ਹੋਣਗੇ ਜਿਹੜੇ ਨਿਰਪੱਖ ਹੋ ਕੇ, ਜਿਹੜੇ ਬਿਲਕੁਲ ਐਨ ਨਿਰਪੱਖ ਹੋ ਕੇ ਗੱਲ ਕਰਦੇ। ਨਹੀਂ ਤਾਂ ਇਸ ਦੇਸ਼ ਦੇ ਵਿੱਚ ਤੁਸੀਂ ਪੜ੍ਹ ਕੇ ਵੇਖ ਲਓ, ਬੰਬ ਧਮਾਕੇ ਹੁੰਦੇ ਰਹੇ ਮੁਸਲਮਾਨ ਵੀਰਾਂ ਦੀਆਂ ਮਸੀਤਾਂ ਵਿੱਚ, ਤੇ ਉਹਨਾਂ ਦੇ ਦੋਸ਼ ਵੀ ਮੁਸਲਮਾਨਾਂ ਤੇ ਲਾ ਕੇ ਮੁਸਲਮਾਨਾਂ ਦੇ ਨੌਜਵਾਨਾਂ ਨੂੰ ਉਹਨਾਂ ਨੇ ਤਸ਼ੱਦਦ ਢਾਇਆ, ਉਹਨਾਂ ਨੂੰ ਮਤਲਬ ਕਿ ਦੋਸ਼ੀ ਬਣਾ ਕੇ ਪੇਸ਼ ਕੀਤਾ। ਤੇ ਉਹ ਤਾਂ ਜਦੋਂ ਬਾਅਦ ਦੇ ਵਿੱਚ ਖੁਲਾਸੇ ਹੋਏ, ਕਰਨਲ ਕ੍ਰੋਧ ਵਰਗੇ, ਪ੍ਰਗਿਆ ਸਾਧਵੀ ਵਰਗੀਆਂ ਫੜੀਆਂ ਗਈਆਂ, ਉਦੋਂ ਕਦੇ ਜਾ ਕੇ ਗੱਲਾਂ ਕਲੀਅਰ। ਅੱਜ ਵੀ ਤੁਸੀਂ ਵੇਖੋ ਮੀਡੀਆ ਦਾ ਕੁਝ ਹਿੱਸਾ ਜਿਹੜਾ ਅੰਮ੍ਰਿਤਸਰ ਦੇ ਲਾਗੇ ਉੱਤੇ, ਉਹ ਬਹੁਤ ਗਲਤ ਗੱਲ ਹੈ, ਜਿਹਨੇ ਵੀ ਕਿਸੇ ਵੀ ਨਿਰਦੋਸ਼ ਦਾ ਖੂਨ ਡੁੱਲਦਾ ਨਾ ਤੇ ਸਿੱਖ ਦੀਆਂ ਅੱਖਾਂ 'ਚ ਉਥਰੂ ਆਉਂਦੇ, ਕਿਸੇ ਵੀ ਨਿਰਦੋਸ਼ ਦੀ ਜਾਣ ਜਾਂਦੀ। ਕੋਈ ਵੀ ਧਰਮ ਜਿਹੜਾ ਸੱਚ ਧਰਮ ਹੈ ਉਹ ਨਹੀਂ ਸਿਖਾਉਂਦਾ ਕਿਸੇ ਦੇ ਨਾਲ ਇਹਦਾ ਕਿਸੇ ਬੇਕਸੂਰ ਦਾ ਕਤਲ ਕਰਨਾ, ਕਿਸੇ 'ਤੇ ਜ਼ੁਲਮ ਕਰਨਾ। ਹੁਣ ਉੱਥੇ ਉਹ ਘਟਨਾ ਘਟੀ, ਨਿਰਦੋਸ਼ ਜ਼ਖਮੀ ਹੋਏ, ਜਿਹੜੇ ਤਿੰਨ ਉੱਥੇ ਵਿਅਕਤੀਆਂ ਦੀ ਮੌਤ ਹੋਈ, ਦੁੱਖ ਹੈ ਸਾਨੂੰ। ਪਰ ਦੇਖੋ ਕੁਝ ਮੀਡੀਆ ਕਿਵੇਂ ਦੇ ਸਵਾਲ ਬਣਾ ਕੇ ਇਹਨੂੰ ਸਿੱਖਾਂ ਨਾਲ ਜੋੜਿਆ ਜਾ ਰਿਹਾ ਵੀ ਉੱਥੇ ਦੇਖੋ ਪੱਗ ਵਾਲੇ ਆਏ ਸੀ ਸਿੱਟਣ ਵਿੱਚ, ਇਹਦਾ ਮਤਲਬ ਵੀ ਜੇ ਕਿਸੇ ਸਟੇਟਮੈਂਟ ਦੋ ਵੀ ਹਾਂ ਪੱਗ ਵਾਲੇ ਆਏ ਸੀ ਉੱਥੇ ਹਮਲਾ ਕਰਨ, ਤੇ ਇਹ ਗੱਲ ਬਣਾਈ ਜਾਵੇ ਵੀ ਸਿੱਖਾਂ ਨੇ ਹਮਲਾ ਕੀਤਾ। ਅੱਛਾ, ਕੀ ਹਰ ਇੱਕ ਪੱਗ ਬੰਨਣ ਵਾਲਾ ਸਿੱਖ ਹੈ ਕਿ ਜਿਹੜਾ ਪਿੱਛੇ ਜੇ ਇਸੇ ਨਿਰੰਕਾਰੀ ਮਤ ਦਾ ਜਿਹੜਾ ਮੁਖੀ ਹੈ ਹਰਦੇਵ ਸਿੰਘ ਸ਼ਾਇਦ ਉਹਦਾ ਨਾਂ ਸੀ, ਪੱਗ ਤੇ ਉਹ ਵੀ ਬੰਨਦਾ ਸੀ, ਭਾਈ ਦਾੜੀ ਤਾਂ ਉਹਦੇ ਵੀ ਰੱਖੀ, ਦੇਖਣ ਤਾਂ ਬਾਹਰੀ ਤੌਰ ਤੇ ਸਿਰਸੇ ਵਾਲੇ ਡੇਰੇ ਦਾ ਜਿਹੜਾ ਮੁਖੀ ਹੈ ਪੱਗ ਤਾਂ ਉਹ ਵੀ ਬੰਨਦਾ, ਦਾੜੀ ਤਾਂ ਉਹਦੇ ਵੀ ਰੱਖੀ ਹੋਈ ਹੈ, ਵਿਆਸ ਦੇ ਡੇਰੇ ਦਾ ਜਿਹੜਾ ਮੁਖੀ ਹੈ ਪੱਗ ਤੇ ਉਹ ਵੀ ਬੰਨਦਾ, ਜਿਹੜੇ ਵਿਆਸਾ ਵਾਲੇ ਡੇਰੇ ਨੂੰ ਮੰਨਦੇ ਆ ਉਹ ਵੀ ਤਾਂ ਪੱਗ ਬੰਨਦੇ ਆ। ਮਤਲਬ ਮੀਡੀਆ 'ਚ ਕਿਵੇਂ ਪੰਜਾਬ ਦੇ ਇਸ ਮਾਹੌਲ ਨੂੰ ਖਰਾਬ ਕਰਨ ਦੇ ਲਈ ਸਿੱਖਾਂ ਦੇ ਨਿਰਦੋਸ਼ ਫੜਨ ਦੇ ਲਈ, ਨਿਰਪੱਖ ਹੋ ਕੇ ਜਾਂਚ ਕਰੋ। ਗੱਲ ਨਿਕਲੇ ਮੌੜ ਬੰਬ ਕਾਂਡ ਹੋਇਆ ਸੀ, ਉਹ ਮੌੜ ਸਾਡੇ ਏਰੀਏ 'ਚ ਉੱਤੇ ਬੰਬ ਧਮਾਕਾ ਹੋਇਆ, ਫਲਾਣੇ ਦਾ ਨਾਂ ਸਰਸਾ ਡੇਰੇ ਨਾਲ ਰੌਲਾ ਰਿਹਾ ਤੇ ਸਿੱਖਾਂ ਨੇ ਕਰਿਆ ਹੋਏਗਾ, ਫਲਾਣਿਆਂ ਨੇ ਕਰਿਆ ਹੋਏਗਾ, ਜਿਹੜਾ ਉਹ ਜੱਸੀ ਸੀਗਾ ਉਹ ਕੁੜਮ ਹੈ ਉਹਦਾ, ਤਾਂ ਕਰਕੇ ਗੱਲ ਕਿਹਦੀ ਨਿਕਲੀ? ਗੱਲ ਖੁਦ ਡੇਰਾ ਪ੍ਰੇਮੀਆਂ, ਉਹ ਹੁਣ ਜਾਂਚ ਰੋਕੀ ਹੋਈ ਆ ਕੁਝ ਹੱਦ ਤੇ ਉੱਥੋਂ ਤੱਕ ਗੱਲ ਉਹਨਾਂ ਦੀ ਨਿਕਲੀ, ਬਿਆਨ ਸਿੱਖਾਂ ਦੇ ਨਾਲ ਭੜਕਾਟ ਪੈਦਾ ਕਰ ਲਈ। ਇਵੇਂ ਜੇਕਰ ਆਪਾਂ ਹਰ ਇੱਕ ਸਿੱਖ ਚਾਹੁੰਦਾ, ਹਰ ਇੱਕ ਇਨਸਾਫ ਪਸੰਦ ਮਨੁੱਖ ਚਾਹੁੰਦਾ ਹੈ ਵੀ ਇਹਦਾ ਇਹਦਾ ਗੱਲ ਕਲੀਅਰ ਜਿਹੜੀ ਜੜ ਕੱਢੀ ਜਾਵੇ ਵੀ ਕਿਵੇਂ ਹੋਇਆ, ਕਾਰਨ ਕੀ ਹੈ, ਕਿਹਨੇ ਕਰਿਆ, ਸਹੀ ਬੰਦੇ ਲਿਆਓ ਸਾਹਮਣੇ। ਕੁਝ ਕੁਝ ਜਿਹੜੇ ਫਿਰਕੂ ਲੋਕ ਨੇ ਜਿਹੜੇ ਚਾਹੁੰਦੇ ਆ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ, ਇਵੇਂ ਦੀਆਂ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਨੇ ਜਾਂ ਉਹਨਾਂ ਵੱਲੋਂ ਦਵਾਈਆਂ ਜਾ ਰਹੀਆਂ, ਭਾਵ ਫਸਾਉਣ ਦੀ ਕੋਸ਼ਿਸ਼, ਜਾਲੀ ਰਹਿਣ ਜਾਲ ਦੇਣ ਹੂਆ ਜੇਤੀ ਘੜੀ। ਇਹ ਤਾਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਇਹ ਤਾਂ ਸਾਨੂੰ ਜਾਗਣ ਦੀ ਲੋੜ ਹੈ, ਸਾਨੂੰ ਸਿਆਣੇ ਹੋਣ ਦੀ ਲੋੜ ਹੈ, ਗਿਆਨੀ ਹੋਏ ਸੋਚੇ ਤਨ ਹੋਏ ਰੋਸ਼ਨ ਦਿਮਾਗ ਹੋ ਕੇ ਜਿਉਂਦੇ, ਸਮਝ ਕੇ ਜਿਉਂਦੇ, ਹਰ ਇੱਕ ਪੱਖ ਨੂੰ ਵਿਚਾਰ ਕੇ, ਹਰ ਇੱਕ ਜਾਲੀ ਰਹਿਣ ਜਾਲ ਦੇਣ ਹੂਆ ਜੇਤੀ ਘੜੀ। ਰਸ ਰਸ ਚੋਕ ਚੁਕੇ ਨਿਤ ਪਸ ਛੁੱਟ ਸਮੂੜੇ ਕਵਣ ਗੁਣ, ਪਾਤਸ਼ਾਹ ਕਹਿੰਦੇ ਗੁਰੂ ਦੀ ਵਿਚਾਰ ਨਾਲ ਟੁੱਟ ਕੇ ਗੁਣ ਗਲ ਗਿਆ ਤੇ ਵਿਕਾਰਾਂ ਦੇ ਰਸ ਵਿੱਚ ਫਸਿਆ, ਚਸਕਿਆਂ ਦੇ ਵਿੱਚ ਤੂੰ ਫਸਦਾ ਜਾ ਰਿਹਾ। ਰਸ ਰਸ ਚੋਕ ਚੁਕੇ ਪੰਛੀ ਹੈ ਨਹੀਂ, ਉਹਨੂੰ ਫੜਨਾ ਸ਼ਿਕਾਰੀ ਜਾਲ ਲਾਉਂਦਾ, ਪਰ ਇਕੱਲਾ ਜਾਲ ਲਾਇਆ ਉਹਨੇ ਤੂੰ ਪਤਾ ਫਸਣਾ ਨਹੀਂ, ਇਕੱਲਾ ਜਾਲ ਲਾ ਕੇ ਉਹਨੇ ਰੱਖਤਾ ਫਸਣਾ ਸਹੀ ਹੋਣਾ, ਉਹਨੇ ਚੋਗਾ ਵੀ ਪਾਇਆ ਤੇ ਚੋਗਾ ਵੀ ਉਹਨੇ ਮਾਲਕ ਨਾਲੋਂ ਵਧੀਆ ਪਾਇਆ। ਮਾਲਕ ਤਾਂ ਕਈ ਵਾਰੀ ਇਕੱਲੀ ਕਣਕ ਪਾ ਦਿੰਦਾ, ਕਦੇ ਮਾੜਾ ਮੋਟਾ ਬਾਜਰਾ ਪਾ ਦਿੰਦਾ ਜਾਂ ਰੋਟੀ ਵਿਚੂਰ ਕੇ ਪਾ ਦਿੰਦਾ। ਸ਼ਿਕਾਰੀ ਨੇ ਕਿਹਾ ਇਹਨੂੰ ਵੱਧ ਤੋਂ ਵੱਧ ਸਹੂਲਤਾਂ ਦੇਵਾਂ, ਉਹਨੇ ਕਈ ਤਰ੍ਹਾਂ ਦਾ ਅਨਾਜ ਖਿਲਾਰਿਆ ਤੇ ਅਨਾਜ ਦੇ ਥੱਲੇ ਉਹਨੇ ਜਾਲ ਲਾਇਆ,
ਭੋਲੇ ਪੰਛੀ ਨੇ ਵੇਖਿਆ ਕਿੰਨਾ ਕੁਝ ਆ ਉਹ ਖਾਣ ਨੂੰ ਨਜ਼ਾਰੀ ਇੱਥੇ, ਜੋ ਮਰਜ਼ੀ ਖਾਈ ਚੱਲੋ, ਢਿੱਡ ਭਰੋ ਦੇ ਨਜ਼ਾਰੇ ਲਓ। ਪਰ ਪੰਛੀ ਨੇ ਨਹੀਂ ਵੇਖਿਆ ਵੀ ਚੋਗੇ ਥੱਲੇ ਜਾਲ ਵੀ ਲੱਗਿਆ। ਪਹਿਲਾਂ ਤੂੰ ਚੁੱਗ, ਤੂੰ ਖਾ, ਬਾਅਦ ਜਿਹਨੇ ਥੱਲੇ ਜਾਲ ਲਾਇਆ ਉਹ ਤੈਨੂੰ ਖਾਊਗਾ। ਸ਼ਿਕਾਰੀ ਇਹ ਨਹੀਂ ਕਰਦਾ। ਉਹਨੇ ਜਾਲ ਲਾਇਆ ਥੱਲੇ, ਉੱਤੇ ਦਾਣੇ ਪਾਏ, ਅਨਾਜ ਪਾਇਆ, ਪੰਜ ਸੱਤ ਭੰਤਾ, ਪੰਛੀ ਖਾਈ ਗਿਆ। ਜਿਹੜੇ ਤਾਹਾਂ ਉੱਡੇ ਫਿਰਦੇ ਕਹਿੰਦੇ ਲੈ ਐਵੇਂ ਤੁਰੇ ਫਿਰਦੇ, ਅਸਮਾਨ ਚ ਉਡਾਰੀਆਂ ਮਾਰਦੇ, ਥੱਲੇ ਆਓ, ਖਾਓ, ਨਜ਼ਾਰੇ ਲਓ। ਕਹਿੰਦੇ ਭਰਾਵਾ ਆਪਦੇ ਘਰ ਦੀ ਰੁੱਖੀ ਮਿੱਸੀ ਚੰਗੀ। ਉਹ ਕਹਿੰਦਾ ਲੈ ਪਾਗਲ ਹੈ, ਮਰੀ ਜਾਂਦੇ ਆਪਦੇ ਘਰ ਦੀ, ਆਪਦੇ ਘਰ ਦੀ ਇੱਧਰ ਆਓ, ਫੁੱਲਾਂ ਹੀ ਫੁੱਲਾਂ ਨੇ, ਨਜ਼ਾਰੇ ਨਜ਼ਾਰੇ, ਜੋ ਮਰਜ਼ੀ ਖਾਓ, ਰੋਕ ਨੀ ਟੋਕ ਨੀ, ਨਜ਼ਾਰੇ ਪੂਰੇ ਨੇ। ਉਹ ਕਹਿੰਦਾ ਵੇਖੀ ਜਾ। ਚੁਗਦਾ ਚੁਗਦਾ ਪੰਛੀ ਉਹਨੂੰ ਐਂ ਲੱਗਦਾ ਢਿੱਡ ਭਰ ਰਿਹਾ। ਸ਼ਿਕਾਰੀ ਕੁਛ ਵੀ ਜਿੰਨਾ ਖਾਏਗਾ ਰਾਜੀ ਤਾਂ ਮੇਰੀ ਖਾਤਰੀ ਹੋ ਰਿਹਾ। ਉਹਨੇ ਜਾਲ ਖਿੱਚਿਆ, ਪੰਛੀ ਫਸ ਗਿਆ, ਫੜਿਆ ਗਿਆ, ਚੀਕਾਂ ਮਾਰਦਾ। ਫਿਰ ਕਹਿੰਦਾ ਹਾਂ, ਚਸਕਿਆਂ 'ਚ ਫਸਿਆ ਹੋਇਆ, ਜੀਵ ਦੇ ਰਸਤੇ ਮਾਰ ਰਿਹਾ। ਬਹੁਤੇ ਇਵੇਂ ਸ਼ਿਕਾਰ ਹੋ ਗਏ ਨਾ ਡੇਰਾ ਮਾਰ ਦੇ, ਉਹਨਾਂ ਚੋਗੇ ਖਿਲਾਰੇ, ਉਹਨਾਂ ਖੁੱਲਾਂ ਦਿੱਤੀਆਂ। ਗੁਰੂ ਕਹਿੰਦਾ ਜੀਵਨ ਏਡਾ ਪਵਿੱਤਰ ਰੱਖ, ਪਰਤਰੈ ਰੂਪ ਨਾ ਪੇਖੇ ਨੇਤਰ। ਇੰਨਾ ਸੋਹਣਾ ਜੀਵਨ ਹੋਵੇ, ਕਿਸੇ ਦੀ ਧੀ ਭੈਣ ਨੂੰ ਮਾੜੀ ਭਾਵਨਾ ਨਾਲ ਹੱਥ ਲਾਉਣਾ ਤਾਂ ਦੂਰ ਦੀ ਗੱਲ, ਕਿਸੇ ਦੀ ਧੀ ਭੈਣ ਵੱਲ ਵੇਖ ਕੇ ਅੱਖਾਂ ਵਿਕਾਰੀ ਵੀ ਨਾ ਹੋਣ। ਆਹ ਮਰਜ਼ਾਦਾ 'ਚ ਰਹਿਣਾ ਪੈਣਾ। ਅੱਡ ਭਰੇ ਕਹਿੰਦਾ ਇੱਥੇ ਆ ਕੇ ਕਰਨਾ, ਇਹਨੂੰ ਨਹੀਂ, ਇਹ ਮਰਜ਼ਾਦਾ 'ਚ ਨਹੀਂ ਰਹਿਣਾ। ਬੜੇ ਨਜ਼ਾਰੇ ਜਿੱਥੇ ਕੋਈ ਖੁੱਲ੍ਹੇ ਖੁੱਲ੍ਹਾ ਨਜ਼ਾਰੇ। ਗੁਰੂ ਕਹਿੰਦਾ ਸੋਹਣਾ ਜੀਵਨ ਨਸ਼ੇ ਤਿਆਗਣੇ ਪੈਣਗੇ। ਉਹ ਕਹਿੰਦੇ ਇੱਥੇ ਆ ਕੇ ਕਰਨਾ, ਉੱਥੇ ਜਾਂਦੇ। ਉਹ ਕਹਿੰਦੇ ਸਾਡੇ ਡੇਰੇ 'ਚ ਆਉਣ ਲੱਗੇ, ਜਰਦੇ ਦੀ ਕੁੜੀ ਬਾਹਰ ਰੱਖਿਆ ਕਰੋ, ਬਾਹਰ ਭਾਵੇਂ ਸਾਡੀ ਦੁਕਾਨ 'ਤੇ ਲੈ ਲਿਆ ਕਰੋ, ਪਰ ਅੰਦਰ ਨਾ ਲੈ ਕੇ ਆਇਆ ਕਰੋ। ਬੰਦਾ ਕਹਿੰਦਾ ਉੱਥੇ ਠੀਕ ਹੈ, ਉੱਥੇ 2 ਘੰਟੇ ਛੱਡਣਾ ਪੈਂਦੇ, ਇੱਥੇ ਪੱਕੇ ਹੀ ਛੱਡਾਉਂਦੇ। ਚਸਕਿਆਂ 'ਚ ਫਸਿਆ ਅਤੇ ਬਰਬਾਦ ਹੋਇਆ। ਅਤੇ ਸਤਿਗੁਰੂ ਕਹਿੰਦੇ ਚਸਕੇ ਛੱਡਦੇ ਮੇਰੇ ਅਤੇ ਬਚ ਜਾ। ਰਸ ਰਸ ਚੋਗ ਚੁਕੇ ਨਿੱਤ ਫਸ, ਛੁੱਟ ਸਮੂੜੇ ਕਮਲ, ਕਮਲੇ ਕਿਵੇਂ ਬਚੇ ਸੋਚ ਕੇ ਤਾਂ ਵੀ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਵਿੱਚ ਲਾਗ ਰਹੇ। ਮਿਸਤਰੀ ਵੀਰ ਲੁਹਾਰ ਵੀਰ ਆਰਣ ਪਾਉਂਦੇ ਆ, ਕੋਲਿਆਂ ਦੇ ਨਾਲ ਭੱਠੀ ਚਲਾਉਂਦੇ ਆ। ਪਾਸ਼ਾ ਕਹਿੰਦੇ ਸਰੀਰ ਤੇਰਾ ਕਾਇਆ ਸਰੀਰ ਆਰਣ, ਉਹ ਆਰਣ ਮਨ ਵਿੱਚ ਪੰਚ ਅਗਨ ਵਿੱਚ ਲਾਗ ਰਹੀ। ਸਰੀਰ ਰੂਪੀ ਭੱਠੀ 'ਚ ਵਿਕਾਰਾਂ ਦੀ ਅੱਗ ਮੱਚ ਰਹੀ ਹੈ ਤੇਰੇ ਸਰੀਰ ਰੂਪੀ ਭੱਠੀ। ਸ਼ਾਂਤੀ ਹੈ ਤੈਨੂੰ, ਟਕਾ ਹੈ ਤੈਨੂੰ, ਸੜਦਾ ਪਿਆ ਤੂੰ, ਮੱਚਦਾ ਪਿਆ ਤੂੰ, ਈਰਖਾ ਦੀ ਅੱਗ ਮੱਚਦੀ ਨਾ ਅੱਗ, ਈਰਖਾ ਸੜਦਾ ਪਿਆ ਨਾ ਹੈ ਸ਼ਾਂਤੀ। ਕਾਇਆ ਆਰਨ ਮਨ ਵਿੱਚ ਲੋਹਾ, ਪੰਜ ਅਗਨ ਵਿੱਚ ਲਾਗ ਰਹੀ ਵਿਕਾਰਾਂ ਦੀ ਅੱਗ। ਹੰਸ ਹੇਤ ਲੋਭ ਕੋਪ ਤਾਰੇ ਲੱਗੀਆਂ, ਈਰਖਾ ਦੀ ਅੱਗ ਜੇ ਸੜਦਾ ਨਾ ਮੱਚਦਾ। ਹੁਣ ਇਹਦੇ ਆਪਦੇ ਘਰੇ ਨਾ ਇਹਦੇ ਕਿੱਲੇ ਦਾ 70 ਮਣ ਝੋਨਾ ਹੋ ਗਿਆ, ਇਹਨੇ ਖੁਸ਼ੀ ਨਹੀਂ ਮਨਾਈ। ਕਹਿੰਦਾ ਮੂੰਹ ਸੁੱਟਿਆ, ਕਹਿੰਦਾ 70 ਮਣ ਝੋਨਾ ਹੋਇਆ, ਕਹਿੰਦਾ ਬਹੁਤ ਚੰਗੀ ਗੱਲ ਆ। ਕਹਿੰਦਾ ਹੈ ਤਾਂ ਚੰਗੀ, ਗੁਆਂਢੀ 80 ਮਣ ਹੋ ਗਿਆ, ਦੁੱਖ ਤਾਂ ਇਸ ਗੱਲ ਦਾ, ਆਹ ਟੈਨਸ਼ਨ ਆਹ ਦੁੱਖ ਇਸ ਗੱਲ ਦਾ, ਦੂਜੇ ਦੇ ਕੀ ਹੋ ਗਿਆ। ਹੁਣ ਬੇਬੇ ਮੂੰਹ ਢਿੱਲਾ ਕਰੀ ਫਿਰਦੀ, ਕੀ ਹੋ ਗਿਆ, ਨੂੰਹ ਲੜਦੀ, ਕਹਿੰਦੀ ਆਹੋ ਲੜਦੀ, ਇਹਦਾ ਦੁੱਖ ਆ। ਕਹਿੰਦੀ ਆਪਦੀ ਲੜਦੀ ਦਾ ਦੁੱਖ ਘੱਟ ਆ, ਗੁਆਂਢਣ ਨੂੰ ਕਦੇ, ਗੁਆਂਢਣ ਦੀ ਨੂੰਹ ਕਦੇ ਨਹੀਂ ਲੜੀ ਆਪਦੀ ਸੱਸ ਨੇ, ਇਹਦਾ ਦੁੱਖ ਵਾਲਾ ਵੀ ਚੱਲ ਉਹ ਵੀ ਲੜਪਣ ਇੱਕ ਕੁਝੀਆਂ ਹੋ ਜਾਈਏ, ਦੁੱਖ ਸੁੱਖ ਕਰ ਲਿਆ ਕਰੀਏ। ਉਹ ਮੇਰੀ ਨੂੰਹ ਲੜਦੀ ਆ, ਇਹਦਾ ਦੁੱਖ ਘੱਟ ਆ, ਗੁਆਂਢੀਆਂ ਦੀ ਨੂੰਹ ਜਮਾਂ ਨਹੀਂ ਲੜਦੀ, ਇਹਦਾ ਦੁੱਖ ਜ਼ਿਆਦਾ। ਬਹੁਤ ਵਾਰੀ ਵੇਖਿਆ ਕੰਧ ਉੱਤੇ ਖੜ ਕੇ ਤੜਕੇ ਉੱਠਣ ਸਾਰ ਆਪਦੀ ਸੱਸ ਨੂੰ ਨਾ ਚਾਹ ਦਾ ਗਲਾਸ ਫੜਾ ਦਿੰਦੀ, ਚਾਹ ਉਹ ਪੀਂਦੀ, ਕਾਲ ਜਾਂ ਮੇਰਾ ਮੱਚੀ ਜਾਂਦਾ ਵੀ ਹੁਣ ਚਾਹ ਕਿਉਂ ਫੜਾਉਣੀ ਆ, ਇਹਦੀ ਗੁੱਤ ਫੜਨਾ ਕਿਤੇ, ਫਿਰ ਲੜੇ ਇਹ, ਫਿਰ ਮੈਨੂੰ ਦੁੱਖ ਦੱਸਣ ਆਵੇ, ਫਿਰ ਮੈਂ ਖੁਸ਼ ਹੋਵਾਂ। ਈਰਖਾ ਬੰਦਾ ਸੜਦਾ ਜੀ, ਇਹ ਆਹ ਦੁੱਖ ਹੈ, ਬਹੁਤੇ ਲੋਕਾਂ ਨੂੰ ਕਿਵੇਂ ਕਰਿਓ ਇਸ ਗੱਲ ਦਾ। ਤੇ ਪਾਤਸ਼ਾਹ ਕਹਿੰਦੇ ਵਿਕਾਰਾਂ ਦੀ ਅੱਗ ਤੈਨੂੰ ਸ਼ਾਂਤੀ ਆਉਣ ਦੇ ਰਹੀ, ਟਿਕਣ ਦੇ ਰਹੀ ਤੈਨੂੰ ਕਿਤੇ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਵਿੱਚ ਲਾਗ ਰਹੇ। ਕੋਇਲੇ ਪਾਪ ਪੜੇ, ਹੁਣ ਮੱਚਦੀ ਹੋਈ ਅੱਗ ਆਰਨ 'ਚ ਮੇਤਰੀ ਕੋਲੇ ਸਿੱਟੀ ਜਾਂਦਾ ਲੁਹਾਰ, ਤੇ ਅੱਗ ਵਧੀ ਜਾਂਦੀ। ਤੇ ਬੰਦਾ ਸਾਰਾ ਦਿਨ ਈਰਖਾ ਦੀ ਅੱਗ ਭੱਠੀ ਕਰੀ ਕੋਲੇ ਪਾਈ ਜਾਂਦਾ, ਮੱਚੀ ਜਾਂਦਾ ਬੈਠਾ, ਇਹ ਏਦਾਂ ਦੇ ਹੁੰਦੇ ਨਾ।
ਘਰੋਂ ਰੋਟੀ ਰਾਟੀ ਖਾ ਕੇ ਦੁੱਧ ਦੁੱਧ ਪੀ ਕੇ ਲੱਸੀ ਲੁੱਸੀ ਪੀ ਕੇ ਪਿੰਡ ਦੇ ਮੋੜ ਤੇ ਆ ਕੇ ਬਹਿ ਜਾਂਦੇ ਆ। ਪਰ ਜਿਉਂ ਉੱਥੇ ਮੋੜ ਤੇ ਬੈਠੇ ਖੂਨ ਮਚਾਈ ਜਾਂਦੇ ਆ, ਜਿਉਂ ਖੂਨ ਮਚਾਈ ਜਾਂਦੇ ਆ, ਜਿਹੜੀਆਂ ਦੋ ਰੋਟੀਆਂ ਖਾ ਕੇ ਦੋ ਤਬਕੇ ਖੂਨ ਦੇ ਬਣੇ ਤੇ ਜਮੈਣ ਮਚਾ ਕੇ ਫਿਰ ਘਰੇ ਮੁੜ ਗਏ, ਉੱਥੇ ਮੋੜ ਤੇ ਬੈਠ ਜਾਂਦੇ। ਆ ਕਿਹਦਾ ਮੁੰਡਾ ਉਹ ਮੋਟਰਸਾਈਕਲ ਲਈ ਫਿਰਦਾ, ਐਵੇਂ ਗੇੜੇ ਤੋਂ ਦੱਸਦਾ ਪੰਪ ਚ ਹਿੱਸਾ ਪਾਇਆ, ਇਹਨਾਂ ਦਾ ਮੋਟਰਸਾਈਕਲ ਆ, ਇਹਨਾਂ ਦਾ ਤੇਲ ਆ, ਤੈਨੂੰ ਕਾਹਦੀ ਟੈਨਸ਼ਨ। ਉਹ ਫਲਾਉਣੇ ਗੱਡੀ ਲਿਆਏ ਵੀ ਤੂੰ ਕਿਹੜਾ ਲੋਨ ਕਰਕੇ ਦਿੱਤਾ, ਉਹਦੇ ਪੈਸੇ ਨੀ ਲਏ ਹੋਣੇ, ਤੈਨੂੰ ਕੀ ਮਤਲਬ ਇਹਨਾਂ ਗੱਲਾਂ ਦਾ। ਉਹ ਉੱਥੇ ਬੈਠੀ ਫਿਰ ਕਹਿੰਦੇ ਸਾਡਾ ਖੂਨ ਨੀ ਬਣਦਾ, ਰੋਟੀ ਇੰਨੀ ਖਾਧੀ, ਤੂੰ ਭਾਵੇਂ ਡੇਲੀ ਨਾਰਾਂ ਦਾ ਜੂਸ ਪੀ ਲਿਆ ਕਰ, ਤੇਰਾ ਬਣਨਾ ਵੀ ਨੀ, ਈਰਖਾ ਤੇਰੇ ਚ, ਤੂੰ ਮੱਚੀ ਜਾਂਦਾ ਸੜੀ ਜਾਂਦਾ। ਫਲਾਉਣਾ ਨੇ ਮਿਸਤਰੀ ਫੇਰ ਲਾ ਲਿਆ ਵੀ ਤੂੰ ਕਿਹੜਾ ਉਹਨਾਂ ਦਾ ਕਰਜ਼ਾ ਲਾਉਣਾ, ਉਹਨਾਂ ਨੇ ਲਾਇਆ ਲਾ ਲਿਆ, ਤੈਨੂੰ ਕੀ ਆ। ਕਈ ਬੰਦੇ ਏਦਾਂ ਦੇ ਹੁੰਦੇ, ਇੱਕ ਉਹ ਦੂਜਿਆਂ ਨੂੰ ਦੇਖਦੇ ਕਿ ਮੱਚੀ ਜਾਣ, ਦੂਜਿਆਂ ਨੂੰ ਦੇਖਦੇ ਕਿ ਸੜੀ ਜਾਣ। ਪਾਸ਼ਾ ਕਹਿੰਦੇ ਇਹ ਪਾਪ ਦੇ ਕੋਲੇ ਅੰਦਰ ਸਿੱਟੀ ਜਾਂਦਾ ਬੰਦਾ, ਤੇ ਸਰੀਰ ਦੀ ਭੱਠੀ ਹੈ ਜਿਹੜੀ ਵਿਕਾਰਾਂ ਦੀ, ਮੱਚੀ ਜਾਂਦੀ ਹੈ, ਸੜੀ ਜਾਂਦਾ ਬੰਦਾ। ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਕੁਸਲਾ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ, ਚਿੰਤਾ ਰੂਪੀ ਸੰਨੀ ਬੰਦੇ ਨੂੰ ਫੜ ਲੈਂਦੀ ਹੈ, ਵਿਕਾਰਾਂ ਚ ਗ੍ਰਸੇ ਹੋਏ ਨੂੰ, ਮਾੜੇ ਕੰਮ ਕਰੇ ਚੰਗੇ ਕਦੇ ਕੀਤੇ ਨਹੀਂ ਤੇ ਚਿੰਤਾ ਫਿਰ ਖਾਂਦੀ ਹੈ ਬੰਦੇ। ਤੇ ਪਾਤਸ਼ਾਹ ਕਹਿੰਦੇ ਜੇ ਤੂੰ ਚਾਹੁੰਦਾ ਤੇ ਇੱਕ ਕੰਮ, ਭਇਆ ਮਨੂਰ ਕੰਚਨ ਫਿਰ, ਮਨੂਰ ਜੰਗਾਲੀ ਚੀਜ਼ ਨੂੰ ਕਹਿੰਦੇ। ਪਾਤਸ਼ਾਹ ਕਹਿੰਦੇ ਤੇਰਾ ਜੀਵਨ ਜੰਗਾਲਿਆ ਗਿਆ, ਤੇਰਾ ਜੀਵਨ ਮਾੜਾ ਹੋ ਗਿਆ, ਪਰ ਫਿਰ ਵੀ ਵਧੀਆ ਬਣ। ਭਇਆ ਮਨੂਰ ਕੰਚਨ ਫਿਰ, ਮਨੂਰ ਕਹਿੰਦੇ ਨੇ ਇੱਕ ਆਪਾਂ ਕਬਾੜ ਹੁੰਦਾ ਨਾ, ਆਪਾਂ ਕਈ ਵਾਰੀ ਪਿੰਡਾਂ ਚ ਆਪਾਂ ਵੇਚਦੇ ਹਾਂ ਕਬਾੜ, ਆਪਣੇ ਕਈ ਵਾਰੀ ਲੋਹੇ ਲਾਹਾ ਪਿਆ ਹੁੰਦਾ ਵੀ ਆਪਾਂ, ਉਹ ਵਾਧੂ ਹੁੰਦਾ, ਕਿਸੇ ਕੰਮ ਨਹੀਂ ਹੁੰਦਾ, ਵਰਤੋਂ ਚ ਆਉਣ ਵਾਲਾ ਨਹੀਂ ਹੁੰਦਾ ਲੋਹਾ। ਆਪਾਂ ਪਿੰਡ ਚ ਆਵੇ ਫੋਕਾ ਦੇਵੇ ਭਾਈ ਵੀ ਭਾਈ ਕਬਾੜ ਵੇਚ ਲਓ, ਆਪਾਂ ਨੂੰ ਬੁਲਾ ਲੈਂਦੇ ਘਰੇ ਵੀ ਆ ਜਾ ਬਈ ਸਾਡੋ ਕਬਾੜ ਲੈ ਕੇ, ਉਹਦੇ ਆਪਾਂ ਸਾਹਮਣੇ ਕੱਢ ਕੇ ਰੱਖ ਦੇਣਾ ਕਬਾੜ ਲੋਹਾ ਵੀ ਆਹ ਲੋ ਭਾਈ ਇਹਦਾ ਵੇਟ ਕਰ, ਇਹਦਾ ਵਜ਼ਨ ਕਰ, ਇਹ ਵੇਚਣਾ ਤੈਨੂੰ। ਉਹਨਾਂ ਕਬਾੜ ਨੂੰ ਚੁੱਕ ਲੈਂਦਾ, ਫਰਜ ਕਰੋ ਲੋਹੇ ਦਾ ਪਾਈਪ ਹੈ ਕਬਾੜ ਚ ਕੱਢਿਆ ਹੋਇਆ, ਉਹ ਲੋਹੇ ਦੇ ਪਾਈਪ ਨੂੰ ਕਹਿੰਦੇ ਕਬਾੜ ਤਾਂ, ਕਹਿੰਦਾ ਹਾਂ ਆਪਾਂ ਕਹਿੰਦੇ ਤਾਂ ਵਜ਼ਨ ਕਰੋ, ਉਹ ਕਹਿੰਦਾ ਲਿਓ ਵੀ ਮੈਂ ਵਜ਼ਨ ਕਰਾਂ। ਉਹ ਤੱਕੜ ਤੇ ਧਰਨ ਤੋਂ ਪਹਿਲਾਂ ਨਾ ਲੋਹੇ ਦੇ ਪਾਈਪ ਨੂੰ ਥੱਲੇ ਮਾਰਦਾ ਦੋਵੇਂ ਹੱਥਾਂ, ਉਤੋਂ ਜੰਗਾਲ ਦੀ ਲੈ ਜਾਂਦੀ ਹੈ। ਆਪਾਂ ਕਹਿੰਦੇ ਯਾਰ ਇਹ ਕਾਹਤੋਂ ਲਾਹਦੀ, ਤਾਂ ਕਬਾੜ ਚ ਵੇਚਣਾ, ਉਹ ਕਹਿੰਦਾ ਵੀਰੇ ਮੈਂ ਕਬਾੜ ਲੈਣਾ ਹੈ ਕਬਾੜੀਆਂ, ਮੈਂ ਤਾਂ ਕਬਾੜ ਹੀ ਖਰੀਦੂ, ਉਹ ਕਹਿੰਦਾ ਫਿਰ ਇੰਨੀ ਤਾਂ ਜੰਗਾਲ ਲਾਤੀ ਅੱਧਾ ਕਿਲੋ, ਕਹਿੰਦਾ ਇਹ ਕਬਾੜ ਦਾ ਵੀ ਕਬਾੜ ਆ ਜਿਹੜਾ ਮੇਰੇ ਵੀ ਕੰਮ ਨੇ, ਇੱਕ ਤਾਂ ਉਹ ਕਬਾੜ ਆ ਜਿਹੜਾ ਮੇਰੇ ਕੰਮ ਆਜੂ ਅੱਗੇ ਪਘਲਾ ਕੇ ਦੁਬਾਰੇ ਕੰਮ ਆਜੂ, ਜਿਹੜਾ ਇਸ ਕਬਾੜ ਦੇ ਵਿੱਚੋਂ ਕਬਾੜ ਨਿਕਲਿਆ ਉਹਨੂੰ ਮਨੂਰ ਕਹਿੰਦੇ। ਹੁਣ ਉਹ ਜਿਹੜਾ ਕਬਾੜ ਦਾ ਕਬਾੜ ਹੈ ਉਹਨੂੰ ਕਬਾੜ ਗਿਆ ਵੀ ਨਹੀਂ ਲੈ ਕੇ ਜਾਂਦਾ, ਉੱਥੇ ਛੱਡ ਜਾਂਦਾ, ਕਹਿੰਦਾ ਇਹ ਨਹੀਂ ਉਹ ਕਿਸੇ ਕੰਮ, ਇਹਦੇ ਨਹੀਂ ਪੈਸੇ ਦੇਣੇ, ਮੈਂ ਬਾਕੀ ਦੇ ਦੇਦੂੰਗਾ, ਇਹਦੇ ਪੈਸੇ ਨਹੀਂ ਦੇਣੇ, ਕਬਾੜ ਦਾ ਕਬਾੜ ਹੈ। ਹੁਣ ਪਾਤਸ਼ਾਹ ਕਹਿੰਦੇ ਤੂੰ ਕਬਾੜ ਦਾ ਵੀ ਕਬਾੜ ਬਣ ਗਿਆ, ਭਇਆ ਮਨੂਰ ਕਬਾੜ ਦਾ ਵੀ ਕਬਾੜ ਹੈ, ਕਬਾੜ ਗਿਆ ਵੀ ਨਹੀਂ ਖਰੀਦਦਾ ਤੈਨੂੰ, ਫਿਰ ਵੀ ਸੋਨਾ ਬਣਾ ਦੂੰਗਾ, ਐਡੇ ਕਮਾਲ ਦੀ। ਭਇਆ ਮਨੂਰ ਕੰਚਨ ਫਿਰ ਹੋਵੇ, ਕੰਚਨ ਸੋਨੇ ਨੂੰ ਕਹਿੰਦਾ, ਮਨੂਰ ਦੀ ਕੀਮਤ ਕੋਈ ਨਹੀਂ, ਜੰਗਾਲ ਲੱਗੀ ਹੋਈ ਝਾੜ ਜਾਂਦਾ ਕਬਾੜ ਗਿਆ, ਉਹਨੂੰ ਪੈਰ ਨਾਲ ਪਾਸੇ ਕਰ ਦੇਣਾ, ਛੱਡ ਪਰੇ ਕਰ ਦੇਣਾ, ਤੇ ਸੋਨਾ ਕੰਚਨ ਸੋਨਾ ਕਿਣਕਿਆ ਕਿ ਵੀ ਡਿੱਗਿਆ ਪਿਆ ਨਾ ਪਾਸੇ ਤੇ ਚੱਕ ਕੇ ਪੇਟੀ ਸਾਂਭ ਲੈ, ਉਹਦੀ ਕੀਮਤ ਹੈ। ਪਾਤਸ਼ਾਹ ਕਹਿੰਦੇ ਮਨੂਰ ਤੋਂ ਕੰਚਨ ਬਣਾ ਦੂ ਤੈਨੂੰ ਗੁਰੂ, ਭਇਆ ਮਨੂਰ ਕੰਚਨ ਫਿਰ ਹੋਵੇ, ਕੱਚੋ ਕੰਚਨ ਭਇਓ, ਹੈ ਨਾ ਸਰ, ਬੰਦਿਆ ਤੂੰ ਮਾੜਾ ਹੈ ਵਕਾਰੀ ਹੈ, ਦਿਲ ਨਾ ਡੁਲਾ, ਇਹ ਤੇਰਾ ਗੁਰੂ ਬਖਸ਼ਾ ਕਰੇਗਾ, ਤੈਨੂੰ ਵਿਗੜੇ ਹੋਏ ਨੂੰ ਵੀ ਸਵਾਰ ਦੇਗਾ, ਤੇਰੇ ਔਗਣਾ ਭਰੇ ਜੀਵਨ ਨੂੰ ਵੀ ਗੁਰੂ ਬਖਸ਼ਾ ਭਰਿਆ ਬਣਾ ਦੇਗਾ, ਪਰ ਇੱਕ ਕੰਮ ਕਰ, ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣ ਸੁਣਿਓ, ਵਿਖਦੇ ਹੋਇਓ ਲਾਲ ਜਦੋਂ ਗੁਰੂ ਦੀਆਂ ਬਖਸ਼ਾਂ ਨੂੰ ਮਾਣੇ। ਪਾਤਸ਼ਾਹ ਕਹਿੰਦੇ ਜੇ ਗੁਰੂ ਨਾਲ ਜੁੜ ਜਾਂਦਾ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਅਨੇਕ ਨਾਮ ਅੰਮ੍ਰਿਤੋ ਦੇ, ਗੁਰੂ ਦੇ ਦਰ ਤੇ ਆਏਗਾ ਨਾ ਨਾਮ ਰੂਪੀ ਅੰਮ੍ਰਿਤ ਮਿਲਣਾ, ਨਾਨਕ ਹੈ ਘਰ ਕੇਵਲ ਨਾਮ ਗਿਆਨ ਰੂਪ, ਏਕ ਨਾਮ ਅੰਮ੍ਰਿਤ ਕੋ ਦੇ, ਉਹ ਨਾਨਕ ਰਿਸ਼ਟ ਸਦੇਹਾ, ਫਿਰ ਟਕਾ ਜਾਂਦਾ, ਭਟਕਣਾ ਮੁੱਕ ਜਾਂਦੀ ਹੈ, ਗੁਰੂ ਤੇ ਵਿਸ਼ਵਾਸ ਬਣ ਜਾਂਦਾ, ਗੁਰੂ ਨਾਲ ਪਿਆਰ ਬਣ ਜਾਂਦਾ। ਸੋ ਪਾਤਸ਼ਾਹ ਬਖਸ਼ਿਸ਼ ਕਰਨ, ਸਾਡਾ ਪਿਆਰ ਗੁਰੂ ਨਾਲ ਬਣ ਜਾਵੇ, ਗੁਰੂ ਦੀ ਮੱਤ ਸਾਡੇ ਜੀਵਨ ਦਾ ਆਧਾਰ ਬੇਸ ਬਣ ਜਾਵੇ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜਿਉਣੀ ਸ਼ੁਰੂ ਕਰ, ਆਪਣੇ ਚੰਗੇ ਮਾੜੇ ਬਾਰੇ ਗੁਰੂ ਤੋਂ ਮੱਤ ਲੈ ਕੇ ਖੁਦ ਸੋਚੀਏ, ਗੁਰਬਾਣੀ ਸਾਡਾ ਚੰਗਾ ਹੀ ਸੋਹਣੀ, ਗੁਰੂ ਨਾਨਕ ਸਾਡਾ ਚੰਗਾ ਚਾਹੁੰਦਾ,
ਸਿੱਖ ਗੁਰੂ ਦੇ ਨਾਂ ਗੁਰੂ ਨਾਨਕ ਦੇ ਦਰ ਤੋਂ ਵੱਡਾ ਮਿਲਣਾ ਨਹੀਂ ਕਿਸੇ ਨੂੰ। ਯਕੀਨ ਨਾਲ, ਭਰੋਸੇ ਨਾਲ ਇਹਦੇ ਦਰ ਤੇ ਆ ਕੇ ਟਿਕੀਆਂ, ਇਹਦੀ ਵਿਚਾਰ ਨਾਲ ਜੁੜੀ, ਵਿਚਾਰ ਮੁਤਾਬਕ ਜੀਵਨ ਜਿਉਣਾ ਸ਼ੁਰੂ ਕਰੀ, ਦਾਤਾ ਬਖਸ਼ਣ ਨਾਲ ਲਿਵਾਜਣ, ਇਹ ਹਿੰਮਤ ਤੈਨੂੰ ਕਰਨੀ ਪੈਣੀ ਆਪ ਨੂੰ, ਦੂਜੇ ਦੇ ਨਹੀਂ। ਵੀ ਕੋਈ ਹੋਰ ਕੋਸ਼ਿਸ਼ ਕਰੇਗਾ ਬਖਸ਼ਣ ਮੇਰੀ ਝੋਲੀ ਚ ਪੈ ਜਾਣੀ। ਉਹਦੇ ਲਈ ਰਸਤਾ ਇਹੋ ਹੀ ਹੈ ਕਿ ਭਾਈ ਔਗਣ ਵਕਾਰ ਮਨਮਤ ਛੱਡਣੀ ਪੈਗੀ, ਡਰ ਵਹਿਮ ਮਨ ਚੋਂ ਕੱਢਣੇ ਪੈਣੇ। ਕਮਜ਼ੋਰ ਮਨ ਦੇ ਲੋਕ ਆ ਨਾ ਜਿਹੜੇ, ਉਹ ਡਰਦੇ ਆ, ਉਹਨਾਂ ਚ ਸਹਿਮ ਹੁੰਦਾ, ਉਹਨਾਂ ਨੂੰ ਜਿੱਧਰ ਮਰਜ਼ੀ ਲਾ ਲਓ। ਬੰਦਾ ਕੋਈ 200-400 ਕਿਲੋਮੀਟਰ ਤੋਂ ਆ ਕੇ ਬਾਬਾ ਬਣ ਕੇ ਬਹਿ ਜੇ, ਲੋਕ ਉਹਨੂੰ ਜਾ ਕੇ ਮੱਥਾ ਟੇਕ ਲਾ ਹੁੰਦਾ ਨਾ। ਭੈਣੋ ਬਹੁਤੀਆਂ ਭੈਣੋ ਆਪ 2 ਮਿੰਟ 'ਚ ਬੇਨਤੀ ਕਰਕੇ ਪਤੇ ਬੁਲਾ ਦਿਆ, ਕਿਉਂਕਿ ਮਨ ਦਾ ਵਹਿਮ ਹੈ। ਬਹੁਤ ਸਾਰੀਆਂ ਮਾਵਾਂ ਭੈਣਾਂ ਨੂੰ ਆਪ ਹੁੰਦੀ, ਉਹਨਾਂ ਬਾਬਿਆਂ ਕੋਲ ਜਾਂਦੀਆਂ ਜਿਹਨਾਂ ਬਾਬਿਆਂ ਦਾ ਪਿਆਉ ਦਾ ਆਪਦਾ ਕੋਈ ਅੱਗਾ ਪਿੱਛਾ ਨਹੀਂ ਦਿੰਦਾ। ਬਹੁਤ ਸਾਰੇ ਕਿਸੇ ਮਾਂ ਦੇ ਪੁੱਤ ਨੂੰ ਰਿਸ਼ਤੇ ਨਾ ਹੁੰਦੇ ਵੀ ਮਾਂ ਨੂੰ ਟੈਨਸ਼ਨ ਹੋ ਜਾਂਦੀ, ਪੁੱਤ 27-28 ਸਾਲ ਦਾ ਹੋ ਗਿਆ, ਪੁੱਤ ਦਾ ਵਿਆਹ ਨਹੀਂ ਹੋ ਰਿਹਾ, ਕੋਈ ਆਉਂਦੇ ਆ ਰਿਸ਼ਤਾ ਦੇਖ ਕੇ ਮੁੜ ਜਾਂਦੇ ਆ, ਆਹ ਨਹੀਂ ਕਰਦਾ। ਬਥੇਰਾ ਵਿਚੋਲਿਆਂ ਵਿਚਾਲਿਆਂ ਨੂੰ ਵੀ ਜ਼ੋਰ ਪਾਉਂਦੀ, ਕੋਈ ਨਹੀਂ ਬਾਕੀ ਨੇ ਸ਼ਾਮ ਪਾ ਮੈਂ ਕੜਾ ਪਾ ਦੂੰ ਰਿਸ਼ਤਾ ਦਾ ਕਰਾ, ਪਰ ਨਹੀਂ ਕੋਈ ਖੜਿਆ। ਤੇ ਮਾਂ ਨੂੰ ਟੈਨਸ਼ਨ ਹੋ ਜਾਂਦੀ ਵਿਚਾਰੀ, ਤੇ ਮਾਂ ਬਾਬੇ ਕੋਲੇ ਜਾਂਦੀ, ਬਾਬਾ ਜੀ ਕਿਰਪਾ ਕਰੋ। ਬਾਬਾ ਕਹਿੰਦਾ ਦੱਸੋ ਭਾਈ, ਇਹ ਤਾਂ ਬੜੇ ਪਹੁੰਚੇ ਹੋਏ। ਜਾਂ ਕਹਿੰਦੇ ਸਾਡੇ ਬਾਬਾ ਜੀ ਦੇ ਸਥਾਨ ਤੇ ਆ ਕੇ ਸੁੱਖ ਸੁੱਖ ਲਿਓ, ਬਾਬਾ ਜੀ ਬੜੇ ਪਹੁੰਚੇ ਹੋਏ। ਬੀਬੀਆਂ ਦੀ, ਬਾਬਾ ਜੀ ਕਿਰਪਾ ਕਰੋ। ਬਾਬਾ ਕਹਿੰਦਾ ਕੀ ਕਿਰਪਾ ਕਰੀ? ਬਾਬਾ ਜੀ ਸਾਡੇ ਮੁੰਡੇ ਨੂੰ ਰਿਸ਼ਤਾ ਨਹੀਂ ਹੁੰਦਾ, 28-29 ਸਾਲਾਂ ਦਾ ਹੋ ਗਿਆ। ਕਈ ਆਏ ਦੇਖ ਕੇ ਮੁੜ ਜਾਂਦੇ ਚਾਹ ਚੂਹ ਪੀ ਕੇ, ਤੇ ਪਿੰਡ ਜਾ ਕੇ ਜਵਾਬ ਦੇਣਦੇ ਵੀ ਸਾਡੇ ਤਾਂ ਪਸੰਦ ਨਹੀਂ, ਤੁਸੀਂ ਕੋਈ ਕਿਰਪਾ ਕਰੋ, ਤੁਸੀਂ ਕੋਈ ਅਰਦਾਸ ਬੇਨਤੀ ਕਰੋ ਸਾਡੇ ਮੁੰਡੇ ਨੂੰ ਰਿਸ਼ਤਾ ਹੋ ਜਾਵੇ। ਤੇ ਬੇਬੇ ਵਿਚਾਰੀ ਜਿਹੜੇ ਬਾਬੇ ਨੂੰ ਕਹੀ ਜਾਂਦੀ ਹੁੰਦੀ ਵੀ ਸਾਡੇ ਮੁੰਡੇ ਨੂੰ ਰਿਸ਼ਤਾ ਹੋ ਜਾਵੇ, ਕੋਈ ਕਿਰਪਾ ਕਰੋ, ਉਹ ਬਾਬਾ ਵਿਚਾਰਾ ਆਪ ਛੜਾ ਹੁੰਦਾ, ਉਹਦਾ ਆਪਦਾ ਨਹੀਂ ਵਿਆਹ ਹੁੰਦਾ। ਬੇਬੇ ਉਹਨੂੰ ਕਹਿੰਦੇ ਬਾਬਾ ਜੀ ਕਿਰਪਾ ਕਰੋ, ਉਹ ਤਾਂ ਵਿਚਾਰਾ ਆਪ ਛੜਾ ਹੈ। ਏਦਾਂ ਹੀ ਹੁੰਦਾ, ਬਾਬਾ ਜੀ ਸਾਡੇ ਘਰੇ ਕਲੇਸ਼ ਬਹੁਤ ਹੈ, ਉਹ ਬਾਬਾ ਵਿਚਾਰਾ ਅੰਦਰ ਮਨੋ ਮਨੀ ਹੱਸਦਾ ਹੈ ਵੀ ਕਮਲੀਏ ਕਲੇਸ਼ ਕਰਕੇ ਤਾਂ ਮੈਂ ਬਾਬਾ ਬਣਿਆ ਹੋਇਆ, ਮੇਰੇ ਤਾਂ ਆਪ ਨਿਆਣੇ ਲੜਦੇ ਸੀ, ਕਹਿੰਦਾ ਤੁਹਾਡੇ ਪਿੰਡ ਲਾ ਕੇ ਬਾਬਾ ਬਣਿਆ ਹੋਇਆ। ਇਹਦਾ ਆਪਣੀਆਂ ਜਿਹੜੀਆਂ, ਇਹ ਤਾਂ ਆਪਣੇ ਕੰਮ, ਆਪਣੇ ਘਰਾਂ ਦੇ ਕੰਮ ਆਪੇ ਸੈੱਟ ਕਰਨੇ, ਪਰ ਸਾਡੇ ਮਨਾਂ 'ਚ ਡਰ ਪਏ ਹੋਏ ਆ। ਫਲਾਉਣੇ ਬਾਬੇ 'ਤੇ ਜਾਣਾ ਜ਼ਰੂਰੀ ਹੁੰਦਾ, ਗੁਰੂ ਕੋਲ ਆਉਣਾ ਜ਼ਰੂਰੀ, ਬਾਣੀ ਪੜ੍ਹਨੀ ਜ਼ਰੂਰੀ। ਇੱਥੋਂ ਮਨ ਨੂੰ ਤਾਕਤ ਮਿਲਣੀ ਹੈ, ਮਨ ਮਜ਼ਬੂਤ ਬਣਨਾ ਹੈ, ਮਨ ਮਜ਼ਬੂਤ ਬਣੇਗਾ ਫਿਰ ਹੀ ਫੈਸਲੇ ਸਹੀ ਲੈ ਸਕਾਂਗੇ, ਨਹੀਂ ਕਮਜ਼ੋਰ ਮਨ ਦੇ ਲੋਕ ਸਹੀ ਫੈਸਲੇ ਨਹੀਂ ਲੈ ਸਕਦੇ, ਨਾ ਆਪਣੇ ਨੇ ਨਾ ਬੱਚਿਆਂ ਦੇ ਫੈਸਲੇ। ਸਾਰੀਆਂ ਚੀਜ਼ਾਂ ਰੁਲ ਜਾਂਦੀਆਂ ਨੇ, ਸਿਸਟਮ ਹੀ ਇਹਦਾ ਸਾਰਾ ਉਹ ਭਾਈ ਫਿਰ ਹਿੱਲ ਜਾਂਦਾ ਹੈ ਜਦੋਂ ਆਪਾਂ ਗੁਰੂ ਦੀ ਵਿਚਾਰ ਤੋਂ ਟੁੱਟ ਜਾਂਦੇ। ਕਮਜ਼ੋਰ ਮਨ ਦੇ ਲੋਕ ਤਾਂ ਫਿਰ ਦੂਜਿਆਂ ਮਗਰ ਲੱਗਦੇ ਆ, ਜਿਵੇਂ ਮਰਜ਼ੀ ਇੰਨੇ ਪਰਿਵਾਰ ਬਾਬਿਆਂ ਮਗਰ ਲੱਗ ਕੇ ਬਰਬਾਦ ਹੋਏ ਆ ਨਾ, ਨੇ ਉਹ ਕਿਉਂ ਕਿਉਂ ਕੋਈ ਤਾਂਤਰਿਕਾਂ ਮਗਰ ਲਾ ਗਿਆ, ਕੋਈ ਕਿਸੇ ਪੁੱਛਾਂ ਦੇਣ ਵਾਲੇ ਮਗਰ ਲਾ ਗਿਆ, ਕਿਸੇ ਬਾਬੇ ਮਗਰ ਲਾ ਗਿਆ, ਕਿਸੇ ਬਾਬੇ ਮਗਰ ਲਾ ਗਿਆ। ਕੋਈ ਬਾਬੇ, ਮੈਂ ਹੈਰਾਨ ਹੋਇਆ ਨਾ, ਕਈ ਬਾਬੇ ਮੈਂ ਉਹ ਪੜ੍ਹ ਰਿਹਾ ਸੀ, ਮੈਂ ਕੋਈ ਬਾਬਾ ਕਹਿੰਦਾ ਵੀ ਭਾਈ 11 ਮਹੀਨੇ ਲਗਾਤਾਰ ਆਉਣਾ ਪਊ, 11-10 ਲੂੰਗਾ ਜਾਂ ਏਦਾਂ ਜੋ ਵੀ ਮਨਾਉਂਦੇ, ਏਦਾਂ ਜੋ ਵੀ ਸਿਸਟਮ ਹੁੰਦਾ। ਮੈਂ ਹਰ ਸੋਚ, ਮੈਂ ਕਿਹਾ ਵੀ ਬੰਦੇ ਨੇ ਪਰਖਦੇ ਆ ਪਹਿਲੇ ਇੱਕੋ ਗੱਲ, ਇਹਨੂੰ 11 ਮਹੀਨੇ ਸੱਦਣਾ, ਵੀ ਜੇ ਅਕਲ ਵਾਲਾ ਹੋਇਆ ਤੇ ਇੱਕ ਦੋ ਵਾਰੀ ਆ ਕੇ ਹਟ ਜਾਊਗਾ। ਜਿਹੜਾ ਪਰਿਵਾਰ ਲਗਾਤਾਰ 11 ਵਾਰੀ ਸਾਡੇ ਕੋਲ ਆ ਗਿਆ ਵੀ ਇਹ ਤਾਂ ਪੱਕਾ ਹੀ ਬੂਝੜ ਆ ਨਾ, ਬੇਅਕਲ। ਸਾਰੇ ਪਿੰਡ ਚੋਂ ਸਿਰੇ ਦਾ ਬੇਅਕਲ ਇਹ ਆ ਵੀ ਅਕਲ ਹੁੰਦੀ ਪਹਿਲੀ ਵਾਰ ਨਾ ਅਕਲ ਆਉਂਦੀ, ਦੂਜੀ ਵਾਰ ਅਕਲ ਆ ਜਾਂਦੀ, ਤੀਜੀ। ਇਹਨੂੰ 11 ਮਹੀਨੇ ਹੋ ਗਏ ਚੱਕ ਕੇ ਬੂਥੜ ਆ ਜਾਂਦਾ ਇੱਥੇ, ਇਹਦਾ ਮਤਲਬ ਇਸ ਪਰਿਵਾਰ ਤੋਂ ਬੇਅਕਲ। ਉਹਨੇ ਸਿਲੈਕਟ ਕੀਤੇ ਹੁੰਦੇ ਇੱਕ ਪਿੰਡ ਚੋਂ 10-10-12 ਪਰਿਵਾਰ ਉਹਨੂੰ ਇਹੋ ਜਿਹੇ ਮਿਲ ਜਾਂਦੇ ਜਿਹੜੇ ਹਰੇਕ ਮਹੀਨੇ ਹਰੇਕ ਹਫ਼ਤੇ ਚੱਕ ਕੇ ਮੂੰਹ ਜਾ ਵੜਾਂਦੇ। ਉਹਨਾਂ ਨੂੰ ਪਤਾ ਇਹ ਸਿਰੇ ਦੇ ਬੇਅਕਲ ਆ, ਇਹਨਾਂ ਨੂੰ ਭਵਿੱਖ 'ਚ ਜਿਵੇਂ ਮਰਜ਼ੀ ਲੁੱਟੀ ਚੱਲੋ, ਇਹਨਾਂ ਨੇ ਸਾਡੀ ਗੱਲ 100% ਮੰਨ ਲਈ। 11-12 ਮਹੀਨੇ 'ਚ ਇੱਕ ਤਾਂ ਕੰਮ ਨੋਰਮਲ ਆ, ਵੈਸੀ ਹੋ ਜਾਂਦਾ, ਇੱਕ ਤਾਂ ਬਾਬੇ ਦੀ ਕਿਰਪਾ ਨਾਲ ਆਏ ਹੋ ਗਿਆ, ਫਲਾਣੇ ਬਾਬੇ ਦੀ ਕਿਰਪਾ ਨਾਲ ਆਏ ਹੋ ਗਿਆ। ਇਹ ਇਹੀ ਢਾਂਚਾ 'ਚ ਰਹਿੰਦਾ ਲੋਕਾਂ ਦਾ, ਇੱਕ ਵਹਿਮ ਆ ਨਾ ਮਨ, ਉਹ ਚੱਲੇ ਜਾਂਦਾ। ਇੱਕ ਤਾਂ ਕੋਈ ਵਿਚਾਰ ਲਓ, ਪੰਜ ਸਮੱਸਿਆਵਾਂ ਜਿਹੜੀਆਂ ਵੇਖ ਕੇ ਜਾਣਾ ਹਟ ਜੇ, ਉਹਨਾਂ ਦਾ ਵਿਚਾਰਾ ਮੋਟਰਸਾਈਕਲ ਕੰਧ 'ਚ ਵੱਜੇ, ਕਿਉਂ ਦਿਖਾਤੇ ਨਾ ਬਾਬੇ ਨੇ ਤਾਰੇ ਵੱਜੇ ਨਾ ਮੋਟਰਸਾਈਕਲ ਕੰਧ 'ਚ ਲੈ, ਉਹ ਤਾਂ ਵੈਸੇ ਹੀ ਵੱਜ ਗਿਆ ਹੁਣ। ਇਹ ਉਹਦਾ ਡਰ ਪੈ ਜਾਂਦਾ ਮਨ 'ਚ, ਇਹ ਨੋਰਮਲ ਗੱਲਾਂ ਉਦਾਂ ਹੀ ਹੋਈ ਰਿਹਾ, ਰਿਸ਼ਤੀ ਚੱਲੀ ਜਾਂਦਾ ਸਾਰਾ। ਪਰ ਮਨ ਦੀ ਕਮਜ਼ੋਰੀ 'ਚ ਸ਼ਬਦ ਵਿਚਾਰ ਦ੍ਰਿੜ ਹੋਏਗੀ ਕਿ ਪਰਮਾਤਮਾ ਅਕਾਲ ਪੁਰਖ ਸੱਚੇ ਪਾਤਸ਼ਾਹ ਉਹੀ ਰਖਵਾਲਾ ਰਾਖਾ ਇੱਕ ਹਮਾਰਾ ਅਸਮਾਨ, ਫਿਰ ਮਜ਼ਬੂਤ ਰਹੇਗਾ ਮਨ, ਗੁਰੂ ਦੀ ਵਿਚਾਰ ਤੇ ਗੁਰੂ ਦੇ ਸਿਧਾਂਤ ਤੇ ਟਿਕਣਗੇ। ਕਰਨ ਵਾਲੇ ਕੰਮ ਇਹ ਹੈ ਭਾਈ, ਚੰਗੇ ਕੰਮ ਕਰੋ, ਔਲਾਦ ਆ ਜਿਹੜੀ ਉਹ ਚੰਗੇ ਕੰਮ ਕਰੋ, ਮਾਪਿਆਂ ਦਾ ਸਿਰ ਨਾ ਝੁਕਣ ਦਿਓ, ਮਾੜਾ ਕੰਮ ਨਾ ਕਰਿਓ, ਕਿੰਨੀ ਖੁਸ਼ੀ ਮਿਲੇਗੀ ਮਾਪਿਆਂ ਨੂੰ।
ਮਾਪੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ, ਸੋਹਣਾ ਕੰਮ ਕਰਨ, ਚੰਗੇ ਕੰਮ ਕਰਨ, ਮਾਪੇ ਵੀ ਜ਼ਿੰਮੇਵਾਰੀ ਚੰਗੇ ਤਰੀਕੇ ਨਾਲ ਨਿਭਾਉਣ। ਆਹੀ ਕਿੰਨਾ ਕਿੰਨਾ ਕਿੱਡਾ ਕਿੱਡਾ ਵੱਡਾ ਪਰਉਪਕਾਰ ਹੈ ਬਸ ਇਹ, ਕਿਸੇ ਦੀ ਔਲਾਦ ਚੰਗੇ ਕੰਮ ਕਰੇ, ਮਾਂ ਬਾਪ ਨੂੰ ਦੁਖੀ ਨਾ ਕਰੋ, ਕਿੰਨਾ ਕਿੰਨਾ ਇਹ ਖੁਸ਼ੀ ਦੀ ਗੱਲ ਹੈ, ਕਿੰਨੇ ਚਾਓ ਦੀ ਗੱਲ। ਆਹ ਕਰਨ ਵਾਲੇ ਕੰਮ ਕਰ ਹੀ ਸਕਦੇ ਆਪਾਂ, ਪਰ ਇਹ ਕਰ ਨਹੀਂ ਰਹੇ ਆਪਾਂ। ਇੱਕ ਬਾਬਿਆਂ ਦੇ ਪੈਰੀ ਹੱਥ ਬੜਾ ਚਾਅ ਚੜ ਜਾਂਦਾ। ਮੈਂ ਤਾਂ ਆਮ ਹੀ ਕਹਿਣਾ ਹੁੰਦਾ ਕਿ ਕੋਈ ਲੀਡਰ ਆ ਨਾ, 2 ਕਿਲੋਮੀਟਰ ਤੋਂ ਸਿੱਧੇ ਹੋ ਜਾਂਦੇ ਲੀਡਰ ਦੇ, ਐਨ ਪੈਰਾਂ 'ਚ ਮੱਥਾ ਟੇਕਣ। ਕੋਈ ਸਾਧ ਬਾਬਾ ਜੇ ਉਹਨੂੰ ਮੱਥਾ ਟੇਕ, ਕੋਈ ਸਾਧ ਨੇ ਫੋਟੋਆਂ ਨੂੰ ਮੱਥਾ ਟੇਕ, ਨਾਗਾ ਨਹੀਂ ਪਾਉਂਦੇ। ਕੋਈ ਸਾਧ ਬੋਗਣਾ ਮਰ ਗਿਆ ਪਤਾ ਨਹੀਂ ਕਿਵੇਂ ਦਾ, ਫੋਟੋ ਨਾਗਾ ਨਹੀਂ ਪਾਉਂਦੇ। ਇਸ ਦਿਨ ਮੱਥਾ ਟੇਕ ਹੀ ਆਉਣਾ ਬਾਬੇ ਦੇ ਜਾ ਕੇ। ਅੱਛਾ, ਉਹ ਬਾਬੇ ਨੂੰ ਤਾਂ ਮੱਥਾ ਟੇਕ ਆ, ਇਮਾਨਦਾਰੀ ਨਾਲ ਅੰਦਰ ਝਾਤੀ ਮਾਰ ਕੇ ਵੇਖ, ਜਿਹੜੇ ਪਿਓ ਨੇ ਤੈਨੂੰ ਨਿੱਕੇ ਹੁੰਦੇ ਨੂੰ ਮੋਢਿਆਂ ਦੇ ਚੁੱਕ ਕੇ ਖੜਾਇਆ, ਉਸ ਪਿਓ ਦੇ ਪੈਰੀ ਹੱਥ ਲਾਏ ਨੂੰ ਕਿੰਨੇ ਦਿਨ ਹੋ ਗਏ। ਮਰੇ ਬਾਬੇ ਦੇ ਤਾਂ ਜਾਨਣ ਨਾਗਾ ਨਹੀਂ ਪਾਉਂਦਾ, ਜਿਹੜੇ ਪਿਓ ਨੇ ਮੋਢਿਆਂ ਦੇ ਚੱਕ ਕੇ ਖੜਾਇਆ, ਉਹ ਬਾਬੇ ਦੇ ਪੈਰੀ ਹੱਥ ਲਾਏ ਨੂੰ ਕਿੰਨੇ ਸਾਲ ਹੋ ਗਏ। ਉਹ ਬਾਬੇ ਦੇ ਪੈਰੀ ਹੱਥ ਲਾਉਣ ਨੂੰ ਤਾਂ ਟਾਈਮ ਕੱਢ ਲਿਆ, ਉਹਦੀ ਸਮਾਧ ਤੇ ਮੱਥਾ ਜਾਣ ਨੂੰ ਤਾਂ ਟਾਈਮ ਟੇਕਣ ਨੂੰ ਤਾਂ ਟਾਈਮ ਕੱਢ ਲਿਆ, ਤੇ ਜਿਹੜੀ ਮਾਂ ਨੇ ਤੇਰਾ ਗੰਦ ਮੂੰਹ ਸਾਫ਼ ਕੀਤਾ, ਉਹ ਮਾਂ ਦੇ ਪੈਰੀ ਹੱਥ ਲੈਣ ਨੂੰ ਕਿੰਨਾ ਟਾਈਮ ਹੋ ਗਿਆ ਦੱਸੀ ਤਾਂ। ਉਹ ਮਾਂ ਕੋਲੇ ਬੈਠਣ ਕਿੰਨਾ ਟਾਈਮ ਹੋ ਗਿਆ, ਉੱਧਰ ਵੀ ਧਿਆਨ ਦੇ ਲਾ। ਗੁਰੂ ਕੋਲੇ ਆਵਾਂਗੇ, ਗੁਰੂ ਆਹ ਮੱਤ ਦਿੰਦਾ ਵੀ ਜਿਹੜੇ ਪਿਓ ਨੇ ਮੋਢਿਆਂ ਤੇ ਚੁੱਕ ਕੇ ਖੜਾਇਆ, ਉਹਦੇ ਕੋਲੇ ਬੈਠਿਆ ਕਰ 10 ਮਿੰਟ। ਜਿਹੜੀ ਮਾਂ ਨੇ ਅੱਧੀ ਅੱਧੀ ਰਾਤ ਬਿਲਕਦੇ ਨੂੰ ਤੈਨੂੰ ਛਾਤੀ ਨਾਲ ਲਾ ਕੇ ਦੁੱਧ ਪਿਆਇਆ, ਉਹ ਮਾਂ ਕੋਲੇ ਬੈਠਿਆ ਕਰ 10 ਮਿੰਟ। ਸਾਹ ਦੇਣਾ ਬੂਬਣਿਆਂ ਕੋਲੇ ਜਾਏਗਾ, ਉਹਨਾਂ ਛਿੱਲ ਲਾਉਣੀ ਤੇਰੀ। ਉਹ ਭਾਪੇ ਨੂੰ ਭਾਪਾ ਕਹਿ, ਇਮਾਨਦਾਰੀ ਦੱਸ ਕਮਲਿਆ, ਤੁਰਿਆ ਫਿਰਦ ਦੁੱਕੀਆਂ ਟਿੱਕੀਆਂ ਮੰਗ। ਜਿਹੜੇ ਪਿਓ ਨੇ ਤੈਨੂੰ ਨਿੱਕੇ ਹੁੰਦੇ ਨੂੰ ਚੀਜ਼ੀਆਂ ਲਿਆ ਲਿਆ ਖਵਾਈਆਂ, ਉਹ ਬਾਪੂ ਨੂੰ ਪਿਤਾ ਜੀ ਕਹਿ ਕਦੇ ਜੱਫੇ ਪਾ ਕੇ ਦੇ, ਕਾਲ ਜਾ ਠਰ ਜਾਣਾ ਉਹਦਾ ਵੀ। ਇਹਨੇ ਨਿੱਕੇ ਹੁੰਦੇ ਨੂੰ ਸ਼ਹਿਰੋਂ ਚੀਜ਼ੀਆਂ ਲਿਆ ਲਿਆ ਖਵਾਈਆਂ ਤੈਨੂੰ, ਉਹਨੂੰ ਪਿਤਾ ਜੀ ਕਹਿ ਕੇ ਜੱਫੇ ਪਾ ਕੇ ਦੇ, ਆਈ ਕਦੇ ਜੱਫੇ? ਉਹਨੂੰ ਮਾਂ ਨੂੰ ਮਾਂ ਕਹਿ ਕਦੇ ਬੈਠਾ ਤੂੰ ਉਹਦੇ ਕੋਲ ਕਹਿ 10 ਮਿੰਟ? ਪੱਥਰਾਂ ਦੀ ਮਾਂ ਦੇ ਚੁੰਨੀਆਂ ਪਾਈ ਜਾਂਦਾ ਤੂੰ, ਪੱਥਰ ਦੀ ਬਣਾਈ ਹੋਈ ਮਾਂ ਨੂੰ ਭੋਗ ਲਾਈ ਜਾਂਦਾ ਤੂੰ। ਜਿਹੜੀ ਮਾਂ ਨੇ ਜਨਮ ਦਿੱਤਾ, ਕਦੇ ਉਹਦੇ ਪੈਰੀ ਹੱਥ ਲਾ ਕੇ ਗਲਵੱਕੜੀ ਪਾ ਕੇ ਦੇਖ ਕੇ ਕਿੰਨੀ ਖੁਸ਼ੀ। ਇਹ ਕਰਨ ਵਾਲੇ ਕੰਮ ਆ ਸਾਡੇ, ਕਰ ਸਕਦੇ ਆਪਾਂ। ਇਹਦੇ ਜ਼ੋਰ ਨਹੀਂ ਲੱਗਦਾ, ਪੈਸਾ ਨਹੀਂ ਲੱਗਦਾ, ਟਾਈਮ ਨਹੀਂ ਲੱਗਦਾ, ਇਹ 'ਚੋਂ ਮਿਲਦਾ ਵਾ, ਖੁਸ਼ੀ ਮਿਲਦੀ ਆ, ਆਨੰਦ ਮਿਲਦਾ, ਖੇੜਾ ਮਿਲਦਾ। ਕਰਕੇ ਦੇਖੋ ਪ੍ਰੈਕਟੀਕਲ। ਬੇਬੇ ਨੂੰ ਜੱਫੀ ਤਾਂ ਪਾ ਕੇ ਦੇਖੋ ਨਾ, ਕਦੇ ਪਿਓ ਨੂੰ ਜੱਫੀ ਤਾਂ ਪਾ ਕੇ ਦੇਖੋ, ਕਰ ਹੀ ਮੇਰੇ ਕੰਮ ਹੈ। ਗੁਰੂ ਨਾਨਕ ਦੀ ਮੱਤ ਇਹ ਸਿਖਾਉਂਦੀ ਆ ਭਾਈ, ਗੁਰੂ ਘਰ ਇਹ ਸਿਖਾਉਂਦਾ ਹੈ, ਕੁਛ ਫਿਰ ਸੋਹਣਾ ਮਾਹੌਲ ਬਣ ਜਾਏਗਾ, ਖੁਸ਼ੀਆਂ ਮਿਲਣੀਆਂ। ਸਤਿਗੁਰੂ ਬਖਸ਼ਿਸ਼ ਕਰਨ। ਇੰਨੀਆਂ ਵਿਚਾਰਾਂ ਪ੍ਰਵਾਨ ਕਰਿਓ, ਵਿਚਾਰਾਂ ਕਰਦਿਆਂ ਭੁੱਲਾਂ ਰਹਿਣੀਆਂ, ਸੁਭਾਅ ਨੇ ਭੁੱਲਾਂ ਮੇਰੀਆਂ ਨੇ, ਮੇਰੇ ਧਿਆਨ ਵਿੱਚ ਲਿਆਇਓ, ਸੁਧਾਰਨ ਦਾ ਯਤਨ ਕਰਾਂਗੇ। ਸਿੱਖਿਆ ਸਿਧਾਂਤ ਸਤਿਗੁਰੂ ਦੇ ਨੇ ਹਿਰਦੇ ਵਿੱਚ ਵਸਾਇਓ, ਦਾਤਾ ਸਾਨੂੰ ਸਾਰਿਆਂ ਨੂੰ ਸੁਮਤ ਬਖਸ਼ੇ। ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ ਸਾਡੇ ਪਰਿਵਾਰਾਂ ਦੀ, ਸਾਡੇ ਜੀਵਨ ਦੀ ਵਿਚਾਰਧਾਰਾ ਬਣ ਜਾਵੇ, ਇਹੀ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾਉਣਾ ਹੈ। ਸਤਿਗੁਰੂ ਪਾਤਸ਼ਾਹ ਸਭ ਨੂੰ ਖੁਸ਼ੀਆਂ ਦੇਣ, ਦਾਤਾ ਰਹਿਣ ਸਾਰੇ ਭੁੱਲਾਂ ਚੁੱਕਾਂ ਦੀ ਸਮਾਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।